ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਹੀਦ ਲਫ਼ਜ਼ ਸਿਰਫ ਦੋ ਵਾਰੀ ਆਇਆ, ਤੀਜੀ ਥਾਂ ਕਿਤੇ ਸ਼ਹੀਦ ਲਫ਼ਜ਼ ਨਹੀਂ। ਉਸ ਤੋਂ ਬਾਅਦ ਭਾਈ ਗੁਰਦਾਸ ਸਾਹਿਬ ਨੇ ਸ਼ਹੀਦ ਲਫ਼ਜ਼ ਦੀ ਵਰਤੋਂ ਕੀਤੀ। ਗੁਰੂ ਗ੍ਰੰਥ ਸਾਹਿਬ ਵਿੱਚ ਜਿੰਨੀ ਸ਼ਬਦਾਵਲੀ ਆਈ ਉਹ ਮਰਨ ਨਾਲ ਸੰਬੰਧਿਤ ਆਈ ਹੈ। ਸ਼ਹੀਦ ਇੱਕ ਵਾਰੀ ਗੁਰੂ ਨਾਨਕ ਸਾਹਿਬ ਨੇ ਲਫ਼ਜ਼ ਵਰਤਿਆ, ਪੀਰ ਪੈਗੰਬਰ ਸਾਲਕ ਸਾਧਕ ਸੌਦੇ ਔਰ ਸ਼ਹੀਦ। ਦੂਸਰੀ ਵਾਰੀ ਇਸ ਲਫ਼ਜ਼ ਦੀ ਵਰਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਰਵਿਦਾਸ ਮਹਾਰਾਜ ਜੀ ਨੇ ਕੀਤੀ ਹੈ, ਕਿਉਂਕਿ ਪੂਰਵ ਦਾ ਸ਼ਬਦ ਨਹੀਂ। ਹਦੀਸ ਵਿੱਚ ਆਉਂਦਾ, ਕੁਰਾਨ ਵਿੱਚ ਇਹਦੇ ਲਈ ਇੱਕ ਸ਼ਬਦ ਹੈ ਸ਼ੋਹਦ, ਇਹਦੇ ਤੋਂ ਸ਼ਹੀਦ ਬਣਿਆ। ਇਸ ਵਿੱਚ ਸ਼ਹੀਦ ਦਾ ਲਫ਼ਜ਼ੀ ਅਰਥ ਹੈ ਗਵਾਹ ਅਤੇ ਸ਼ਹਾਦਤ ਦਾ ਲਫ਼ਜ਼ੀ ਅਰਥ ਹੈ ਗਵਾਹੀ, ਫਿਰ ਸ਼ਬਦ ਹੈ। ਅਰਬ ਵਿੱਚ ਇਸ ਦੀ ਵਰਤੋਂ ਕੁਰਾਨ ਵਿੱਚ ਇਹ ਹਦੀਸ ਵਿੱਚ ਵੀ ਕੀਤੀ ਗਈ, ਜਿਵੇਂ ਆਪਾਂ ਕਹਿੰਦੇ ਹਾਂ ਵੀ ਇਸ ਗੱਲ ਦਾ ਗਵਾਹ ਹੈ, ਹਦੀਸ ਵਿੱਚ ਬੋਲ ਕੇ ਕਿਹਾ ਜਾਂਦਾ ਪੈਗੰਬਰ ਇਸ ਗੱਲ ਦਾ ਸ਼ਹੀਦ ਹੈ ਗਵਾਹ ਹੈ। ਮੇਰੀ ਬੇਨਤੀ ਹੈ ਜਿਹੜਾ ਸ਼ਹੀਦ ਲਫ਼ਜ਼ ਪਹਿਲਾਂ ਤਾਂ ਇਹਨੂੰ ਧਿਆਨ ਨਾਲ ਅਰਜ਼ ਸੁਣਿਓ। ਦੇਖੋ ਅਸੀਂ ਜਿਹੜੇ ਲਫ਼ਜ਼ ਨਵੇਂ ਆਪਣੇ ਬਣਾਏ ਨੇ, ਸ਼ਹੀਦੀ ਲਫ਼ਜ਼ ਅਰਬੀ ਦਾ ਨਹੀਂ ਜੀ, ਸਿਰਫ ਸ਼ਹੀਦ ਹੈ। ਪੰਜਾਬੀ ਵਿੱਚ ਇਹ ਸਫ਼ਰ ਕਰਦਾ ਕਰਦਾ ਸ਼ਹੀਦ ਦੀ ਥਾਂ 'ਤੇ ਸ਼ਹੀਦੀ ਬਣ ਗਿਆ। ਸ਼ਹਾਦਤ ਲਫ਼ਜ਼ ਹੈ, ਪਰ ਅਸੀਂ ਪੰਜਾਬੀ ਵਿੱਚ ਸ਼ਹਾਦਤਾਂ ਲਫ਼ਜ਼ ਜਿਹੜਾ ਇਹ ਸਾਡਾ ਬਣਾਇਆ ਹੋਇਆ, ਕਿਉਂਕਿ ਆਪਣੀ ਪੰਜਾਬੀ ਸ਼ਬਦ, ਕਿਉਂਕਿ ਪੰਜਾਬੀ ਵੀ ਜ਼ਿਆਦਾ ਪਰਸ਼ੀਅਨ ਹੈ, ਅਤੇ ਮੇਰਾ ਖਿਆਲ ਸਿੱਖ ਰੋਜ਼ ਇੰਨੀ ਫਾਰਸੀ ਬੋਲਦੇ ਨੇ, ਜੇ ਇਹਨਾਂ ਨੂੰ ਪਤਾ ਹੋਵੇ। ਹੁਣੇ ਮੈਂ ਸ਼ਬਦ ਬੋਲਿਆ ਖਾਲਸਾ ਫਤਿਹ, ਇਹ ਦੋਵੇਂ ਪਰਸ਼ੀਅਨ ਨੇ। ਹੁਣੇ ਆਪਾਂ ਸ਼ਬਦ ਵਰਤਿਆ ਜੀ ਇਹ ਦੀਵਾਨ, ਦੀਵਾਨ ਸ਼ਬਦ ਫਾਰਸੀ ਦਾ। ਅਸੀਂ ਲਫ਼ਜ਼ ਵਰਤਨੇ ਹਾਂ ਦਸਤਾਰ, ਇਹ ਵੀ ਫਾਰਸੀ ਦਾ ਹੈ। ਆਪਨੇ ਬਾਹਰ ਹੁਕਮਨਾਮਾ ਲਿਖ ਕੇ ਲਾਇਆ ਹੋਣਾ, ਉਹ ਵੀ ਫਾਰਸੀ ਦਾ ਹੈ। ਪੰਜਾਬੀ 'ਚ ਇੰਨੀ ਮਿਲ ਚੁੱਕੀ ਹੈ। ਜਿਹੜਾ ਸ਼ਹੀਦ ਲਫ਼ਜ਼ ਹੈ, ਮੇਰੀ ਬੇਨਤੀ ਹੈ, ਇਹ ਇਸਲਾਮ ਵਾਲੇ ਪਾਸਿਓਂ ਸਫ਼ਰ ਕਰਦਾ ਆਉਂਦਾ ਲਫ਼ਜ਼ ਮੈਂ ਕਹਿ ਰਿਹਾ। ਥੋੜ੍ਹੀ ਜਿਹੀ ਮੇਰੀ ਬੇਨਤੀ ਹਟ ਕੇ ਵੀ ਆਪਾਂ ਰੋਜ਼ ਮਨਾ ਰਹੇ ਹਾਂ, ਸਿੱਖੀ 'ਚ ਸ਼ਹਾਦਤਾਂ ਦੀ ਕੀ ਥਾਂ ਹੈ? ਕੀ ਇਸਲਾਮ ਵਾਲਾ ਕੰਸੈਪਟ ਹੀ ਹੈ? ਨਹੀਂ, ਇਸਲਾਮ ਵਿੱਚ ਪੰਜ ਤਰ੍ਹਾਂ ਦੀ ਸ਼ਹਾਦਤ ਮੰਨੀ ਹੈ ਜੀ। ਇੱਕ ਲਫ਼ਜ਼ ਹੈ ਸ਼ਹੀਦ, ਦੂਜਾ ਸ਼ਬਦ ਹੈ ਸ਼ਹੀਦੇ ਕਰਬਲਾ। ਹੁਣੇ ਸਿੰਘ ਸਾਹਿਬ ਜ਼ਿਕਰ ਕਰਕੇ ਗਏ ਤਾਜ਼ੀਆ ਕੱਢਣ ਦਾ, ਉਹ ਹਜ਼ਰਤ ਮੁਹੰਮਦ ਸਾਹਿਬ ਦੇ ਦੋਹਤਿਆਂ ਨਾਲ ਸੰਬੰਧਿਤ। ਪਹਿਲਾ ਲਫ਼ਜ਼ ਹੈ ਇਸਲਾਮ ਵਿੱਚ ਸ਼ਹੀਦ, ਦੂਜਾ ਹੈ ਸ਼ਹੀਦੇ ਕਰਬਲਾ, ਤੀਸਰਾ ਹੈ ਸ਼ਹੀਦੇ ਵਤਨ, ਚੌਥਾ ਹੈ ਇਹ ਸ਼ਹੀਦੇ ਮੁਹੱਬਤ। ਇਹਨਾਂ ਲਫ਼ਜ਼ਾਂ ਦੀ ਵਰਤੋਂ ਕੀਤੀ। ਇੱਕ ਲਫ਼ਜ਼ ਜਿਹੜਾ ਭਾਰਤ ਨੇ ਬਹੁਤ ਚੁੱਕਿਆ, ਉਹ ਵੀ ਸਾਡਾ ਕੋਈ ਨਹੀਂ ਜੀ, ਉਹ ਸ਼ਹੀਦੇ ਆਜ਼ਮ। ਇਹ ਅਰਬ 'ਚੋਂ ਆ ਰਿਹਾ ਸ਼ਬਦ, ਫਿਰ ਧਿਆਨ ਨਾਲ ਸੁਣਿਓ। ਉਹਨਾਂ ਦੇ ਪੰਜ ਤਰ੍ਹਾਂ ਦੇ ਸ਼ਹੀਦ ਨੇ ਜੀ। ਇੱਕ ਸ਼ਹੀਦ ਹੈ ਜਿਹੜਾ ਨੇਕੀ ਦੇ ਰਸਤੇ 'ਤੇ ਚੱਲਦਾ ਚੱਲਦਾ ਆਪਣੇ ਆਪ ਨੂੰ ਕੁਰਬਾਨ ਕਰ ਗਿਆ, ਅਤੇ ਇੱਥੋਂ ਤੱਕ ਕਈ ਬੰਦੇ ਇਸਲਾਮ ਦੇ ਵਿੱਚ ਜੇ ਬਿਮਾਰੀ ਨਾਲ ਬੰਦਾ ਜੂਝਦਾ, ਕਈ ਦਿਨ ਹਸਪਤਾਲ ਰਹਿ ਕੇ ਮਰ ਜਾ, ਉਹਨੂੰ ਵੀ ਕਹਿੰਦੇ ਸ਼ਹੀਦ ਹੋ ਗਿਆ ਹੈ। ਇਹ ਸੰਘਰਸ਼ ਕਰ ਰਿਹਾ ਸੀ। ਅਗਲੀ ਗੱਲ, ਦੂਜਾ ਸ਼ਬਦ ਹੈ ਸ਼ਹੀਦੇ ਕਰਬਲਾ। ਕਰਬਲਾ ਦਾ ਅਰਬ ਵਿੱਚ ਉਹ ਮੈਦਾਨ ਹੈ ਜਿੱਥੇ ਹਜ਼ਰਤ ਮੁਹੰਮਦ ਸਾਹਿਬ ਦੇ ਦੋਹਤਿਆਂ ਨੂੰ ਕੋਹ ਕੇ ਸ਼ਹੀਦ ਕੀਤਾ ਗਿਆ ਸੀ। ਤੀਸਰਾ ਮੈਂ ਸ਼ਬਦ ਵਰਤਿਆ ਸ਼ਹੀਦੇ ਆਜ਼ਮ। ਉਂਝ ਵੈਦੇ ਸੇ ਲਫ਼ਜ਼ੀ ਅਰਥ ਨੇ ਸ਼ਹੀਦਾਂ ਵਿੱਚੋਂ ਵੱਡਾ ਸ਼ਹੀਦ। ਪਿਆਰਿਓ, ਇਸਲਾਮ ਵਿੱਚ ਇਹ ਇੱਕ ਰੁਤਬਾ ਦਿੱਤਾ ਜਾਂਦਾ ਸੀ ਸ਼ਹੀਦੇ ਆਜ਼ਮ। ਉਹ ਲਫ਼ਜ਼ ਹੈ ਕਿ ਜਦੋਂ ਕਿਸੇ ਬੰਦੇ ਨੂੰ, ਸ਼ਹੀਦ ਨੂੰ ਕਰਬਲਾ ਦੇ ਸ਼ਹੀਦਾਂ ਨਾਲ ਤੁਲਨਾ ਦੇਣੀ ਹੋਵੇ
ਉਹਨੂੰ ਕਹਿੰਦੇ ਸਨ ਸ਼ਹੀਦੇ ਆਜ਼ਮ। ਭਾਰਤ ਵਿੱਚ ਇਹ ਵਰਤਿਆ ਜਾਂਦਾ ਜੀ, ਸ਼ਹੀਦੇ ਆਜ਼ਮ ਦਰ ਤੇ ਸਭ ਤੋਂ ਵੱਡਾ ਸ਼ਹੀਦ, ਸ਼ਹੀਦ, ਸ਼ਹੀਦੇ ਕਰਬਲਾ, ਸ਼ਹੀਦੇ ਆਜ਼ਮ, ਉਸ ਤੋਂ ਅਗਲਾ ਸ਼ਬਦ ਹੈ ਸ਼ਹੀਦੇ ਮੁਹੱਬਤ, ਜਿਹੜਾ ਆਪਣੇ ਪਿਆਰੇ ਦੀ ਖਾਤਰ ਮਰ ਜਾਏ ਉਹਨੂੰ ਵੀ ਕਹਿੰਦੇ ਸ਼ਹੀਦ ਹੋ ਗਿਆ ਹੈ ਜੀ ਪ੍ਰੇਮ 'ਚ। ਪੰਜਵਾਂ ਸ਼ਬਦ ਹੈ ਉਹਨਾਂ ਦਾ ਸ਼ਹੀਦੇ ਵਤਨ, ਜਿਹੜਾ ਵਤਨ ਦੀ ਖਾਤਰ ਸ਼ਹੀਦ ਹੋ ਜਾਏ। ਪਰ ਮੈਂ ਆਪ ਨੂੰ ਬੇਨਤੀ ਕਰਨ ਲੱਗਾ, ਸਾਡੇ 'ਚ ਸ਼ਹੀਦੀ ਦੋ ਤਰੀਕਿਆਂ ਨਾਲ ਅਪਣਾਈ ਗਈ ਹੈ। ਮੈਂ ਲਫ਼ਜ਼ ਮਰੇ ਵੀ ਵਰਤਾਂਗਾ ਅਤੇ ਸ਼ਹੀਦੀ ਵੀ ਵਰਤਾਂਗਾ, ਕਿਉਂਕਿ ਗੁਰਬਾਣੀ ਨੇ ਦੋਨੋਂ ਪੱਖ ਰੱਖੇ। ਹੁਣ ਦੇਖੋ, ਅਸੀਂ ਜਦੋਂ ਸ਼ਹੀਦ ਇਤਿਹਾਸ ਵਿੱਚੋਂ ਪੜ੍ਹਦੇ ਹਾਂ, ਅਸੀਂ ਪੰਜ ਤਰ੍ਹਾਂ ਦੀ ਵੰਡੀ ਨਹੀਂ ਪਾਉਂਦੇ ਸ਼ਹੀਦ ਵਿੱਚ। ਅਸਲ 'ਚ ਸਾਡੇ ਵਿੱਚ ਦੋ ਤਰ੍ਹਾਂ ਦੀ ਸ਼ਹਾਦਤ ਹੈ ਜੀ। ਇੱਕ ਸ਼ਹਾਦਤ ਹੈ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਨਾ, ਸਭ ਕੁਝ ਆਪਣੇ ਪਿੰਡੇ 'ਤੇ ਹੰਢਾ ਕੇ ਜ਼ਬਾਨ ਤੋਂ ਮਾਰਨ ਵਾਲੇ ਨੂੰ ਕਬੂਲ ਵੀ ਨਾ ਬੋਲਣਾ, ਵਾਹਿਗੁਰੂ ਕਹਿ ਕੇ ਸਬਰ ਨਾਲ ਜਰ ਜਾਣਾ, ਉਹਨੂੰ ਕਹਿੰਦੇ ਸ਼ਾਂਤਮਈ ਸ਼ਹੀਦੀ ਹੈ। ਗੁਰੂ ਅਰਜਨ ਦੇਵ ਦੀ ਸ਼ਹਾਦਤ ਹੈ ਨਾ, ਪਰ ਉਹਨਾਂ ਨੇ ਤਾਂ ਇੱਕ ਲਫ਼ਜ਼ ਵੀ ਮਾੜਾ ਨਹੀਂ ਕਿਹਾ। ਇੱਥੋਂ ਤੱਕ ਸੀਸ 'ਤੇ ਰੇਤਾ ਪਾ ਰਹੇ ਆ ਅਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਆ ਬਿਸਰ ਗਈ ਸਭ ਤਾਤ ਭਰਾਈ, ਜਬ ਤੇ ਸਾਧ ਸੰਗਤ ਮੋਏ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ, ਖੰਮ ਕੋ ਬਣਿਆਈ। ਕੋਈ ਲਫ਼ਜ਼ ਵੀ ਉਹਨਾਂ ਨੇ ਐਸਾ ਨਹੀਂ ਵਰਤਿਆ। ਮੈਂ ਆਪ ਨੂੰ ਬੇਨਤੀ ਕਰਾਂ, ਉਸ ਤੋਂ ਬਾਅਦ ਦੂਜੀ ਸਾਡੀ ਜਿਹੜੀ ਧਾਰਾ ਹੈ ਸ਼ਹਾਦਤ ਦੀ, ਉਹ ਹੈ ਜੁਝਾਰੂ ਸ਼ਹੀਦੀ, ਉਹ ਹੈ ਸੰਘਰਸ਼ਮਈ ਸ਼ਹੀਦੀ। ਇਹਨੂੰ ਹੋਰ ਲਵੇ ਸੌਖੇ ਵਰਤਣਾ ਹਥਿਆਰਬੰਦ ਸ਼ਹੀਦੀ। ਇੱਕ ਹੈ ਬਿਲਕੁਲ ਹੱਥ ਖਾਲੀ, ਜ਼ਾਲਮ ਜੋ ਕਰ ਰਿਹਾ ਉਹਨੂੰ ਖਿੜੇ ਮੱਥੇ ਸਵੀਕਾਰ ਕਰੀ ਜਾਣਾ ਅਤੇ ਜ਼ਬਾਨ ਤੋਂ ਸੀ ਵੀ ਨਾ ਕਰਨੀ। ਅਤੇ ਦੂਜੀ ਹੈ ਜਦੋਂ ਸ਼ਾਂਤਮਈ ਸ਼ਹਾਦਤ ਤੋਂ ਵੀ ਬਾਅਦ ਜ਼ਾਲਮ ਨਾ ਮੁੜੇ, ਫਿਰ ਹਥਿਆਰਬੰਦ ਜੰਗ ਵਿੱਚ ਜੂਝ ਕੇ ਸ਼ਹੀਦ ਹੁੰਦੇ ਆ। ਬਸ ਆਹ ਹੀ ਸਾਡੀ ਸ਼ਹੀਦਾਂ ਦੋ ਵੀ ਧਾਰਾਂ ਮਿਲ ਗਈਆਂ ਜੀ। ਉਸ ਤੋਂ ਬਾਅਦ ਜਿਹੜਾ ਗੁਰੂ ਗ੍ਰੰਥ ਸਾਹਿਬ ਸ਼ਬਦ ਹੈ ਮੌਤ, ਮਰਨਾ, ਮੈਂ ਜਦੋਂ ਪਾਠ ਕਰਨਾ ਕਈ ਵਾਰੀ ਮਨ 'ਚ ਆਉਂਦਾ ਵੀ ਇਹ ਸ਼ਬਦ ਕਿਸ ਕਿਸ ਰੂਪ 'ਚ ਗੁਰਦੇਵ ਨੇ ਵਰਤਿਆ। ਉਂਝ ਮੈਂ ਬੇਨਤੀ ਕਰਾਂਗਾ ਕਿ ਤਿੰਨ ਤਰ੍ਹਾਂ ਦੀ ਮੌਤ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਗਈ ਹੈ, ਜਾਂ ਹੋਰ ਕਹਿ ਲਈਏ ਭਾਈ ਸਾਹਿਬ ਇੱਕ ਸ਼ਬਦ ਪੜ੍ਹ ਰਹੇ ਸਨ, ਚਾਰ ਤਰ੍ਹਾਂ ਦੀ ਮੈਂ ਕਹਿ ਸਕਣਾ। ਸੁਣਿਓ ਧਿਆਨ ਨਾਲ ਗੁਰਮੁਖੋ, ਮੈਂ ਇਤਿਹਾਸ 'ਚ ਆਵਾਂਗਾ। ਇੱਕ ਮੌਤ ਹੈ ਫਿਜ਼ੀਕਲ ਡੈਥ, ਜਿਹੜਾ ਜੰਮਿਆ ਉਹਨੇ ਮਰਨਾ ਹੀ ਮਰਨਾ ਹੈ ਜੀ। ਅਤੇ ਪਿਛਲੇ ਦਿਨੀ ਮੈਂ ਕਿਹਾ ਕਿ ਮੌਤ ਸੱਚ ਇਹ ਵੇ ਕੋਈ 50 ਸਾਲ ਬਾਅਦ ਨਹੀਂ ਆਉਂਦੀ, 70 ਸਾਲ ਬਾਅਦ। ਅਸੀਂ ਕਹਿੰਦੇ ਹਾਂ ਨਾ ਇਹ 80 ਸਾਲ ਜੀਆ, 80 ਸਾਲ ਬਾਅਦ ਮੌਤ ਹੈ, ਨਹੀਂ ਪਿਆਰਿਓ, ਮੌਤ ਉਦਣ ਹੀ ਆ ਜਾਂਦੀ ਜਿੱਦਣ ਜਨਮ ਹੁੰਦਾ, 80 ਸਾਲ 'ਚ ਇਹ ਕੰਮ ਨਿਬੇੜ ਜਾਂਦੀ ਹੈ। ਆਉਣਾ ਅਤੇ ਕੰਮ ਨਿਬੇੜਨਾ ਬੜਾ ਫਰਕ ਹੈ ਨਾ। ਮੈਂ ਲੁਧਿਆਣਿਓਂ ਚੱਲ ਕੇ ਆਇਆ, ਪਰਮਜੀਤ ਸਿੰਘ ਮੈਨੂੰ ਰਾਹ 'ਚ ਮਿਲੇ ਆ, ਮੈਂ 2 ਘੰਟੇ ਚੱਲਾਂ ਵਾਂ, ਚੱਲ ਮੈਂ ਇਸ ਪਿੰਡ ਨੂੰ 2 ਘੰਟੇ ਪਹਿਲਾਂ ਪਿਆ, ਪਰ 2 ਘੰਟੇ ਬਾਅਦ ਮੈਨੂੰ ਮੰਜ਼ਿਲ ਮਿਲ ਗਈ। ਜਿੱਦਣ ਮਾਂ ਦੀ ਕੁੱਖ 'ਚੋਂ ਨਿਕਲ ਕੇ ਪਹਿਲਾ ਸਾਹ ਮੇਰਾ ਬਾਹਰ ਨਿਕਲਿਆ ਨਾ, ਉਹ ਮੌਤ ਦੀ ਸ਼ੁਰੂਆਤ ਸੀ। ਜਿੱਦਣ ਅੰਤ ਨਾਲ ਨਿਕਲਿਆ ਉਦਣ ਮੌਤ ਨੇ ਕੰਮ ਨਿਬੇੜ ਲਿਆ ਸੀ। ਇਸ ਨੂੰ ਫਿਰ ਬਾਣੀ 'ਚੋਂ ਧਿਆਨ ਨਾਲ ਸੁਣਿਓ, ਮੌਤ 70-80 ਸਾਲ ਬਾਅਦ ਨਹੀਂ ਆਈ, ਮੌਤ ਦੀ ਸ਼ੁਰੂਆਤ ਸਾਡਾ ਜਨਮ ਹੈ। ਜਿਸ ਦਿਨ ਪਹਿਲਾਂ, ਫਿਰ ਤੁਸੀਂ ਸਿਆਣੇ ਬੈਠੇ ਹੋ, ਅਸੀਂ ਕਹਿੰਦੇ ਅੰਤਲਾ ਸਵਾਸ ਨਿਕਲਿਆ, ਪਹਿਲੇ ਤੋਂ ਬਿਨਾਂ ਅੰਤਲਾ ਹੋ ਸਕਦਾ? ਜੇ ਆਪਾਂ ਕਿਤੇ ਸ਼੍ਰਿੰਖਲਾ ਗਿਣਤੀ ਕਰਾਂਗੇ ਕੜੀ ਦੀ, ਅੰਤਲਾ ਤਾਂ ਆਵੇਗਾ ਜੇ ਪਹਿਲੇ ਗਿਣਾਂਗੇ ਤਾਂ। ਨਹੀਂ ਨਹੀਂ ਪਿਆਰਿਓ, ਅੰਤਲਾ ਸ਼ਬਦ ਬੜਾ ਡੂੰਘਾ ਹੈ ਕਿ ਇੰਨੇ ਵਜੇ ਅੰਤਲਾ ਸਾਹ ਲਿਆ, ਇਹਦਾ ਮਤਲਬ ਜਿਹੜਾ ਪਹਿਲਾ ਸਾਹ ਨਿਕਲਿਆ ਉਹ ਸ਼ੁਰੂਆਤ ਹੋ ਗਈ ਸੀ। ਜਦੋਂ ਮੌਤ ਨੇ ਆਪਣਾ ਕੰਮ ਨਿਬੇੜਿਆ,
ਯਾਦ ਰੱਖਿਓ ਉਦੋਂ ਮੁਕੰਮਲਤਾ ਹੋ ਚੁੱਕੀ ਹੈ। ਇੱਕ ਤਾਂ ਮੌਤ ਮੇਰੇ ਤੋਂ, ਅਸੀਂ ਹੁਣ ਬੈਠੇ ਅਸੀਂ ਮਰ ਰਹੇ ਹਾਂ, ਖਿਨ ਖਿਨ ਮਰ ਰਹੇ ਹਾਂ। ਇਹਨੂੰ ਥੋੜ੍ਹਾ ਜਿਹਾ ਸਮਝਣ ਲਈ ਇੱਕ ਹੋਰ ਬੇਨਤੀ ਸੁਣਿਓ। ਆ ਪਾਣੀ ਰੱਖਦੇ ਹਾਂ ਆਪਾਂ ਚੁੱਲ੍ਹੇ 'ਤੇ, ਅੱਗ ਬਾਲਦੇ ਹਾਂ, ਕਿਹਾ ਜਾਂਦਾ ਹੈ ਕਿ 100 ਡਿਗਰੀ 'ਤੇ ਆ ਕੇ ਪਾਣੀ ਭਾਫ਼ ਬਣ ਜਾਂਦਾ ਹੈ, ਇਸ ਤਰ੍ਹਾਂ ਹੈ ਨਾ ਜੀ। 99 'ਤੇ ਨਹੀਂ, 99 ਤੋਂ ਬਾਅਦ 100 ਇੱਕ ਹੀ ਹੈ ਨਾ, ਇੱਕ ਵਿੱਚ ਰਲਾਓਗੇ ਤਾਂ 100 ਹੋ ਜਾਏਗਾ। ਇਕੱਲੇ ਇੱਕ ਨਾਲ ਕੁਝ ਨਹੀਂ ਸੀ ਬਣਨਾ ਜੇ 99 ਪਹਿਲਾਂ ਨਾ ਹੁੰਦੇ ਤਾਂ। 99 ਤੋਂ ਬਾਅਦ ਇੱਕ, ਸਿਰਫ ਇੱਕ ਇਕਾਈ ਹੈ। ਸੱਚ ਇਹ ਵੇ ਕਿ ਜਦੋਂ 99 ਤਿਆਰੀ ਕਰੀ ਬੈਠੇ ਨੇ, 1 ਡਿਗਰੀ ਵਧਣ ਦੀ ਦੇਰ ਹੈ, ਇਹਨੇ ਭਾਵ ਬਣ ਜਾਣਾ। ਅੰਤਲਾ ਸਾਹ ਜਦੋਂ ਮੌਤ ਬਣਦਾ, ਇਹਦੇ ਲਈ ਪਹਿਲੇ ਸਹਾਇਕ ਹੁੰਦੇ ਨੇ, ਕਿਉਂਕਿ ਪਹਿਲੇ ਸਾਹ ਨਿਕਲ ਰਿਹਾ। ਗੁਰੂ ਗ੍ਰੰਥ ਸਾਹਿਬ 'ਚ ਮੈਂ ਆਪ ਨੂੰ ਬੇਨਤੀ ਕਰਾਂਗਾ, ਪਹਿਲੀ ਮੌਤ ਕਹੀ ਹੈ ਜੀ ਫਿਜ਼ੀਕਲ ਡੈਥ, ਅਤੇ ਜਿਨ੍ਹਾਂ ਨੂੰ ਆਪਾਂ ਯਾਦ ਕਰਨੇ ਪਏ ਹਾਂ। ਸਰੀਰਕ ਤੌਰ 'ਤੇ ਅਗਲਿਆਂ ਮਾਰ ਦਿੱਤਾ ਜੀ, ਸਾਹਿਬਜ਼ਾਦੇ ਸ਼ਹੀਦ ਕਰ ਦਿੱਤੇ, ਪਿਆਰੇ ਸ਼ਹੀਦ ਕਰ ਦਿੱਤੇ। ਇਹ ਮੌਤ ਫਿਜ਼ੀਕਲ ਡੈਥ, ਗੁਰਬਾਣੀ ਕਹਿੰਦੀ ਇਹ ਬੰਦੇ ਦੇ ਜਨਮ ਤੋਂ ਸ਼ੁਰੂ ਹੋਈ, ਅਤੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਮਰਨ ਲਿਖਾਏ ਮੰਡਲ ਮੈਂ ਆਏ। ਅਸੀਂ ਮੌਤ ਆਪਣੀ ਲਿਖਾ ਕੇ ਆਏ ਹਾਂ। ਗੁਰੂ ਗ੍ਰੰਥ ਸਾਹਿਬ 'ਚ ਭਗਤ ਕਬੀਰ ਸਾਹਿਬ ਦਾ ਪਹਿਲਾ ਸ਼ਬਦ ਹੈ ਜੀ, ਸ੍ਰੀ ਰਾਗ 'ਚ ਪਹਿਲਾ ਹੀ ਸ਼ਬਦ, ਜਨਨੀ ਜਾਨਤ ਸੁਤ ਬੜਾ ਹੋਤ ਹੈ। ਮਾਂ ਕਹਿੰਦੀ ਮੇਰਾ ਪੁੱਤਰ ਵੱਡਾ ਹੋ ਰਿਹਾ, ਪਰ ਇਤਨਾ ਕੂ ਨਾ ਜਾਣਾ ਜੇ ਦਿਨ ਦਿਨ ਅਵਧ ਘਟਤ ਕਹਿ। ਇੰਨਾ ਪਤਾ ਨਹੀਂ ਮਾਈ ਨੂੰ ਕਿ ਹਰ ਸਾਲ ਬਾਅਦ ਤੇਰਾ ਪੁੱਤਰ ਘਟਦਾ ਪਿਆ ਹੈ। ਮੈਂ ਬੇਨਤੀ ਕਰਾਂਗਾ, ਇੱਕ ਮੌਤ ਹੋਵੇ ਜਿਹਨੂੰ ਫਿਜ਼ੀਕਲ ਡੈਥ ਕਹਿੰਦੇ ਹਾਂ, ਜਿਹਨੂੰ ਆਪਨੇ ਗੁਰਬਾਣੀ 'ਚ ਪੜ੍ਹਿਆ ਜੋ ਉਪਜੋ ਸੋ ਬਿਨਸ ਹੈ, ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਜਿਹਨੂੰ ਸਤਿਗੁਰਾਂ ਨੇ ਕਿਹਾ ਰਹਿਣ ਨਾ ਪਾਵੈ ਸੁਰ ਨਰ ਦੇਵਾ, ਊੜ ਸਿਧਾਰੇ ਕਰ ਮੁੰਜਨ ਸੇਵਾ, ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗਤਿ ਨੇ ਦਰਸ਼ਨ ਪਾਇਆ, ਬਾਦਸ਼ਾਹ ਸ਼ਾਹ ਵਪਾਰੀ ਮਰਨਾ, ਜੋ ਦਿਸੈ ਸੋ ਕਾਲੈ ਖਰਨਾ। ਇਹ ਚੰਗਾ ਵੀ ਜਾਏਗਾ ਮੰਦਾ ਵੀ। ਮੌਤਿਕ ਮੈਂ ਦਾਤ ਕਹਾਂਗਾ ਰੱਬ ਦੀ ਜੀ, ਜੇ ਇਹ ਨਾ ਬਣਾਈ ਹੁੰਦੀ ਸੰਸਾਰ ਇੰਨਾ ਖੁਸ਼ਹਾਲ ਨਾ ਹੁੰਦਾ। ਤੁਸੀਂ ਕਦੀ ਝਾਤੀ ਮਾਰ ਕੇ ਦੇਖੋ, ਹੁਣ ਪੱਤ ਝਾੜ ਆ ਗਈ ਹੈ। ਬਸੰਤ ਤਾਂ ਗਾਇਆ ਜਾਏਗਾ ਜੇ ਪੱਤ ਝਾੜਾਂ ਤੋਂ ਬਾਅਦ ਦੂਜੇ ਫੁੱਲ ਆਉਣਗੇ। ਇਹ ਰੱਬ ਦੇ ਘਰ ਦਾ ਵਿਧਾਨ ਹੈ। ਮੌਤ ਮੈਨੂੰ ਬਖਸ਼ ਦਿਆ ਜੇ ਮੈਂ ਲਫ਼ਜ਼ ਦਾਂਤ ਵਰਤਿਆ, ਇਹ ਪਰਮਾਤਮਾ ਦੀ ਦਾਂਤ ਹੈ। ਉਹਨੇ ਇਨਸਾਨ ਪੈਦਾ ਕੀਤੇ ਨੇ, ਹਰ ਇੱਕ ਬੰਦਾ ਜਿਹੜਾ ਉਹ ਤੁਰਿਆ ਜਾ ਰਿਹਾ। ਸਰੀਰਕ ਮੌਤ ਹਰ ਇੱਕ ਦੀ ਆਉਣੀ। ਇੱਥੇ ਇੱਕ ਮੈਂ ਬੇਨਤੀ ਆਪ ਨੂੰ, ਮੈਂ ਥੋੜ੍ਹਾ ਜਿਹਾ ਬਾਣੀ ਤੋਂ ਸ਼ੁਰੂ ਕੀਤੀ ਜੀ, ਮੈਨੂੰ ਪਤਾ ਸਾਖੀ ਤੁਹਾਨੂੰ ਪਤਾ ਮੈਂ, ਮੇਰੀ ਇੱਛਾ ਹੁੰਦੀ ਹੈ। ਪਰਮਜੀਤ ਸਿੰਘ ਜੀ ਇੱਕ ਦਿਨ ਮੈਂ ਕਿਹਾ ਕਿ ਕਥਾ ਲਈ 3 ਸ਼ਬਦ ਚੇਤੇ ਰੱਖਣੇ ਚਾਹੀਦੇ ਨੇ ਮਾਛੀਵਾੜੇ, ਸਿਧਾਂਤ, ਸੰਵਾਦ ਅਤੇ ਸਾਖੀ। ਸਿਧਾਂਤ, ਸਿਧਾਂਤ ਦਾ ਲਫ਼ਜ਼ੀ ਅਰਥ ਹੁੰਦਾ ਜੀ ਅੰਤ ਸਿੱਧ ਕੀਤੀ ਹੋਈ ਬਾਤ, ਇੱਥੋਂ ਸਿਧਾਂਤ ਬਣਿਆ। ਜਿਹੜੀ ਨਿਚੋੜ ਕਰ ਦਿੱਤਾ ਵੀ ਆਹ ਸਿਧਾਂਤ ਹੈ, ਜਿਵੇਂ ਅੱਜ ਸਾਨੂੰ ਕੋਈ ਪੁੱਛਦਾ ਜੀ ਸਿੱਖੀ ਦਾ ਸਿਧਾਂਤ ਕੀ ਹੈ, ਅਤੇ ਉਹ ਬੰਦੇ ਨੂੰ ਨਾ ਤਾਂ ਰਾਗ ਦਾ ਪਤਾ, ਨਾ ਉਹਨੂੰ ਬਾਣੀ ਦਾ ਪਤਾ। ਅਸੀਂ ਕਹਾਂਗੇ ਸਾਡਾ ਸਿਧਾਂਤ ਇਹ ਵੇ ਕਿਰਤ ਕਰੋ, ਨਾਮ ਜਪੋ ਅਤੇ ਵੰਡ ਕੇ ਛਕੋ। ਸਿਧਾਂਤ ਇਹ ਨਾ ਸਿੱਧ ਕੀਤਾ ਸਾਰੀ ਬਾਣੀ 'ਚ। ਕਈ ਵਾਰੀ ਸਿਧਾਂਤ ਨੂੰ ਸਮਝਣ ਲਈ ਸੰਵਾਦ ਰਚਾਇਆ ਜਾਂਦਾ, ਅਤੇ ਸੰਵਾਦ ਹਰ ਬੰਦਾ ਨਹੀਂ ਕਰ ਸਕਦਾ ਜੀ। ਸੰਵਾਦ ਕਰਨ ਵਾਸਤੇ ਸਮਝ ਹੋਣੀ ਚਾਹੀਦੀ ਹੈ, ਫਿਰ ਸੈਮੀਨਾਰ ਹੁੰਦਾ। ਅੱਜ ਕੱਲ੍ਹ ਤਾਂ ਸੰਗਤ ਬਣ ਜਾਂਦਾ ਸੈਮੀਨਾਰ। ਸੈਮੀਨਾਰ ਤਾਂ ਵੈਸੇ ਇਕੱਲੇ ਰਿਸਰਚ ਕਰਨ ਵਾਲਿਆਂ ਦੇ ਹੁੰਦੇ ਸਨ, ਕਿਸੇ ਵਿਸ਼ੇ 'ਤੇ ਖੋਜ ਕਰਕੇ ਪਰਚੇ ਪੜ੍ਹੇ ਜਾ ਰਹੇ ਆ। ਜਿਹੜਾ ਸੁਣਦਾ ਪਿਆ ਉਹਦੀ ਨੌਲੇਜ ਇੰਨੀ ਹੈ, ਉਹ ਫਿਰ ਕੁਐਸਚਨ ਪੁੱਟ ਕਰਦਾ,
ਜੋ ਤੁਸੀਂ ਆਹ ਕਿਹਾ ਸਵਾਦ ਨੂੰ ਸਮਝਣ ਵਾਸਤੇ ਸਮਝ ਚਾਹੀਦੀ ਹੈ ਸਵਾਦ ਕਰਨ ਲਈ। ਇਹੀ ਕਾਰਨ ਗੁਰੂ ਗ੍ਰੰਥ ਸਾਹਿਬ ਵਿੱਚ ਕਾਜ਼ੀ ਇੰਨਾ ਸਵਾਦ ਨਹੀਂ ਕਰਦਾ, ਬ੍ਰਾਹਮਣ ਇੰਨਾ ਸਵਾਦ ਨਹੀਂ ਕਰਦਾ, ਜਿੰਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਸਿੱਧ ਗੁਰੂ ਨਾਲ ਸਵਾਦ ਕਰਦਾ। ਸਭ ਤੋਂ ਜ਼ਿਆਦਾ ਸ਼ਬਦ ਸਿੱਧ ਆਉਂਦੇ ਨੇ ਸਿੱਧ ਗੋਸ਼ਟ ਵਿੱਚ। ਮੈਂ ਬੇਨਤੀ ਕਰਾਂ ਜਿਹਨੂੰ ਸਵਾਦ ਦਾ ਪਤਾ ਹੀ ਨਹੀਂ, ਸਿੱਧੀ ਗੱਲ ਜੀ, ਉਹ ਸਵੇਰੇ ਨਿਤਨੇਮ ਕਰਦਾ, ਸ਼ਾਮ ਨੂੰ ਬਾਣੀ ਪੜ੍ਹਦਾ, ਦਿਨੇ ਹਲ ਵਾਹੁੰਦਾ, ਆਪਣੇ ਖੇਤਾਂ ਡੰਗਰਾਂ ਨੂੰ ਪਾਲਦਾ, ਹੁਣ ਉਹਨੂੰ ਮੈਂ ਸੈਮੀਨਾਰ ਵਾਲੇ ਪਰਚੇ ਪੜ੍ਹਨੇ ਸ਼ੁਰੂ ਕਰਾ ਦਿਆਂ, ਉਹ ਕਹੇਗਾ ਮੇਰੇ ਸਮਝ ਨਹੀਂ ਪੈਂਦਾ, ਚਲੋ ਚੱਲੀਏ। ਉਹਦੇ ਵਾਸਤੇ ਸੌਖਾ ਤਰੀਕਾ ਹੁੰਦਾ ਉਹਨੂੰ ਸਾਖ ਹੀ ਸੁਣਾਓ, ਕਿਉਂਕਿ ਸਾਖ ਹੀ ਕਹਾਣੀ ਉਹਨੂੰ ਲੈ ਜਾਂਦੀ ਅੱਗੇ। ਮੈਂ ਇਸ ਕਰਕੇ ਥੋੜ੍ਹੀ ਜਿਹੀ ਆਪ ਨੂੰ ਬੇਨਤੀ ਕਰਾਂਗਾ ਕਿ ਦੁਨੀਆ 'ਚ ਇੱਕ ਮੌਤ ਐਸੀ ਹੈ ਜਿਹਨੇ ਇਕਸਾਰਤਾ ਪੈਦਾ ਕੀਤੀ ਹੈ, ਬਾਕੀ ਕੋਈ ਨਹੀਂ ਜੀ। ਅਰ ਸੁਣਿਓ, ਇੱਥੇ ਹਰ ਬੰਦਾ, ਜਿੰਨੇ ਬੰਦੇ ਰੋਜ਼ ਪੈਦਾ ਹੋ ਰਹੇ ਆ, ਪਰਮਾਤਮਾ ਨੇ ਹਰ ਬੰਦੇ ਦੇ ਫਿੰਗਰ ਪ੍ਰਿੰਟ ਵੱਖਰੇ ਵੱਖਰੇ ਬਣਾਇਆ, ਕਿਸੇ ਦੇ ਚਿੰਨ੍ਹ ਇੱਕ ਦੂਜੇ ਨਾਲ ਮੇਲ ਨਹੀਂ ਖਾਂਦੇ। ਅਰਬਾਂ ਬੰਦੇ ਆਪਾਂ ਇਸ ਧਰਤੀ 'ਤੇ, ਪਤਾ ਨਹੀਂ ਰੱਬ ਨੇ ਕਿਹੋ ਜਿਹੀ ਡਾਈ ਬਣਾ ਦਿੱਤੀ, ਰੋਜ਼ ਹਰ ਬੰਦੇ ਲਈ ਬਦਲ ਰਿਹਾ। ਮੇਰੇ ਉਂਗਲਾਂ ਦੇ ਨਿਸ਼ਾਨ ਮੇਰੇ ਬੱਚਿਆਂ ਨਾਲ ਨਹੀਂ ਮਿਲ ਰਹੇ, ਇਹ ਅਕਸਰਤਾ ਨਹੀਂ ਹੈਗੀ ਇਸ ਦੁਨੀਆ ਵਿੱਚ। ਚੱਕਰ ਚਿੰਨ੍ਹ ਕਰਕੇ ਅਸੀਂ ਬਰਾਬਰ ਨਹੀਂ। ਦੂਸਰੀ ਬੇਨਤੀ, ਇੱਥੋਂ ਤੱਕ ਜੋ ਮਰਜ਼ੀ ਰੌਲਾ ਪਾਈ ਜੋ, ਆਰਥਿਕਤਾ ਦੇ ਤੌਰ 'ਤੇ ਨਾ ਬੰਦਾ ਪਹਿਲਾਂ ਬਰਾਬਰ ਸੀ ਅਤੇ ਨਾ ਹੈ ਅਤੇ ਨਾ ਹੋਵੇਗਾ, ਜੇ ਸਪਿਰਚੁਅਲ ਤਰੀਕੇ ਨਾਲ ਸੁਣੋ ਤਾਂ। ਜੇ ਆਪਾਂ ਕਹੀਏ ਜੀ ਨਹੀਂ ਹਮ ਤੋ ਸਭੀ ਗਰੀਬੀ ਖਤਮ ਕਰ ਦੇਂਗੇ, ਸਭ ਤੋਂ ਵੱਡਾ ਝੂਠ ਹੈ ਜਿਹੜਾ ਰੱਬ ਦੇ ਲਿਖੇ ਹੋਏ ਲੇਖ ਨੂੰ ਕੋਈ ਲੀਡਰ ਵੀ ਬਦਲ ਸਕਦਾ। ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਿਢਾਣ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨਿਰਦਨ ਸਰਦਨ ਦੋਨੋਂ ਭਾਈ, ਪ੍ਰਭ ਕੀ ਕਲਾ ਨਾ ਮੇਟੀ ਜਾਈ। ਇੱਕ ਬੰਦਾ ਸਿਆਲ 'ਚ ਰਾਤ ਨੂੰ ਸੁੱਤਾ ਹੈ, ਕੀ ਇਹ ਬਰਾਬਰ ਤਾਂ ਹੈ? ਦੂਸਰਾ ਰਾਤ ਕੋਰੇ ਵਿੱਚ ਬਰਫ਼ ਵਿੱਚ ਖਲੋਤਾ ਹੋਏ ਸੁੱਤੇ ਦਾ ਪਹਿਰਾ ਦੇ ਰਿਹਾ, ਅਤੇ ਪੰਜਾਂ ਤੱਤਾਂ ਦੇ ਸਰੀਰ ਦੋਵੇਂ ਨੇ, ਪਰ ਬਰਾਬਰ ਤਾਂ ਥੋੜ੍ਹਾ ਹੈ। ਇੱਕ ਨਿਹਾਲੀ ਪਏ ਸਵਨ, ਇੱਕ ਉੱਪਰ ਰਹਿਣ ਖੜੇ। ਨਿਹਾਲੀ ਮੀਨਸ ਬਿਸਤਰਾ, ਇੱਕ ਸੁੱਤਾ ਦੂਜਾ ਪਹਿਰਾ ਦੇ ਰਿਹਾ। ਪਿਆਰਿਓ ਮੇਰੀ ਬੇਨਤੀ ਹੈ, ਚੱਕਰ ਚਿੰਨ੍ਹ ਕਰਕੇ ਨਹੀਂ, ਧਨ ਕਰਕੇ ਨਹੀਂ, ਸੁਭਾਅ ਕਰਕੇ ਨਹੀਂ, ਸੱਚ ਇਵੇਂ ਕਿ ਪਰਮਾਤਮਾ ਨੇ ਮੌਤ ਐਸੀ ਬਣਾਈ ਹੈ, ਅਮੀਰ ਵੀ ਜਾਏਗਾ, ਗਰੀਬ ਵੀ ਜਾਏਗਾ, ਰਾਜਾ ਵੀ ਜਾਏਗਾ, ਪ੍ਰਜਾ ਵੀ ਜਾਏਗੀ, ਇੱਥੇ ਵਿਦਵਾਨ ਵੀ ਜਾਏਗਾ, ਮੂਰਖ ਵੀ ਜਾਏਗਾ। ਗੁਰੂ ਸਾਹਿਬ ਨੇ ਕਿਹਾ ਰਾਜਾ ਪ੍ਰਜਾ ਸਮ ਕਰ ਮਾਰੇ, ਐਸੋ ਕਾਲ ਬਿੜਾਨੀ ਰੇ, ਕਾਲ ਐਸਾ ਹੈ, ਮੌਤ ਐਸੀ। ਮੈਂ ਆਪ ਨੂੰ ਬੇਨਤੀ ਕਰਾਂ, ਪਹਿਲੀ ਹੈ ਫਿਜ਼ੀਕਲ ਡੈਥ। ਮੈਂ ਤੁਸੀਂ ਇਹਨੂੰ ਨਿਰਾਸ਼ਤਾ 'ਚ ਨਾ ਲੈ ਕੇ ਜਾਇਓ, ਕਿਉਂਕਿ ਜਿਹੜੀ ਚੀਜ਼ ਸਾਡੇ ਨਾਲ ਤੁਰਦੀ ਹੋਵੇ ਉਹਨੂੰ ਚੇਤੇ ਰੱਖ ਲੈਣਾ ਚਾਹੀਦਾ। ਚਾਰ ਗੱਲਾਂ ਬੰਦੇ ਨੂੰ, ਸਾਰੇ ਧਰਮ ਚਾਰ ਗੱਲਾਂ 'ਤੇ ਜ਼ੋਰ ਕਦੀ ਨਹੀਂ ਦਿੰਦੇ, ਦੋ ਗੱਲਾਂ 'ਤੇ ਜ਼ੋਰ ਦਿੰਦੇ ਆ, ਵੀ ਭਾਈ ਰੱਬ ਦੀ ਬੰਦਗੀ ਕਰੋ ਏ, ਮੌਤ ਚੇਤੇ ਰੱਖਿਆ ਕਰੋ। ਇਹੀ ਲੈਕਚਰ ਨਾ ਕਿਸੇ ਧਰਮ ਨੂੰ, ਤੁਸੀਂ ਹਿੰਦੂ ਧਰਮ ਲੈ ਲਓ, ਈਸਾਈ ਲੈ ਲਓ, ਮੁਸਲਮਾਨ, ਉਹ ਕਹਿਣ ਲੱਗੇ ਰੱਬ ਦੇ ਕਹਿਰ ਤੋਂ ਡਰੋ, ਮੌਤ ਆਉਣ ਵਾਲੀ ਹੈ। ਦੂਜਾ ਰੱਬ ਨੂੰ ਚੇਤੇ ਕਰੋ। ਕਦੀ ਕਿਸੇ ਨੇ ਲੈਕਚਰ ਕੀਤਾ ਤਰੇ ਲੱਗੇ ਤਾਂ ਪਾਣੀ ਪੀ ਲਿਆ ਕਰੋ? ਕਦੀ ਕਿਸੇ ਕਿਹਾ ਉਹ ਨੀਂਦ ਆਵੇ ਸੌਂ ਜਾਇਆ ਕਰੋ? ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ, ਮਰਨਾ ਖਾਣਾ ਚੇਤੇ ਹੈ, ਪੀਣਾ ਚੇਤੇ ਵੇ, ਸੌਣਾ ਚੇਤੇ ਵੇ, ਮਖੌਲ ਕਰਨਾ ਚੇਤੇ ਵੇ। ਜੇ ਨਹੀਂ ਚੇਤੇ, ਇੱਕ ਮੌਤ ਨਹੀਂ ਚੇਤੇ ਅਤੇ ਦੂਜਾ ਰੱਬ ਨਹੀਂ ਚੇਤੇ। ਪਰ ਮੇਰੀ ਬੇਨਤੀ ਹੈ ਫਿਜ਼ੀਕਲ ਡੈਥ ਸਭ ਦੀ ਹੋਣੀ। ਇਸ ਤੋਂ ਅੱਗੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਇੱਕ ਹੋਰ ਮੌਤ ਹੈ, ਉਹ ਮੌਤ ਲੋਕ ਸਾਹ ਲੈਂਦੇ ਆ, ਖਾਂਦੇ ਪੀਂਦੇ ਆ, ਸਭ ਕੁਝ ਮਾਣਦੇ ਨੇ,
ਪਰ ਜਿਹਦੇ ਖਿਰਦੇ ਵਿੱਚੋਂ ਵਾਹਿਗੁਰੂ ਦੀ ਯਾਦ ਭੁੱਲ ਜਾਏ ਉਹ ਬੰਦਾ ਮੁਰਦਿਆਂ ਵਿੱਚ ਹੁੰਦਾ ਹੈ। ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ ਮ੍ਰਿਤਕ ਕਈਆਂ ਨਾਨਕਾ ਜੈ ਪ੍ਰੀਤ ਨਹੀਂ ਭਗਵੰਤ ਸੱਚੀ ਜੀ। ਜਿਹਨੂੰ ਰੱਬ ਭੁੱਲ ਜਾਏ ਜਿਨ ਹਰ ਹਿਰਦਾ ਨਾਮ ਨਾ ਬਸਿਓ ਤਿਨ ਮਾਤ ਕੀਜਾ ਹਰ ਬਾਂਝਾ ਤਿਨ ਸੁਣੀ ਦੇ ਫਿਰੈ ਬਿਨ ਨਾਮ ਹੈ ਉਹ ਖੱਪ ਖੱਪ ਮੂਵੇ ਕਰਾਂਝਾ। ਮੇਰੀ ਬੇਨਤੀ ਇੱਕ ਮੌਤ ਹੋਵੇ। ਤੀਸਰੀ ਬੇਨਤੀ ਇੱਕ ਮੌਤ ਹੋਰ ਹੈ ਗੁਰੂ ਗ੍ਰੰਥ ਸਾਹਿਬ ਜੀ ਦੱਸੀ, ਫਿਰ ਧਿਆਨ ਨਾਲ ਸੁਣਿਓ। ਫਿਜ਼ੀਕਲ ਮੌਤ ਹੈ, ਰੱਬ ਨੂੰ ਭੁੱਲ ਜਾਣਾ ਮੌਤ ਹੈ। ਤੀਸਰੀ ਮੌਤ ਕਦੀ ਕੋਈ ਸਦੀਆਂ ਵਿੱਚੋਂ ਕਰੋੜਾਂ ਵਿੱਚੋਂ ਇੱਕ ਅੱਧਾ ਮਰਦਾ ਹੈ ਉਹ ਸ਼ਬਦ ਵਿੱਚ ਮਰਿਆ ਜਾਂਦਾ ਹੈ, ਉਹਦੀ ਈਗੋ ਮਰ ਜਾਂਦੀ ਹੈ, ਉਸਦੀ ਮੈਂ ਖਤਮ ਹੋ ਜਾਂਦੀ। ਉਸ ਨੂੰ ਗੁਰੂ ਗ੍ਰੰਥ ਸਾਹਿਬ 'ਚ ਕਿਹਾ ਸ਼ਬਦ ਮਰੋ ਫਿਰ ਜੀਵੋ ਸਦਕੀ ਤਾਂ ਫਿਰ ਮਰਨ ਨਾ ਹੋਈ। ਉਸ ਨੂੰ ਗੁਰੂ ਗ੍ਰੰਥ ਸਾਹਿਬ 'ਚ ਕਬੀਰ ਜੀ ਨੇ ਕਿਹਾ ਕਬੀਰ ਜਾਂ ਦਿਨ ਖੌਮ ਹੂਆ, ਆਪਾਂ ਤਾਂ ਕਹਿੰਦੇ ਮਰਨ ਤੋਂ ਬਾਅਦ ਭੋਗ ਪੈ ਗਿਆ, ਉਹ ਕਹਿਣ ਲੱਗੇ ਮਰਨ ਤੋਂ ਬਾਅਦ ਜ਼ਿੰਦਗੀ ਸ਼ੁਰੂ ਹੋਈ। ਪਾਛੈ ਭਇਆ ਆਨੰਦ, ਇਹਦਾ ਮਤਲਬ ਮੌਤ ਤੋਂ ਬਾਅਦ ਆਨੰਦ। ਫਿਜ਼ੀਕਲ ਡੈਥ ਮੌਤ ਹੁੰਦੀ ਹੈ, ਲੋਕ ਸੋਗ ਮਨਾਉਂਦੇ ਆ, ਪਰ ਗੁਰੂ ਸਾਹਿਬ ਕਹਿ ਰਹੇ ਆ, ਕਬੀਰ ਜੀ ਕਹਿ ਰਹੇ ਆ, ਕਬੀਰ ਜਾਂ ਦਿਨ ਖੌਮ ਹੂਆ ਪਾਛੈ ਭਇਆ ਆਨੰਦ ਮੋਹਿ ਮਿਲਿਓ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ। ਮੈਂ ਅਰਜ਼ ਕਰਾਂਗਾ ਸ਼ਬਦ ਵਿੱਚ ਮਰਨਾ ਕੋਈ ਇਹ ਅਖਰੀ ਅਰਥ ਨਹੀਂ, ਮੈਂ ਕਹਿ ਦਿੱਤਾ ਸ਼ਬਦ 'ਚ ਮਰਨਾ, ਸ਼ਬਦ 'ਚ ਕੋਈ ਟਾਵਾਂ ਟਾਵਾਂ ਮਰਦਾ, ਗੁਰੂ ਕਿਰਪਾ ਵਾਲਾ ਮਰਦਾ। ਫਿਰ ਅਰਜ਼ ਸੁਣਿਓ, ਸ਼ਬਦ 'ਚ ਮਰੇ ਹੋਏ ਫਿਜ਼ੀਕਲ ਡੈਥ ਦੇ ਤੋਂ ਨਿਰਲੇਪ ਹੋ ਜਾਂਦੇ ਨੇ। ਚੌਥੀ ਮੌਤ ਹੈ ਜਿਹੜੀ ਗੁਰਮੁਖੋ ਯਾਦ ਰੱਖੋ, ਫਿਰ ਰਿਪੀਟ ਕਰਾਂਗਾ, ਫਿਜ਼ੀਕਲ ਡੈਥ ਪਰਮਾਤਮਾ ਨੂੰ ਭੁੱਲਣਾ ਮੌਤ, ਸ਼ਬਦ ਵਿੱਚ ਜਿਉਂਦੇ ਜੀ ਮਰ ਜਾਣਾ ਇਹ ਮੌਤ। ਚੌਥੀ ਮੌਤ ਜਿਹੜੀ ਆਮ ਬੰਦਿਆਂ ਦੀ ਨਹੀਂ, ਉਹ ਰੱਬ ਦੇ ਘਰ ਵਿੱਚ ਰਿਜ਼ਰਵ ਹੁੰਦੀ ਹੈ, ਉਹ ਸੂਰਮੇ ਦੀ ਮੌਤ ਹੈ, ਜਿਹਨੂੰ ਹੁਣੇ ਭਾਈ ਸਾਹਿਬ ਪੜ੍ਹ ਕੇ ਗਏ, ਮਰਨ ਮੁਣਸਾਂ ਸੂਰਿਆਂ ਹਾਂ ਕਹਿ ਪੜ੍ਹਿਆ ਨਾ ਭਾਈ ਸਾਹਿਬ ਨੇ। ਮੈਂ ਭਾਈ ਸਾਹਿਬ ਭਾਵੇਂ ਉੱਥੇ ਮੈਂ ਚਾਹ ਪੀ ਰਿਹਾ ਸਾਂ, ਪਰ ਮੇਰਾ ਧਿਆਨ ਸੰਗਤ ਵੱਲ ਸੀ ਕਿ ਜਿੱਥੇ ਮੈਂ ਕਥਾ ਕਰਨੀ ਉੱਥੇ ਕੀ ਪੜ੍ਹਿਆ ਜਾ ਰਿਹਾ ਹੈ। ਅਤੇ ਮੈਂ ਰਾਤ ਵੀ ਕਿਹਾ ਉੱਥੇ ਸੀ ਜੀ ਚੰਦੂ ਮਾਤਾ ਸਾਹਿਬ ਅਨੰਦਪੁਰ ਸਾਹਿਬ, ਮੈਂ ਇੱਕ ਬੇਨਤੀ ਕੀਤੀ ਸੀ ਗੁਰਮੁਖੋ ਤੁਸੀਂ ਅੱਜ ਆਇਓ ਨਾ, ਆਹ ਇਲਾਕਾ ਹਿੰਮਤ ਕਰ ਰਿਹਾ। ਮੈਨੂੰ ਪਰਮਜੀਤ ਸਿੰਘ ਕਿਹਾ ਵੀ ਤੁਹਾਨੂੰ ਸੱਦਿਆ ਤਾਂ ਵੀ ਸੰਗਤ ਇਕੱਠੀ ਹੋਏ ਕਰੇ। ਅਤੇ ਮੇਰੀ ਇੱਕ ਬੇਨਤੀ ਹੈ, ਤੁਸੀਂ ਇਹਨਾਂ ਦਿਨਾਂ ਨੂੰ ਨੋਟ ਕਰ ਲਓ, ਕੋਈ ਆਵੇ ਪ੍ਰਚਾਰਕ, ਕੋਈ ਕੀਰਤਨੀ ਆਵੇ, ਇਸ ਹੁਣ ਅੱਜ ਤੁਸੀਂ ਬੈਠੇ ਹੋ ਇੱਥੇ, ਅਤੇ ਅੱਜ ਗੁਰੂ ਗੋਬਿੰਦ ਸਿੰਘ ਸਫ਼ਰ ਕਰ ਰਹੇ ਆ, ਅੱਜ ਭਾਈ ਬਚਿੱਤਰ ਸਿੰਘ ਸ਼ਹੀਦ ਹੋ ਜਾਣਾ, ਅੱਜ ਭਾਈ ਉਦੈ ਸਿੰਘ ਸ਼ਹੀਦ ਹੋ ਜਾਣਾ। ਸਾਡੇ ਜੋ ਸ਼੍ਰੋਮਣੀ ਕਮੇਟੀ ਦਾ ਇਤਿਹਾਸ ਉਹਦੇ ਮੁਤਾਬਕ ਅੱਜ ਦੁਪਹਿਰ ਨੂੰ ਭਾਈ ਜੀਵਨ ਸਿੰਘ ਨੂੰ ਗੋਲੀ ਵੱਜ ਜਾਣੀ ਹੈ। ਆਪਾਂ ਉਸ ਦਿਨ ਬੈਠੇ ਹਾਂ ਅਤੇ ਅੱਜ ਗੁਰੂ ਗੋਬਿੰਦ ਸਿੰਘ ਜੀ ਨੂੰ ਤਕਰੀਬਨ ਸ਼ਾਮ ਤੱਕ 8 ਪਹਿਰ ਹੋ ਜਾਣੇ, ਨਾ ਕੁਝ ਖਾਣ ਨੂੰ ਮਿਲਿਆ ਨਾ ਪੀਣ ਨੂੰ ਮਿਲਿਆ। ਤੁਸੀਂ ਇੱਥੇ ਬੈਠੇ ਵੀ ਚੇਤੇ ਕਰੋਗੇ ਨਾ, ਯਾਦ ਰੱਖਿਓ ਗੁਰੂ ਦੀ ਗੱਲ ਚੇਤੇ ਕੀਤਿਆਂ ਕਦੀ ਵਿਅਰਥ ਨਹੀਂ ਜਾਂਦੀ ਹੁੰਦੀ। ਭਾਈ ਸਾਹਿਬ ਇੱਕ ਸ਼ਬਦ ਹੋਰ ਪੜ੍ਹ ਕੇ ਗਏ ਨੇ, ਧੰਨ ਜੀ ਹੋ ਤੇ ਕੋ ਜਗ ਮੈਂ ਮੁਕਤ ਮੁਕਤੇ ਹਰ ਚਿੱਤ ਮੈਂ ਜੁੱਧ ਵਿਚਾਰੇ। ਹੁਣ 2 ਦਿਨ ਸਮਾਗਮ ਹੈ, ਮੇਰੀ ਲੰਗਰ ਤਾਂ ਤੁਸੀਂ ਰੋਜ਼ ਛਕਦੇ ਹੋ ਜੀ, ਜਿਹੜੀ ਚੀਜ਼ ਰੋਜ਼ ਮਿਲਦੀ ਪਈ ਕਿਉਂ ਭੱਜਣੇ ਪਿਓ ਦੇ ਲਈ, ਉਹਨਾਂ ਕੁ ਖਾਣਾ ਖਾ ਲਓ ਵੀ 2-3 ਘੰਟੇ ਸੰਗਤ ਟੇਕ ਕੇ ਬਹਿ ਜਾਈਏ, ਕੋਈ ਸੁਣਾਉਣ ਆਵੇ ਨੋਟ ਕਰਕੇ ਜਾਇਓ ਕਿ ਪਿਛਲੇ ਸਾਲ ਭਾਈ ਸਾਹਿਬ ਆਹ ਕੀਰਤਨ ਕਰਕੇ ਗਏ ਅਤੇ ਆਹ ਬੋਲ ਕੇ ਗਏ। ਸਾਡੀ ਇੱਕ ਸਮੱਸਿਆ, ਅਸੀਂ ਸੰਗਤ 'ਚ ਆਉਂਦੇ ਹਾਂ ਅਤੇ ਇੱਕ ਬੰਦਾ ਵੇਖਿੰਡ ਮੈਂ ਆਇਆ, ਤੁਸੀਂ ਕਹਿਣਾ ਭਾਈ ਭਿੰਦਰਪਾਲ ਸਿੰਘ ਆਇਆ, ਨਹੀਂ ਪਿਆਰਿਓ, ਜ਼ਰੂਰੀ ਨਹੀਂ ਕਿ ਸਕਰੀਨ 'ਤੇ ਆਉਣ ਵਾਲਾ ਬੰਦਾ ਹੀ ਮਹਾਨ ਹੁੰਦਾ ਹੈ, ਮਹਾਨ ਤਾਂ ਉਹ ਹੁੰਦਾ ਜਿਹਦੇ ਹਿਰਦੇ ਵਿੱਚ ਸ਼ਬਦ ਵੱਸ ਜਾਂਦਾ। ਮੈਂ ਫਿਰ ਵੀ ਬੇਨਤੀ, ਤੁਸੀਂ ਆਇਓ,
ਭਾਈ ਸਾਹਿਬ ਕੀਰਤਨ ਕਰਨਗੇ ਕੱਲ੍ਹ ਵੀ, ਜੋ ਵੀ ਬੋਲਿਆ ਜਾਏ ਘੱਟੋ ਘੱਟ ਡਾਇਰੀ 'ਤੇ ਨੋਟ ਕਰ ਲਿਆ ਜੇ ਕਿ ਪਿਛਲੇ ਸਾਲ ਸਤਿਗੁਰਾਂ ਦਾ ਇਹ ਸ਼ਬਦ ਸੁਣ ਕੇ ਆਏ, ਅਤੇ ਇੱਕ ਸ਼ਬਦ ਜੇ ਅਗਲੇ ਸਾਲ ਤੱਕ ਚੇਤੇ ਹੋ ਗਿਆ ਨਾ, ਸੱਚੀ ਇਹ ਵੀ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਮਿਲੇਗੀ। ਸ਼ਬਦ ਕਦੀ ਵਿਅਰਥ ਨਹੀਂ ਜਾਂਦਾ, ਕਿਉਂਕਿ ਅੱਜ ਸਾਨੂੰ ਸਮਝ ਆਇਆ ਜਾਂਦਾ ਵੀ ਵਾਹਿਗੁਰੂ ਕਰਨ ਦਾ ਕੋਈ ਫਾਇਦਾ ਨਹੀਂ। ਅੱਧੇ ਲੱਕ ਬਣ ਕੇ ਤੁਰੇ ਆ, ਮੈਂ ਨੈਗੇਟਿਵ ਨਹੀਂ ਬਿਲਕੁਲ ਨਹੀਂ ਬੋਲਾਂਗਾ, ਨਿਤਨੇਮ ਦਾ ਕੋਈ ਫਾਇਦਾ ਨਹੀਂ। ਮੈਂ ਇੱਕ ਬੇਨਤੀ ਕਰਾਂਗਾ, ਗੁਰੂ ਘਰ ਵਿੱਚ ਕੀਤੀ ਕੋਈ ਚੀਜ਼ ਵੀ ਵਿਅਰਥ ਨਹੀਂ ਜਾਂਦੀ, ਪਰ ਕਰਨ ਵਾਲਾ ਪਖੰਡੀ ਨਾ ਹੋਵੇ। ਉਹ ਹਰ ਦਿਨ ਟਿਕ ਕੇ ਵਾਹਿਗੁਰੂ ਬੋਲੇ, ਪ੍ਰਭ ਘਾਲਿਆ ਕਿ ਸਹਿਕਾ ਇੱਕ ਤਿਲ ਨਾ ਗਵਾਈ, ਸੇਵਾ ਕੀਤੀ ਗਵਾ ਜੋਗੀ। ਮੇਰੀ ਫਿਰ ਬੇਨਤੀ ਹੈ, ਜਿਹੜੀ ਸ਼ਹੀਦ ਦੀ ਮੌਤ ਹੈ ਉਹ ਰਿਜ਼ਰਵ ਹੈ, ਸਾਰੀ ਦੁਨੀਆ ਨੂੰ ਸ਼ਹਾਦਤ ਨਹੀਂ ਮਿਲ ਸਕਦੀ। ਸ਼ਹਾਦਤ ਵੀ ਉਹਨਾਂ ਨੂੰ ਮਿਲਦੀ ਜਿਹੜੀ ਰੱਬ ਦੇ ਘਰ 'ਚੋਂ ਲਿਖਾ ਕੇ ਆਏ ਆ। ਮਰਨ ਮੁਨਸਾਂ ਸੋਰਿਆਂ ਹੱਕ ਹੈ ਜੇ ਹੋਏ ਮਰਨ ਪਰਵਾਣੋ, ਚਾਰ ਤਰ੍ਹਾਂ ਦੀ ਮੌਤ ਦਾ ਮੈਂ ਜ਼ਿਕਰ ਕੀਤਾ। ਥੋੜ੍ਹਾ ਜਿਹਾ ਆਓ ਆਪਾਂ ਚੱਲਾਂਗੇ ਗੁਰੂ ਨਾਨਕ ਸਾਹਿਬ ਤੋਂ, ਮੈਂ ਹੁਣ ਥੋੜ੍ਹਾ ਇਤਿਹਾਸ ਸੁਣ ਲੱਗਾ। ਅਤੇ ਉਂਝ ਮੇਰੀ ਬੇਨਤੀ ਹੈ, ਭਾਈ ਸਿੱਖੋ ਤੁਸੀਂ ਸਮਾਗਮ ਕਰਦੇ ਹੋ, ਪਾਠ ਰਖਾਉਂਦੇ ਹੋਗੇ ਮੇਰਾ ਖਿਆਲ ਹੈ ਨਾ, ਅਤੇ ਜਿਹੜੇ ਤੁਹਾਡੇ ਪਾਠ ਕਰ ਸਕਦੇ ਨੇ ਨਾ ਜੀ, ਤੁਸੀਂ ਇਲਾਕਾ ਇਕੱਠੇ ਹੋਇਓ, ਜਿਹੜੇ ਗੁਰਮੁਖ ਪਾਠ ਕਰ ਸਕਦੇ ਆ ਆਪਣੇ ਆਪਣੇ ਸਹਿਜ ਪਾਠ ਜ਼ਰੂਰ ਕਰਿਆ ਕਰੋ, ਅਤੇ ਜਿੱਦਣ ਇੱਥੇ ਸਮਾਪਤੀ ਹੋਵੇ ਇੱਥੇ ਭੋਗ ਪਾਇਆ ਕਰੋ। ਜਦੋਂ ਇੱਥੇ ਭੋਗ ਪਾਓਗੇ ਨਾ ਸਾਰੇ ਬੈਠ ਕੇ, ਜਿਵੇਂ ਜੋਤੀ ਸਰੂਪ ਆਪਾਂ ਕਰਨੇ ਆ, ਧੰਨ ਗੁਰੂ ਗੋਬਿੰਦ ਸਿੰਘ ਦੀਆਂ ਅਸੀਸਾਂ ਮਿਲਣਗੀਆਂ, ਕਿਉਂਕਿ ਸ਼ਬਦ ਵਿੱਚ ਗੁਰੂ ਜੀ ਵਰਤਦੇ ਆ। ਮੈਂ ਆਪ ਨੂੰ ਬੇਨਤੀ ਕਰਨੀ ਚਾਹੁੰਦਾ, ਗੁਰੂ ਗ੍ਰੰਥ ਸਾਹਿਬ 'ਚ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਤੋਂ ਆਰੰਭ ਕਰੀਏ 1469 ਤੋਂ, ਪਰ ਜਿਹੜੀ ਬਾਣੀ ਹੈ ਇਹ 1469 ਤੋਂ ਪਹਿਲਾਂ ਦੀ ਹੈ। ਗੁਰੂ ਨਾਨਕ ਸਾਹਿਬ ਦਾ ਆਗਮਨ 1469 ਦਾ, ਪਰ ਬੰਗਾਲ ਵਿੱਚ ਰਹਿਣ ਵਾਲਾ ਇੱਕ ਭਗਤ ਜੀ ਜਿਹੜੇ ਬੋਲਦੇ ਸੰਸਕ੍ਰਿਤ ਨੇ ਅਤੇ ਹਿੰਦੀ, ਭਗਤ ਜੈਦੇਵ ਜੀ, ਉਹ ਗੁਰੂ ਨਾਨਕ ਸਾਹਿਬ ਤੋਂ 300 ਸਾਲ ਪਹਿਲਾਂ ਪੈਦਾ ਹੋਏ ਨੇ। ਪਰਮਾਤ ਪੁਰਖ ਮਨੋਪਿੰਗ ਸਤ ਆਦਿ ਭਾਵ ਰਤਨ, ਗੁਰੂ ਨਾਨਕ ਸਾਹਿਬ ਤੋਂ 297 ਸਾਲ ਪਹਿਲਾਂ ਇਸ ਲਹਿੰਦੇ ਪੰਜਾਬ 'ਚ ਇੱਕ ਭਗਤ ਪੈਦਾ ਹੋਇਆ ਜਿਹਨੂੰ ਆਪਾਂ ਸ਼ੇਖ ਫਰੀਦ ਜੀ ਕਹਿੰਦੇ। ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਹੋਏ ਨੇ ਜੀ, ਉਹ 1170 ਦੇ ਕਰੀਬ ਅਸੀਂ ਪੜ੍ਹਦੇ ਹਾਂ ਜਦੋਂ ਉਹਨਾਂ ਨੂੰ, ਉਹਨਾਂ ਦੇ 1173 1265 ਨੂੰ ਉਹਨਾਂ ਦੀ ਫੌਤ ਹੋਈ। ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ, ਮੈਂ ਪਿਛਲੇ ਦਿਨ ਹੀ ਕਿਹਾ, ਇਹ ਕਹਿੰਦੇ ਨੇ ਵੀ ਇਹ ਕੋਈ ਸਦਭਾਵਨਾ ਹੋਵੇ, ਸੱਚ ਇਹ ਵੇ, ਇਹਨੂੰ ਇਮੋਸ਼ਨ ਕਰਨੀ। ਜਿੱਦਣ ਕਿਤੇ ਮਾਨਵਤਾ ਸੋਚੇਗੀ ਇੱਕ ਧਰਮ, ਇੱਕ ਗ੍ਰੰਥ, ਇੱਕ ਸਿਧਾਂਤ, ਮੇਰਾ ਖਿਆਲ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕੋਈ ਗ੍ਰੰਥ ਟਿਕ ਨਹੀਂ ਸਕੇਗਾ, ਕਿਉਂਕਿ ਇਹਦੇ ਵਿੱਚ ਲਫ਼ਜ਼ਾਂ ਦਾ ਕੋਈ ਰੌਲਾ ਨਹੀਂ। ਤੂੰ ਏਕੋ ਓਂਕਾਰ ਨੂੰ ਜੇ ਰਾਮ ਬੋਲਣਾ ਤਾਂ ਵੀ ਸਵੀਕਾਰਕ ਹੈ, ਜੇ ਤੂੰ ਏਕੋ ਧਿਆਨ ਨਾਲ ਸੁਣਿਓ, ਏਕੋ ਓਂਕਾਰ ਨੂੰ ਗੋਬਿੰਦ ਕਹਿੰਦਾ ਤਾਂ ਵੀ ਪ੍ਰਵਾਨਕ ਹੈ, ਜੇ ਵਾਹਿਗੁਰੂ ਜੀ ਲਈ ਤੂੰ ਗੋਪਾਲ ਵਰਤਣਾ, ਗੋਵਰਧਨ ਵਰਤਣਾ, ਦਮੋਦਰ ਵਰਤਣਾ, ਮੁਰਾਰੀ ਵਰਤਣਾ, ਸ਼ਾਮ ਸੁੰਦਰ ਵਰਤਣਾ, ਪ੍ਰਵਾਨਕ ਹੈ। ਅਤੇ ਜੇ ਤੂੰ ਅਰਬ ਵਿੱਚ ਰਹਿਣ ਵਾਲਿਆ ਰੱਬ ਕਹਿੰਦਾ, ਕਰੀਮ ਕਹਿੰਦਾ, ਰਹੀਮ ਕਹਿੰਦਾ, ਚੇਤੇ ਰੱਖੀ ਇਹ ਵੀ ਪ੍ਰਵਾਨ ਹੈ, ਨਾ ਜਿਹੜਾ ਮਰਜ਼ੀ ਲਈ ਪਰ ਲਈ ਰੱਬ ਵਾਸਤੇ। ਦੇਵ ਦੇਵ ਨਾਮ ਨਹੀਂ ਹੋ ਗਏ। ਗੁਰੂ ਸਾਹਿਬ ਜੀ ਨੇ 1469 ਨੂੰ ਹਜ਼ੂਰ ਆਉਂਦੇ ਆ, ਜਿਹੜੀ ਬਾਣੀ ਹਜ਼ੂਰ ਨੇ ਆਪਣੀ ਰਸਨਾ ਤੋਂ ਉਚਾਰਨ ਕੀਤੀ। ਮੈਂ ਕਈ ਵਾਰੀ ਸੋਚਣਾ ਹੁੰਦਾ, ਬਾਬਰ ਬਾਣੀ ਦੇ ਚਾਰ ਸ਼ਬਦ ਅਤੇ ਗੁਰੂ ਗੋਬਿੰਦ ਸਿੰਘ ਦਾ ਜ਼ਫਰਨਾਮਾ ਰੱਖ ਕੇ ਸਾਹਮਣੇ ਕਿਤੇ ਕਥਾ ਕੀਤੀ ਜਾਂ ਪਤਾ ਲੱਗ ਜਾਏ ਇਹਦੀ ਸ਼ੁਰੂਆਤ ਕੀ ਹੈ। ਬਾਬਰ ਦੇ ਅੰਸ਼ਵੰਸ਼ੀ ਔਰੰਗਜ਼ੇਬ ਆ ਰਿਹਾ,
ਤੇ ਗੁਰੂ ਨਾਨਕ ਸਾਹਿਬ ਦੀ ਜੋਤ ਦਾ ਵਾਰਸ ਗੁਰੂ ਗੋਬਿੰਦ ਸਿੰਘ ਜੀ ਆ ਰਿਹਾ ਹੈ। ਬਾਬਰ ਐਮਨਾਬਾਦ ਹਮਲਾ ਕਰਦਾ ਤੇ ਗੁਰੂ ਨਾਨਕ ਸਾਹਿਬ ਦਾ ਕੋਈ ਪਰਿਵਾਰ ਦਾ ਜੀ ਐਮਨਾਬਾਦ ਨਹੀਂ, ਬੇਦੀਆਂ ਵਿੱਚੋਂ ਕੋਈ ਘਰ ਉੱਥੇ ਨਹੀਂ, ਉਹਨਾਂ ਰਿਸ਼ਤੇਦਾਰ ਸਿਰਫ ਗੁਰੂ ਨਾਨਕ ਸਾਹਿਬ ਗਰੀਬਾਂ ਦਾ ਦਰਦ ਵੰਡਾਉਣ ਲਈ, ਜ਼ੁਲਮ ਦੇ ਬਰਖਿਲਾਫ ਬੋਲਣ ਲਈ ਲੋਕ ਐਮਨਾਬਾਦ ਛੱਡ ਰਹੇ ਸਨ। ਮੇਰਾ ਬਾਬਾ ਐਮਨਾਬਾਦ ਵਿੱਚ ਪ੍ਰਵੇਸ਼ ਕਰ ਰਿਹਾ ਹੈ। ਇੱਕ ਤਾਂ ਉਹਨਾਂ ਸ਼ਬਦ ਕਹਿ ਜੈ ਸੀਮਾ ਆਵੈ ਖਸਮ ਕੀ ਬਾਣੀ, ਤੈਸਲਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਝ ਲੈ ਕਾਬਲੋਂ ਧਾਇਆ। ਗੁਰਮੁਖੋ ਪਾਪ ਦੀ ਜੰਝ ਦਾ ਲਾੜਾ ਕਿਹਾ। ਉਸ ਤੋਂ ਬਾਅਦ ਜਦੋਂ ਸਾਰਾ ਘਟਨਾਕ੍ਰਮ ਵਾਪਰ ਗਿਆ, ਹੁਣ ਇਹ ਸ਼ਬਦ ਕਹਿਣੇ ਸੌਖੇ ਨਹੀਂ, ਮੈਂ ਦਿੱਲੀ ਕਹਿ ਕੇ ਆਇਆ ਜੀ, ਜਿੰਨਾ ਕੁ ਮੈਂ ਯਤਨ ਕਰਨਾ ਵੀ ਜੇ ਮੈਨੂੰ ਸੰਗਤ ਸੁਣਦੀ ਏ ਤੇ ਮੈਂ ਇਮਾਨਦਾਰੀ ਨਾਲ ਪੜ੍ਹਾਈ ਕਰਕੇ ਸੰਗਤ ਦੀ ਸੇਵਾ ਕਰਾਂ। ਗੁਰੂ ਨਾਨਕ ਸਾਹਿਬ ਦੇ ਵੇਲੇ ਦੀ ਕੋਈ ਪੋਇਟਰੀ, ਕਵਿਤਾ, ਕੋਈ ਵਾਰਤਕ, ਕੋਈ ਸ਼ਬਦ ਨਹੀਂ ਜਿਹੜਾ ਬਾਬਰ ਨੂੰ ਚੈਲੰਜ ਕਰਦਾ ਹੋਵੇ ਕੇਵਲ ਗੁਰੂ ਨਾਨਕ ਸਾਹਿਬ ਦੀ ਬਾਣੀ ਤੋਂ ਬਿਨਾਂ। ਸਿਰਫ ਗੁਰੂ ਨਾਨਕ ਸਾਹਿਬ ਨੇ ਇੱਕ ਸ਼ਬਦ ਵਰਤਿਆ, ਉਹ ਤੁਹਾਨੂੰ ਸਭ ਨੂੰ ਪਤਾ, ਖੁਰਾਸਾਨ ਖਸਮਾਨਾ ਕੀ ਆ, ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ ਜੰਮ ਕਰ, ਮੁਗਲ ਚੜਾਇਆ। ਇਹ ਲਫ਼ਜ਼ ਧਿਆਨ ਨਾਲ ਸੁਣਿਓ, ਹਜ਼ੂਰ ਨੇ ਕਿਹਾ ਮੁਗਲ ਚੜ ਕੇ ਆ ਰਿਹਾ ਤੇ ਜਮਦੂਤ ਬਣ ਕੇ ਆ ਰਿਹਾ। ਬਾਬਰ ਲਈ ਸ਼ਬਦ ਜਮਦੂਤ ਵਰਤਣਾ ਇਹ ਛੋਟੀ ਜਿਹੀ ਗੱਲ ਨਹੀਂ। ਅਗਲੀ ਬਾਤ, ਜਦੋਂ ਕਤਲੋ ਗਾਰਤ ਹੋਇਆ ਤੇ ਮਹਾਰਾਜ ਜੀ ਨੇ ਬਾਣੀ 'ਚ ਇੱਕ ਸ਼ਬਦ ਕਿਹਾ, ਰਤਨ ਵਿਗਾੜ ਵਗੋਏ ਕੁੱਤੀ ਮੋਇਆ ਸਾਰ ਨਾ ਕਾਈ, ਕਹਿ ਰਤਨਾਂ ਵਰਗੇ ਸਰੀਰ ਗਲੀਆਂ ਦੇ ਵਿੱਚ ਰੁਲਦੇ ਪਏ ਨੇ, ਇਹਨਾਂ ਕੁੱਤਿਆਂ ਨੇ ਇਹ ਸਰੀਰ ਪਾੜ ਕੇ ਸੱਟ ਦਿੱਤੇ ਆ। ਇਹ ਲਫ਼ਜ਼ ਸੌਖੇ ਨਹੀਂ ਹੈਗੇ ਕੁੱਤੇ ਕਹਿਣਾ, ਜਮਕਰ ਮੁਗਲ ਚੜ੍ਹਾਇਆ। ਬਾਬਰ ਅਤੇ ਬਾਬਾ ਜੀ ਦੀ ਟੱਕਰ ਹੋਈ ਹੈ। ਬੇਨਤੀ ਹੈ, ਬਾਬਰ ਨੇ ਆਪਣੇ ਪੁੱਤਰ ਹਮਾਯੂ ਨੂੰ ਤਖ਼ਤ ਦਿੱਤਾ, ਬਾਬਾ ਜੀ ਨੇ ਆਪਣੇ ਪੁੱਤਰਾਂ ਨੂੰ ਨਹੀਂ ਆਪਣੇ ਸਿੱਖ ਨੂੰ ਗੱਦੀ ਦਿੱਤੀ ਹੈ। ਥੋੜ੍ਹਾ ਜਿਹਾ ਆਪਾਂ ਪੈਰਲਰ ਤੁਰ ਪਾਂਗੇ, ਸੌਖਾ ਹੋ ਜਾਏਗਾ ਪੰਛੀ ਚਾਲ। ਬਾਬਰ ਪੁੱਤ ਨੂੰ ਦੇ ਰਿਹਾ ਅਤੇ ਬਾਬਾ ਜੀ ਆਪਣੇ ਸਿੱਖ ਲੈਣੇ ਨੂੰ ਅੰਗਤ ਪੈ ਬਣਾਉਂਦੇ ਆ। ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਰਬਾਬੀਆਂ ਨੇ ਕਿਹਾ, ਜੋਤ ਸਮਾਣੀ ਜੋਤ ਮਾਹੇ ਆਪੇ ਸੇਤੀ ਮਿਕਿਓਨ, ਸਿੱਖਾਂ ਪੁੱਤਰਾਂ ਘੋਕੈ ਸਭ ਉਮਤ ਵੇਖੋ ਜੇ ਕਿਉਂ ਜਾਂ ਸੁਦੋਸ਼ ਤਾਂ ਲਹਿਣਾ ਟਿਕਿਓਨ। ਧਿਆਨ ਨਾਲ ਇੱਕ ਗੱਲ ਸੁਣਿਓ, ਪੁੱਤਰ ਕੋਲ ਨੇ ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ। ਇੱਕ ਮੈਂ ਬੇਨਤੀ ਹੋਰ ਸੰਗਤ ਨੂੰ ਕਰਨੀ ਹੈ ਪਿਆਰਿਓ, ਗੁਰੂ ਦਾ ਰੁਤਬਾ ਕਦੀ ਥੱਲੇ ਨਹੀਂ ਲਿਆਈਦਾ ਹੁੰਦਾ, ਸਾਡੀ ਇਹ ਸਮੱਸਿਆ। ਮੈਂ ਕਦੀ ਨਹੀਂ ਕਿਸੇ ਚੌਥੀ ਪੀੜ੍ਹੀ ਸਾਰੇ ਰਲ ਗਏ, ਪਰ ਚੇਤੇ ਰੱਖਿਓ ਗੁਰੂ ਨਾਨਕ ਸਾਹਿਬ ਗੁਰੂ ਨਾਨਕ ਸਾਹਿਬ ਹੀ ਹੈ। ਮੇਰਾ ਇਸ਼ਾਰਾ ਤੁਸੀਂ ਸਮਝ ਗਏ ਹੋਗੇ, ਗੁਰੂ ਗੁਰੂ ਹੀ ਹੈ ਜੀ। ਹੁਣ ਉਸ ਵਕਤ ਦੋਨੋਂ ਪੁੱਤਰ ਕੋਲ ਨੇ ਅਤੇ ਮਾਤਾ ਸੁਲੱਖਣੀ ਜੀ ਨੇ ਕਿਹਾ, ਸਤਿਗੁਰੂ ਇਹ ਮੇਰੇ ਪੁੱਤ ਨੇ, ਲਹਿਣਾ ਸੇਵਕ ਹੈ। ਮਹਾਰਾਜ ਦੇ ਸ਼ਬਦ ਸੁਣਨ ਵਾਲੇ ਨੇ ਕਹਿਣ ਲੱਗੇ, ਭਲੀਏ ਗੁਰੂ ਕਿਆਂ ਤੇ ਕੁੱਤਿਆਂ ਦੇ ਪੈਰਾਂ ਵਿੱਚ ਵੀ ਕਰਾਮਾਤ ਹੁੰਦੀ ਹੈ। ਫਿਰ ਸੁਣਿਓ, ਗੁਰੂ ਘਰ ਕੇ ਹੋਏ ਸਵਾਨਾ ਤਿੰਨ ਕੋ ਪੂਜਾ ਸਗਲ ਜਹਾਨਾ, ਗੁਰੂ ਕਿਆਂ ਤੇ ਕੁੱਤਿਆਂ ਦੇ ਪੈਰਾਂ ਵਿੱਚ ਵੀ ਕਰਾਮਾਤ ਹੈ। ਇਹ ਮੇਰੇ ਪੁੱਤਰ ਨੇ ਦੁੱਧ ਦੀ, ਧਨ ਦੀ, ਪੈਸੇ ਦੀ, ਰਿਜ਼ਕ ਦੀ ਕੋਈ ਕਮੀ ਨਹੀਂ ਰਹਿ ਗਈ, ਪਰ ਇਹਨਾਂ ਨੂੰ ਦੱਸ ਦੇਈਂ ਜਨਮ ਤਾਂ ਸੌਰੇਗਾ ਜੇ ਗੁਰੂ ਗੁਰੂ ਜਪਣਗੇ ਤਾਂ। ਇਹ ਸਾਡੀ ਜਨਮ ਸਾਖੀ ਦੇ ਬੋਲ ਨੇ। ਮੈਂ ਬੇਨਤੀ ਕਰਾਂ, ਨਵੀਂ ਕ੍ਰਾਂਤੀ ਇੱਕ ਆ ਗਈ। ਇਹ ਗੱਲ ਹੋਰ ਸੁਣਿਓ, ਬਾਬਰ ਨੇ ਤਖ਼ਤ 'ਤੇ ਬੈਠਿਆਂ ਆਪਣੇ ਪੁੱਤਰ ਨੂੰ ਦਿੱਤਾ ਤਖ਼ਤ, ਹਮਾਯੂ ਤਖ਼ਤ 'ਤੇ ਬੈਠਾ, ਉਹਨੇ ਜਦੋਂ ਸਿੱਕਾ ਢਾਲ ਕੇ ਪੈਦਾ ਕੀਤਾ, ਨਵਾਂ ਸਿੱਕਾ ਚਲਾਇਆ, ਉਹਨੇ ਬਾਪ ਦਾ ਨਾਂ ਕੱਟ ਦਿੱਤਾ, ਆਪਣਾ ਨਾਮ ਲਿਖ ਲਿਆ।
ਬਾਬਰ ਤੋਂ ਬਾਅਦ ਹਮਾਯੂ ਦਾ ਨਾਂ ਚੱਲਿਆ, ਸਟੈਂਪ ਹਮਾਯੂ ਦੀ ਚੱਲੀ ਨਹੀਂ ਪਿਆਰਿਓ। ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ 'ਚ ਨਾਨਕ ਸ਼ਬਦ ਵਰਤਿਆ, ਚੋਲਾਂ ਬਦਲ ਗਏ, ਪਰ ਗੁਰੂ ਅੰਗਦ ਸਾਹਿਬ ਨੇ ਤਖ਼ਤ 'ਤੇ ਬਹਿ ਕੇ ਗੁਰੂ ਆਪਣਾ ਨਾਮ ਨਹੀਂ ਵਰਤਿਆ, ਉਹਨਾਂ ਨੇ ਨਾਨਕ ਮੋਹਰ ਹੀ ਵਰਤੀ ਗਏ। 63 ਸਲੋਕ ਨੇ ਗੁਰੂ ਅੰਗਦ ਸਾਹਿਬ ਦੇ, ਕਿਸੇ ਸਲੋਕ ਵਿੱਚ ਅੰਗਦ ਸ਼ਬਦ ਨਹੀਂ ਮਿਲੇਗਾ, ਨਾਨਕ ਮਿਲੇਗਾ। ਹਾਂ, ਹਮਾਯੂ ਆਇਆ, ਬਾਬਰ ਐਮਨਾਬਾਦ ਮਿਲਿਆ, ਹਮਾਯੂ ਖਡੂਰ ਸਾਹਿਬ ਆਇਆ, ਕਨੌਜ ਦੀ ਜੰਗ ਸ਼ੇਰਸ਼ਾਹ ਸੂਰੀ ਤੋਂ ਹਾਰ ਕੇ ਆਇਆ, ਹਜ਼ੂਰ ਨੇ ਧਿਆਨ ਨਹੀਂ ਦਿੱਤਾ, ਉਹਨੇ ਤਲਵਾਰ ਦੇ ਮੁੱਠੇ 'ਤੇ ਹੱਥ ਪਾਇਆ ਅਤੇ ਗੁਰਦੇਵ ਨੇ ਇੱਕ ਸ਼ਬਦ ਕਹਿ ਸਨ, ਹਮਾਯੂ ਜਿਹੜੀ ਤਲਵਾਰ ਇੱਕ ਦਰਵੇਸ਼ ਦੇ ਉੱਤੇ ਚੁੱਕਣ ਲੱਗਾ, ਸ਼ੇਰਸ਼ਾਹ ਸੂਰੀ ਦੇ ਸਾਹਮਣੇ ਖੁੰਡੀ ਕਿੱਥੇ ਹੋ ਗਈ? ਯਾਦ ਰੱਖਿਓ, ਗੁਰੂ ਅੰਗਦ ਸਾਹਿਬ ਤੋਂ ਬਾਅਦ ਗੁਰੂ ਅਮਰਦਾਸ ਆ ਗਏ। ਮੇਰੀ ਬੇਨਤੀ, ਤੁਸੀਂ ਸੁਣ ਲਈ ਤਾਂ ਸਾਕਾ ਆਇਓ, ਪਰ ਪਿਛੋਕੜ ਕੀ ਹੈ? ਏਡੀਆਂ ਵੱਡੀਆਂ ਸ਼ਹਾਦਤਾਂ, ਇਹ ਤਾਂ ਪੀੜ੍ਹੀ ਦਰ ਪੀੜ੍ਹੀ ਦੀ ਟੱਕਰ ਸੀ ਜ਼ੁਲਮ ਦੇ ਨਾਲ। ਇੱਧਰ ਧੰਨ ਗੁਰੂ ਅਮਰਦਾਸ ਆ ਗਏ ਅਤੇ ਮੈਂ ਹੈਰਾਨ ਹੁੰਦਾ, ਗੁਰੂ ਅਮਰਦਾਸ ਆਏ ਆ, ਧਿਆਨ ਨਾਲ ਸੁਣਿਓ ਗੁਰਮੁਖ ਥੋੜ੍ਹੀ ਬੇਨਤੀ, ਅਤੇ ਗੁਰੂ ਅੰਗਦ ਸਾਹਿਬ ਤੋਂ 25 ਸਾਲ ਵੱਡੇ ਨੇ ਗੁਰੂ ਅਮਰਦਾਸ ਜੀ, 25 ਸਾਲ ਵੱਡੇ ਨੇ ਜੀ। ਪਰ ਜਦੋਂ ਬਾਣੀ ਪੜ੍ਹਦੇ ਹਾਂ ਉਦੋਂ ਬਾਣੀ ਕਹਿ ਰਹੀ ਹੈ ਕਿ ਗੁਰੂ ਅਮਰਦਾਸ ਪੁੱਤਰ ਹੈ ਅਤੇ ਗੁਰੂ ਅੰਗਦ ਦੇ ਪਿਓ ਹੈ। ਆਪਾਂ ਸੋਚਾਂਗੇ ਵੀ ਇਹ ਕਿਹੜਾ ਕਿਹੜੀ ਗੱਲ, ਜਿਹੜਾ 25 ਸਾਲ ਪਹਿਲਾਂ ਪੈਦਾ ਹੋਇਆ ਉਹਨੂੰ ਪੁੱਤਰ ਕਹਿ ਦਿੱਤਾ, ਜਿਹੜਾ 25 ਸਾਲ ਬਾਅਦ ਵਿੱਚ ਪੈਦਾ ਹੋਇਆ ਉਹਨੂੰ ਬਾਪ ਕਹਿ ਦਿੱਤਾ। ਕਹਿਰ ਬਾਬੀਆਂ ਨੇ, ਸੋ ਟਿੱਕਾ ਸੋ ਬਹਿਣਾ, ਸੋਈ ਦੀਬਾਣ ਪਿਓ ਦਾਦੇ ਜੇ ਵਿਆਹ ਪੋਤਾ ਪ੍ਰਵਾਨ। ਅਸਲ 'ਚ ਉੱਥੇ ਦੱਸ ਦਿੱਤਾ, ਗੁਰੂ ਘਰ ਵਿੱਚ ਉਹ ਉਮਰ ਨਹੀਂ ਜਿਹੜੀ ਜਨਮ ਤੋਂ ਗਿਣੀ ਜਾਂਦੀ ਹੈ, ਗੁਰੂ ਘਰ ਵਿੱਚ ਤਾਂ ਉਹ ਉਮਰ ਹੈ ਜਿਹੜੀ ਗੁਰੂ ਨੂੰ ਧਾਰਨ ਕਰਕੇ ਕਮਾਈ ਵੇਲੇ ਮੰਨੀ ਜਾਂਦੀ ਹੈ। ਫਿਰ ਅਰਥ ਸੁਣਿਓ, ਇਹ ਅਰਥ ਹੈ। ਹਾਂ, ਗੁਰੂ ਅਮਰਦਾਸ ਮਹਾਰਾਜ ਉਹਨਾਂ ਨੇ ਸੋਚ ਭੇਟ ਖਤਮ ਕਰ ਲਈ, ਬੌਲੀ ਸਿਰਜੀ, ਲੰਗਰ ਚਲਾਇਆ। ਹਮਾਯੂ ਦਾ ਪੁੱਤਰ ਬਾਬ ਅਕਬਰ ਆਇਆ, ਉਹ ਗੁਰੂ ਦਰਬਾਰ 'ਚ ਆਉਂਦਾ, ਉਹਨੂੰ ਪੰਗੇ 'ਚ ਬਿਠਾ ਕੇ ਪ੍ਰਸ਼ਾਦਾ ਛਕਾਇਆ ਗਿਆ। ਆਪ ਜੀ ਨੂੰ ਪਤਾ ਹੋਣਾ ਕਿ ਅਕਬਰ ਤੁਰਦਿਆਂ ਇੱਕ ਗੱਲ ਕਹਿੰਦਾ, ਜੀ ਮੈਂ ਇਸ ਲੰਗਰ ਦੇ ਨਾਮ 'ਤੇ ਜਾਗੀਰ ਲਾਉਣੀ ਚਾਹੁੰਦਾ, ਮੇਰੀ ਬੇਨਤੀ ਹੈ ਜੀ। ਹਜ਼ੂਰ ਨੇ ਕਿਹਾ, ਅਕਬਰ ਇਹ ਲੰਗਰ ਗੁਰੂ ਕੀ ਕਿਰਤ ਨਾਲ ਚੱਲਦਾ ਹੁੰਦਾ, ਬਾਦਸ਼ਾਹਾਂ ਦੇ ਖਰਾਤ ਨਾਲ ਨਹੀਂ ਚੱਲਣਾ, ਹੈ ਤੇਰੀਆਂ ਜਗੀਰਾਂ ਨਾਲ ਨਹੀਂ ਚੱਲਣਾ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ, ਉਹਨਾਂ ਕਿਹਾ, ਜੇ ਇੱਕ ਕੰਮ ਕਰ, ਹਿੰਦੂਆਂ ਤੋਂ ਤੀਰਥ ਟੈਕਸ ਹਟਾ ਦੇ। ਉਸ ਵਕਤ ਕਾਲ ਪਿਆ ਸੀ, ਤੂੰ ਮਾਮਲਾ ਹਟਾ ਦੇ। ਕਿੱਡੀ ਕਮਾਲ ਦੀ ਗੱਲ, ਗੁਰਦੇਵ ਕਹਿੰਦੇ ਨੇ ਜਜੀਆ ਟੈਕਸ ਹਟਾ ਦੇ, ਅਤੇ ਜਿਹਨੂੰ ਬਿਰਬਲ ਕਹਿੰਦੇ ਆ ਮਜ਼ਾਕ, ਮੇਸ਼ਦਾਸ ਸੀ ਨਾ ਇਹਦਾ ਨਾਂ, ਇਹ ਡੈਪੂਟੇਸ਼ਨ ਲੈ ਕੇ ਗਿਆ, ਇਹ ਕਹਿੰਦਾ ਜਿਹੜਾ ਸਾਡੇ ਤੋਂ ਆਇਆ ਸਿੱਖਾਂ ਉੱਤੇ ਲਾ ਦਿਓ। ਮੈਂ ਬੇਨਤੀ ਕਰਾਂ, ਧੰਨ ਗੁਰੂ ਰਾਮਦਾਸ ਆਏ, ਉੱਧਰ ਅਕਬਰ ਤੋਂ ਬਾਅਦ ਜਹਾਂਗੀਰ ਆ ਗਿਆ, ਗੁਰੂ ਰਾਮਦਾਸ ਜੀ ਤੋਂ ਬਾਅਦ ਧੰਨ ਗੁਰੂ ਅਰਜੁਨ ਦੇਵ ਆ ਗਿਆ, ਪੁੱਤ ਸੰਸਾਰੀ ਗੁਰੂ ਕਹਾਵੇ। ਗੁਰੂ ਅਰਜੁਨ ਦੇਵ ਜੀ ਨੇ ਉਸੇ ਦਿਨ ਪੰਥ ਨੂੰ ਨਿਆਰਾ ਕਰਕੇ ਤਿੰਨ ਚੀਜ਼ਾਂ ਬਖਸ਼ ਦਿੱਤੀਆਂ। ਸਭ ਤੋਂ ਪਹਿਲਾਂ ਉਹਨਾਂ ਨੇ ਸਾਡੀ ਆਪਣੀ ਲਿਪੀ ਜਿਹੜੀ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋਈ, ਗੁਰੂ ਗ੍ਰੰਥ ਸਾਹਿਬ ਗੁਰਮੁਖੀ ਵਿੱਚ ਲਿਖ ਦਿੱਤਾ, 15 ਭਾਸ਼ਾਵਾਂ ਨੇ ਗੁਰੂ ਗ੍ਰੰਥ ਸਾਹਿਬ 'ਚ, ਪਰ ਲਿਪੀ ਇੱਕੋ ਹੈ। ਦੂਜਾ, ਉਹਨਾਂ ਨੇ ਕੇਂਦਰੀ ਸਥਾਨ ਸ਼੍ਰੀ ਦਰਬਾਰ ਸਾਹਿਬ ਸਾਨੂੰ ਬਖਸ਼ ਦਿੱਤਾ। ਯਾਦ ਰੱਖਿਓ, ਜਿਨ੍ਹਾਂ ਕੋਲ ਤਿੰਨ ਚੀਜ਼ਾਂ ਨੇ, ਆਪਣਾ ਸਕ੍ਰਿਪਟ ਹੈ, ਆਪਣਾ ਗ੍ਰੰਥ ਹੈ ਅਤੇ ਆਪਣਾ ਕੇਂਦਰੀ ਸਥਾਨ ਹੋਵੇ, ਉਹਨੂੰ ਲਿਖਾਉਣ ਦੀ ਲੋੜ ਨਹੀਂ ਪੈਂਦੀ, ਉਹ ਇਸ ਧਰਤੀ 'ਤੇ ਆਪਣੇ ਆਪ ਹੀ ਨਿਆਰਾ ਹੈ। ਵੇਦ ਦਾ ਪ੍ਰਕਾਸ਼ ਨਹੀਂ ਹੋਇਆ, ਗੁਰੂ ਗ੍ਰੰਥ ਸਾਹਿਬ ਦਾ ਹੋਇਆ। ਧੰਨ ਗੁਰੂ ਅਰਜੁਨ ਦੇਵ,
ਉਸ ਵਕਤ ਸਿੱਖੀ ਦੀ ਚੜ੍ਹਦੀ ਕਲਾ ਗੁਰੂ ਅਰਜਨ ਦੇਵ ਪਹਿਲੇ ਸ਼ਹੀਦ ਨੇ ਪਿਆਰਿਓ ਜਿਹੜੇ ਅੰਮ੍ਰਿਤਸਰ ਤੋਂ ਗਏ। ਮੈਂ ਦਿੱਲੀ ਵੀ ਕਿਹਾ, ਦੇਖੋ ਕਦੀ ਕੈਸੇ ਕਮਾਲ ਦੀ ਗੱਲ, ਗੁਰੂ ਅਰਜਨ ਦੇਵ ਲਾਹੌਰ ਸ਼ਹੀਦ ਹੁੰਦੇ ਆ, ਪੰਜ ਦਿਨ ਤਸੀਏ ਅਤੇ ਤਿੰਨ ਤਰ੍ਹਾਂ ਦੇ ਤਸੀਏ, ਅਤੇ ਗੁਰੂ ਅਰਜਨ ਦੇਵ ਦਾ ਪੋਤਾ ਗੁਰੂ ਤੇਗ ਬਹਾਦਰ ਦਿੱਲੀ ਸ਼ਹੀਦ ਹੋ ਰਿਹਾ ਹੈ, ਤਸੀਏ ਉਹਨਾਂ ਨੂੰ ਵੀ ਨੇ। ਇੱਧਰ ਜਹਾਂਗੀਰ ਸ਼ਹੀਦ ਕਰ ਰਿਹਾ ਅਤੇ ਉੱਧਰ ਗੁਰੂ ਤੇਗ ਬਹਾਦਰ ਗੁਰੂ ਅਰਜਨ ਦੇਵ ਦੇ ਪੋਤੇ ਨੂੰ ਜਹਾਂਗੀਰ ਦਾ ਪੋਤਾ ਔਰੰਗਜ਼ੇਬ ਸ਼ਹੀਦ ਕਰ ਰਿਹਾ ਹੈ। ਦਾਦਾ ਹੈ ਨਾ ਜਹਾਂਗੀਰ, ਦਾਦਾ ਔਰੰਗਜ਼ੇਬ ਪੋਤਾ ਹੈ, ਗੁਰੂ ਅਰਜਨ ਦੇਵ ਦਾਦੇ ਨੇ ਅਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਪੋਤੇ ਨੇ। ਗੁਰੂ ਅਰਜਨ ਦੇਵ ਨੂੰ ਪੰਜ ਦਿਨ ਤਸੀਏ ਦਿੱਤੇ, ਤਿੰਨ ਤਰ੍ਹਾਂ ਦੇ ਤਪਤ ਨੀਰ, ਤਪਤ ਬਾਲੂ, ਤਪਤ ਲੋਹ। ਧੰਨ ਗੁਰੂ ਅਰਜਨ ਦੇਵ, ਉਹਨਾਂ ਨੇ ਤੱਤੀ ਤਵੀ 'ਤੇ ਬੈਠ ਕੇ ਇੱਕੋ ਗੱਲ ਕਹੀ, ਤੇਰਾ ਕੀਆ ਮਿੱਠਾ ਲਾਗੈ ਹਰਨਾਮ ਪਦਾਰਥ ਨਾਨਕ ਮੰਗੈ। ਪਰ ਕਦੀ ਦੇਖੋ, ਕੱਲ੍ਹ ਵੀ ਮੈਂ ਕਿਹਾ ਆਨੰਦਪੁਰ ਸਾਹਿਬ, ਪੁੱਤਰ ਕੋਲ ਬਾਪ ਦੀ ਬੋਡੀ ਨਹੀਂ ਆਈ, ਗੁਰੂ ਹਰਗੋਬਿੰਦ ਸਾਹਿਬ ਨੇ ਸੰਸਕਾਰ ਨਹੀਂ ਕੀਤਾ ਗੁਰੂ ਅਰਜਨ ਦੇਵ ਦਾ, ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਿਰਫ ਪਿਤਾ ਦੇ ਸੀਸ ਦਾ ਸੰਸਕਾਰ ਕੀਤਾ, ਧੜ ਉਹਨਾਂ ਕੋਲ ਵੀ ਨਹੀਂ ਆਇਆ। ਧੰਨ ਗੁਰੂ ਅਰਜਨ ਦੇਵ, ਸ਼ਹਾਦ ਸ਼ਹੀਦ ਦਾ ਜਾਮ ਪੀਤਾ ਗੁਰੂ ਹਰਗੋਬਿੰਦ ਸਾਹਿਬ ਨੇ, ਅਕਾਲ ਤਖਤ ਦੀ ਸਿਰਜਣਾ ਕਰ ਦਿੱਤੀ, ਦੋ ਸ਼ਸਤਰ ਮੀਰੀ ਪੀਰੀ ਧਾਰਨ ਕੀਤੇ, ਉਹਨਾਂ ਨੇ ਸੇਲੀ ਟੋਪੀ ਅੰਦਰ ਰੱਖ ਦਿੱਤੀ, ਨਗਾਰੇ ਵੱਜੇ, ਨਿਸ਼ਾਨ ਝੁੱਲੇ। ਗੁਰੂ ਹਰਗੋਬਿੰਦ ਸਾਹਿਬ ਨੇ ਪੰਜ ਜੰਗਾਂ, ਇਤਿਹਾਸ ਕਹਿੰਦਾ ਚਾਰ, ਪਰ ਫਗਵਾੜੇ ਮਹਾਰਾਜ ਨੇ ਜੰਗ ਲੜੀ, ਪੰਜ ਜੰਗਾਂ ਗੁਰੂ ਹਰਗੋਬਿੰਦ ਸਾਹਿਬ ਨੇ ਲੜੀਆਂ ਅਤੇ ਪੰਜਾਂ ਵਿੱਚ ਜਿੱਤ ਹੋਈ ਹੈ। ਉਸ ਤੋਂ ਬਾਅਦ ਉਹਨਾਂ ਨੇ ਪੁੱਤਰ ਨੂੰ ਗੱਦੀ ਨਹੀਂ ਦਿੱਤੀ, ਪੁੱਤਰ ਮੌਜੂਦ ਹੈ ਕੋਲ ਗੁਰੂ ਤੇਗ ਬਹਾਦਰ ਸਾਹਿਬ। ਕੀਰਤਪੁਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਪੋਤੇ ਨੂੰ ਗੱਦੀ ਦਿੱਤੀ, ਗੁਰੂ ਹਰ ਰਾਏ ਸਾਹਿਬ ਨੂੰ। ਜਦੋਂ ਮਾਤਾ ਨਾਨਕੀ ਜੀ ਨੇ ਇਹ ਪੁੱਛਿਆ ਕਿ ਮੇਰਾ ਪੁੱਤਰ ਤੇਗ ਬਹਾਦਰ ਸਤਿਗੁਰੂ ਕਿਸੇ ਨਾਲ ਨਹੀਂ ਬੋਲਦੇ, ਮਹਾਰਾਜ ਜੀ ਨੇ ਇੱਕ ਰੁਮਾਲ, ਸ਼ਸਤਰ ਅਤੇ ਪੋਥੀ ਦੇ ਕੇ ਕਿਹਾ, ਸਮਾਂ ਆਏਗਾ ਜੋ ਤੁਹਾਡੇ ਪੁੱਤਰ ਨੇ ਕਰ ਦੇਣਾ ਕਿਸੇ ਨਹੀਂ ਕਰ ਸਕਣਾ। ਇਤਿਹਾਸ ਕਹਿੰਦਾ ਵੀ ਸ਼ਬਦ ਕਿਹਾ, ਇਸ ਦੇ ਘਰ ਜਿਹੜਾ ਪੁੱਤਰ ਪੈਦਾ ਹੋਵੇਗਾ ਸੱਚੀ ਮੁੱਚੀ ਉਹਦੇ ਵਰਗਾ ਕੋਈ ਨਹੀਂ, ਉਹ ਸਿਰਫ ਇਕੱਲਾ ਹੀ ਹੋਵੇਗਾ। ਮੈਂ ਕੱਲ੍ਹ ਕਿਹਾ ਸੀ, ਅਸੀਂ ਇੱਕ ਸ਼ਬਦ ਪੜ੍ਹਦੇ ਹਾਂ, ਵੈ ਪ੍ਰਗਟਿਓ ਪੁਰਖ ਭਗਵੰਤ ਰੂਪ, ਅਸੀਂ ਸ਼ਬਦ ਪੜ੍ਹਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਬਾਰੇ, ਇੱਕ ਲਫ਼ਜ਼ ਪੜ੍ਹਦੇ ਹਾਂ, ਵਰਿਆਮ ਅਕੇਲਾ ਗੁਰਮੁਖੋ। ਅਕੇਲੇ ਦਾ ਅਰਥ ਬਹੁਤ ਡੂੰਘਾ ਹੈ, ਅਕੇਲੇ ਦਾ ਅਰਥ ਇਸ ਧਰਤੀ 'ਤੇ ਸਿਰਫ ਗੁਰੂ ਗੋਬਿੰਦ ਸਿੰਘ, ਜਿਨ੍ਹਾਂ ਵਰਗਾ ਨਾ ਕੋਈ ਪਹਿਲਾਂ ਸੀ ਅਤੇ ਨਾ ਕਿਸੇ ਨੇ ਦੁਬਾਰਾ ਹੋਣਾ ਹੈ, ਸਿਰਫ ਇਕੱਲੇ ਨੇ। ਮੈਂ ਅਰਜ਼ ਕਰਾਂ, ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਗੁਰੂ ਹਰ ਰਾਏ ਸਾਹਿਬ ਗੁਰੇ ਆਈ, ਅਤੇ ਗੁਰੂ ਹਰ ਰਾਏ ਸਾਹਿਬ ਨੇ ਆਪਣੇ ਵੱਡੇ ਪੁੱਤਰ ਨੂੰ ਗੱਦੀ ਨਹੀਂ ਦਿੱਤੀ, ਰਾਮ ਰਾਏ ਨੂੰ, ਉਹਨਾਂ ਨੇ ਆਪਣੇ ਪੰਜ ਸਾਲ ਦੇ ਬੇਟੇ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਗੱਦੀ ਦਿੱਤੀ। ਇੱਥੇ ਥੋੜ੍ਹੀ ਜਿਹੀ ਗੱਲ ਧਿਆਨ ਨਾਲ ਸੁਣਿਓ, ਬਾਬਰ ਤੋਂ ਲੈ ਕੇ ਦਖਲ ਅੰਦਾਜ਼ੀ ਸ਼ੁਰੂ ਹੋ ਗਈ। ਮੈਂ ਇਮੋਸ਼ਨਲ ਕਰਨ ਲਈ, ਸਰਕਾਰ ਕਿਸੇ ਦੀ ਵੀ ਹੋਵੇ, ਜਿਹੜਾ ਬੰਦਾ ਸਿੱਖੀ ਦੇ ਵਿੱਚ ਦਖਲ ਦੇਣਾ ਸ਼ੁਰੂ ਕਰ ਗਿਆ ਹੈਗਾ ਨਾ, ਯਾਦ ਰੱਖਿਓ ਉਹਦਾ ਪਤਨ ਸ਼ੁਰੂ ਹੋ ਜਾਂਦਾ ਹੈ। ਇਸ ਨੂੰ ਧਿਆਨ ਨਾਲ ਸੁਣਿਓ, ਕੋਈ ਬੰਦਾ ਵੀ ਹੋਵੇ, ਦਿੱਲੀ ਦੀ ਧਰਤੀ ਹੈ, ਗੁਰੂ ਹਰਕ੍ਰਿਸ਼ਨ ਸਾਹਿਬ 1664 ਨੂੰ ਇਸ ਸਰੀਰ ਨੂੰ ਤਿਆਗਣ ਲਈ ਜਦੋਂ ਵਚਨ ਕਰ ਦਿੱਤਾ, ਰਾਮ ਰਾਏ ਦਿੱਲੀ 'ਚ ਮੌਜੂਦ ਹੈ ਉਸ ਵੇਲੇ। ਤੁਹਾਨੂੰ ਪਤਾ ਹੁਣ ਉਸ ਵਕਤ ਬਾਦਸ਼ਾਹ ਦਾ ਕਾਨੂੰਨ ਹੁੰਦਾ ਸੀ, ਕਿਉਂਕਿ ਰਾਜੇ ਬਹੁਤ ਹੁੰਦੇ ਸਨ, ਸ਼ਹਿਨਸ਼ਾਹ ਇੱਕੋ ਹੁੰਦਾ ਸੀ, ਅਤੇ ਰਾਜੇ ਜਿਉਂਦੇ ਜੀ ਦੱਸਦੇ ਸਨ ਕਿ ਮੇਰੇ ਮਰਨ ਤੋਂ ਬਾਅਦ ਮੇਰੀ ਗੱਦੀ ਦਾ ਵਾਰਸ ਕੌਣ ਹੋਵੇਗਾ, ਅਤੇ ਜੇ ਕੋਈ ਧੱਕਾ ਕਰਦਾ ਸੀ ਬਾਦਸ਼ਾਹ ਰਾਜੇ ਦੀ ਗੱਦੀ ਦਵਾਉਂਦਾ ਸੀ।
ਇੱਥੇ ਰਾਮ ਰਾਏ ਉੱਥੇ ਬੈਠਾ ਦਿੱਲੀ 'ਚ। ਗੁਰੂ ਤੇਗ ਬਹਾਦਰ ਸਾਹਿਬ ਬਕਾਲੇ ਨੇ, ਰਾਮ ਰਾਏ ਨੇ ਪੂਰਾ ਜ਼ੋਰ ਲਾਇਆ ਕਿ ਗੱਦੀ ਮੈਨੂੰ ਮਿਲ ਜਾਏ। ਅਤੇ ਜੇ ਖੂਨ ਦੇ ਰਿਸ਼ਤੇ ਦੇ ਤੌਰ 'ਤੇ ਦੇਖੋ, ਭਰਾ ਨੇੜੇ ਹੁੰਦਾ ਕਿ ਦਾਦੇ ਦਾ ਭਰਾ ਨੇੜੇ ਹੁੰਦਾ? ਬਾਬਾ ਗੁਰਦਿੱਤਾ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਾਦੇ ਨੇ, ਅਤੇ ਬਾਬਾ ਗੁਰਦਿੱਤਾ ਜੀ ਦਾ ਸਭ ਤੋਂ ਛੋਟਾ ਭਾਈ ਗੁਰੂ ਤੇਗ ਬਹਾਦਰ ਨੇ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਆਪਣੇ ਭਰਾ ਨੂੰ ਨਹੀਂ, ਉਹਨੂੰ ਇਗਨੋਰ ਕਰ ਦਿੱਤਾ। ਕਹਿਣ ਲੱਗੇ ਅਗਲੀ ਗੱਲ ਕਹੀ ਕਿ ਬਾਦਸ਼ਾਹ ਨੂੰ ਕਹੋ ਇਹ ਪੀਰੀ ਮੀਰੀ ਦਾ ਘਰ ਹੈ, ਸਾਡੇ ਵਿੱਚ ਬਾਦਸ਼ਾਹ ਦੀ ਤਾਕਤ ਦਖਲ ਨਹੀਂ ਦੇ ਸਕਦੀ। ਮਹਾਰਾਜ ਨੇ ਗੱਦੀ ਆਪਣੇ ਦਾਦੇ ਨੂੰ ਦਿੱਤੀ ਅਤੇ ਸ਼ਬਦ ਕਿਹਾ, ਬਾਬਾ ਬਸੇ ਗ੍ਰਾਮ ਬਕਾਲੇ, ਮੈਂ ਬੇਨਤੀ ਕਰਾਂ, ਗੁਰੂ ਤੇਗ ਬਹਾਦਰ ਸਾਹਿਬ ਆ ਗਏ ਜੀ। ਉੱਧਰ ਔਰੰਗਜ਼ੇਬ ਚੱਲਦਾ ਪਿਆ ਗੁਰੂ ਹਰ ਰਾਏ ਸਾਹਿਬ ਤੋਂ ਲੈ ਕੇ, ਅਖੀਰ 'ਤੇ ਗੁਰੂ ਤੇਗ ਬਹਾਦਰ ਸਾਹਿਬ 1664 ਤੋਂ ਲੈ ਕੇ ਅਤੇ 11 ਨਵੰਬਰ 1675 ਤੱਕ ਗੁਰਿਆਈ 'ਤੇ ਰਹੇ ਨੇ। 11 ਸਾਲ, 54 ਸਾਲ ਦੀ ਉਮਰ 'ਚ ਹਜ਼ੂਰ ਨੇ ਸ਼ਹਾਦਤ ਦਾ ਜਾਮ ਪੀਤਾ ਹੈ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਮਹਾਰਾਜ ਆਨੰਦਪੁਰ ਸ਼ਹਿਰ ਵਸਾਇਆ ਜਿਹੜਾ ਕੱਲ੍ਹ ਗੁਰਦੇਵ ਨੇ ਛੱਡਿਆ। ਉੱਥੇ ਫਿਰ ਕਸ਼ਮੀਰੀ ਪੰਡਿਤ ਗਏ, ਅਸੀਂ ਸਾਰੇ ਸੁਣਦੇ ਆਏ, ਸ਼ਹਾਦਤ ਵਾਲੇ ਦਿਨ ਨਿਕਲੇ ਨੇ। ਉਹਨਾਂ ਦੀ ਗਿਣਤੀ ਸ਼ਹੀਦ ਬਿਲਾਸ ਵਿੱਚ ਸਿਰਫ 16 ਲਿਖੀ ਹੈ, ਖੋੜ ਸ਼ਬਦ ਵਰਤਿਆ, ਖੋੜ ਸਦਰ 'ਤੇ 16 ਪੰਡਿਤ, ਪਰ ਉਹਨਾਂ ਦੀ ਅਗਵਾਈ ਜਿਹੜੀ ਹੈ ਕਿਰਪਾ ਰਾਮ ਪੰਡਿਤ ਦੱਤ ਕਰ ਰਿਹਾ, ਮੱਟਨ ਨਿਵਾਸੀ ਬ੍ਰਹਮਦਾਸ ਦਾ ਪੜਪੋਤਾ, ਜਿਹੜੇ ਗੁਰੂ ਨਾਨਕ ਸਾਹਿਬ ਨੂੰ ਮਿਲੇ ਆ। ਆਨੰਦਪੁਰ ਸਾਹਿਬ ਤੁਸੀਂ ਜਦੋਂ ਜਾਂਦੇ ਹੋ, ਮੈਂ ਤੁਹਾਨੂੰ ਇੱਕ ਬੇਨਤੀ ਕਰਾਂ, ਕੱਲ੍ਹ ਵੀ ਕਰਕੇ ਆਇਆ, ਪਲੀਜ਼ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਅਸਥਾਨ 'ਤੇ ਜ਼ਰੂਰ ਮੱਥਾ ਟੇਕਿਆ, ਜਿੱਥੇ ਸੰਸਕਾਰ ਕੀਤਾ ਗਿਆ। ਗੁਰੂ ਗੋਬਿੰਦ ਸਿੰਘ 30 ਸਾਲ ਲਗਾਤਾਰ, 29-30 ਸਾਲ ਉੱਥੇ ਜਿੰਨਾ ਸਮਾਂ ਰਹੇ ਆ ਨਮਸਕਾਰ ਕਰਨ ਜਾਂਦੇ ਰਹੇ ਆ। ਜਿੱਦਣ ਜਿਹੜਾ ਕੱਲ੍ਹ ਦਿਨ ਮਨਾ ਰਹੇ ਹਾਂ, ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਲ੍ਹਾ ਵੀ ਤਿਆਗਿਆ, ਉਸ ਵਕਤ ਵੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪਿਤਾ ਜੀ ਦੇ ਸੀਸਗੰਜ ਬੱਚਿਆਂ ਨੂੰ ਲੈ ਕੇ ਗਏ ਆ, ਇਤਿਹਾਸ ਇਹ ਕਹਿੰਦਾ। ਉੱਥੇ ਗੁਰਬਖਸ਼ ਉਦਾਸੀ, ਭਾਈ ਗੁਰਬਖਸ਼ ਉਦਾਸੀ, ਉਹਨੂੰ ਸੇਵਾ ਸੌਂਪ ਕੇ ਆਏ ਸਨ। ਇੱਕ ਗੱਡਾ ਰਾਸ਼ਨ ਦਾ ਉਹਦੇ ਲਈ ਛੱਡ ਕੇ ਆਏ ਸਨ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਸਥਾਨ ਦੀ ਸੇਵਾ ਕਰਨ ਵਾਲੇ ਲਈ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਪੰਡਿਤ ਆਏ, ਫਿਰ ਬੇਨਤੀ ਸੁਣੋ, ਪਹਾੜੀ ਰਾਜੇ ਹਿੰਦੂ ਨੇ, ਰਾਜਪੂਤ ਨੇ, ਰਾਜਸਥਾਨ 'ਚ ਰਾਜਪੂਤ ਰਾਜੇ ਨੇ, ਸੱਚ ਇਹ ਕਿ ਸਭ ਬੰਦੇ ਉਸ ਵਕਤ ਗੁਲਾਮੀ ਵਿੱਚ ਇੰਨੇ ਕੁ ਚੁਕੇ ਹੋਏ ਸਨ, ਕਸ਼ਮੀਰੀ ਪੰਡਿਤਾਂ ਨੂੰ ਪਤਾ ਹੈ ਗੁਰੂ ਨਾਨਕ ਸਾਹਿਬ ਤੋਂ ਬਿਨਾਂ ਸਾਡੀ ਕਿਸੇ ਨੇ ਬਾਂਹ ਨਹੀਂ ਪਕੜਨੀ। ਇਹਨਾਂ ਨੇ ਆ ਕੇ ਜਿਹੜੀ ਫਰਿਆਦ ਕੀਤੀ ਉਹ ਲਫ਼ਜ਼ ਸਾਡੇ ਇਤਿਹਾਸ ਵਿੱਚ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਿਹਾ, ਗੱਜ ਕੇ ਬੰਧਨ ਕਾਟਨ ਹਾਰੇ, ਤੁਮ ਗੁਰੂ ਨਾਨਕ ਹੈ ਅਵਤਾਰੇ, ਜਿਮ ਦਰੋਪਦੀ ਰਾਖੀ ਲਾਜ, ਦਹਿ ਸਵਾਰ ਸਦਾਮੇ ਕਾਜ, ਮਹਾਰਾਜ ਤੇਰੇ ਦਰ 'ਤੇ ਆਏ ਹਾਂ, ਇੱਥੋਂ ਤੱਕ ਆ ਸਾਡੀ ਬਾਂਹ ਪਕੜ ਲਓ। ਮਹਾਰਾਜ ਜੀ ਨੇ ਕਿਹਾ, ਬੇਫਿਕਰੇ ਰਹੋ। ਪੁੱਤਰ ਨੇ ਕਿਹਾ, ਤੁਹਾਡੇ ਤੋਂ ਵੱਡਾ ਮਹਾਂਪੁਰਖ ਕੋਈ ਨਹੀਂ। ਮੈਂ ਸੋਚਣਾ ਜਿਹੜੇ ਫਰਿਆਦ ਕਰਨ ਆਏ ਉਹ ਤਾਂ ਦਿੱਲੀ ਗਏ ਹੀ ਨਹੀਂ, ਯਾਦ ਰੱਖਿਓ, ਦਿੱਲੀ ਗਏ ਭਾਈ ਮਤੀਦਾਸ, ਭਾਈ ਸਤੀਦਾਸ, ਭਾਈ ਦਿਆਲਾ ਜੀ, ਬਾਬੇ ਬੁੱਢੇ ਦੀ ਅੰਸ਼ ਵਿੱਚੋਂ ਬਾਬਾ ਭਾਈ ਗੁਰਦਿੱਤਾ ਜੀ, ਭਾਈ ਜੈਤਾ ਜੀ, ਭਾਈ ਉਦਾ ਜੀ, ਜਿਨ੍ਹਾਂ ਦਾ ਆਪਾਂ ਜ਼ਿਕਰ ਪੜ੍ਹਨੇ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਜਾਂਦੇ ਆ। ਮੇਰੀ ਅਰਜ਼ ਹੈ ਜੀ, 10 ਨਵੰਬਰ 1675 ਨੂੰ ਚਾਂਦਨੀ ਚੌਂਕ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ 3 ਸਿੱਖ ਸ਼ਹੀਦ ਕੀਤੇ ਜਾਂਦੇ, ਭਾਈ ਮਤੀਦਾਸ, ਭਾਈ ਸਤੀਦਾਸ ਅਤੇ ਭਾਈ ਦਿਆਲਾ ਜੀ।
ਗੁਰੂ ਤੇਗ ਬਹਾਦਰ ਸਾਹਿਬ ਪਿੰਜਰੇ ਵਿੱਚ ਨੇ, ਕੋਤਵਾਲੀ ਤੋਂ ਪਿੰਜਰਾ ਬਾਹਰ ਲਿਆਂਦਾ ਗਿਆ, ਸਾਰਾ ਦਿਨ ਮੌਤ ਦਾ ਤਾਂਡਵ ਨਾਚ ਹੋਇਆ, ਭਾਈ ਮਤੀ ਦਾਸ ਨੂੰ ਦੁਫਾੜ ਕਰ ਦਿੱਤਾ ਗਿਆ, ਭਾਈ ਦਿਆਲਾ ਜੀ ਨੂੰ ਦੇਗ 'ਚ ਉਬਾਲਿਆ ਗਿਆ, ਅਤੇ ਭਾਈ ਦਿਆਲਾ ਉਹਨੇ ਜਿਹਦੇ 11 ਭਰਾ ਸ਼ਹੀਦ ਹੋਏ ਆ, ਭਾਈ ਮਨੀ ਸਿੰਘ ਦੇ ਭਰਾ ਨੇ ਭਾਈ ਦਿਆਲਾ ਜੀ। ਮੈਂ ਜਦੋਂ ਹੁਣ ਪੜ੍ਹ ਰਿਹਾ ਸਾਂ, ਭਾਈ ਬਚਿੱਤਰ ਸਿੰਘ ਭਾਈ ਮਨੀ ਸਿੰਘ ਦਾ ਪੁੱਤਰ ਹੋਏ, ਭਾਈ ਉਦਾ ਸਿੰਘ ਬਾਬਾ ਅਜੀਤ ਸਿੰਘ ਨੂੰ ਛਡਾਉਣ ਵਾਲੇ ਬਚਾਉਣ ਵਾਲੇ ਭਾਈ ਮਨੀ ਸਿੰਘ ਦੇ ਪੁੱਤਰ, ਤਿੰਨ ਪੁੱਤਰ ਭਾਈ ਮਨੀ ਸਿੰਘ ਜੇ, ਅਜਬ ਸਿੰਘ, ਅਜੈਬ ਸਿੰਘ ਜਿਹੜੇ ਨੇ, ਅਨਿਕ ਸਿੰਘ, ਇਹ ਤਿੰਨ ਪੁੱਤਰ ਉਹਨਾਂ ਦੇ ਚਮਕੌਰ ਦੀ ਗੜੀ ਸ਼ਹੀਦ ਹੋਏ ਆ। ਭਾਈ ਮੱਖਣ ਸ਼ਾਹ ਲਬਾਣੇ ਦਾ ਬੇਟਾ ਸ਼ਹੀਦ ਹੋਇਆ, ਜਿਹੜਾ ਪੰਡਿਤ ਕਿਰਪਾ ਰਾਮ ਦੱਤ ਫਰਿਆਦ ਕਰਨ ਆਇਆ, ਅੰਮ੍ਰਿਤ ਛੱਕ ਕੇ ਗੁਰਸਿੱਖ ਬਣਿਆ, ਚਮਕੌਰ ਦੀ ਗੜੀ 'ਚ ਉਹਨੇ ਸ਼ਹਾਦਤ ਦਾ ਜਾਮ ਪੀਤਾ ਹੈ ਭਾਈ ਕਿਰਪਾ ਸਿੰਘ ਜੀ ਨੇ। ਮੇਰੀ ਅਰਜ਼ ਹੈ ਗੁਰੂ ਤੇਗ ਬਹਾਦਰ ਸਾਹਿਬ, ਭਾਈ ਦਿਆਲਾ ਜੀ ਉਬਾਲ ਦਿੱਤੇ, ਭਾਈ ਸਤੀ ਦਾਸ ਜੀ ਰੂਹ 'ਚ ਬੰਨ ਕੇ ਲਪੇਟੇ, ਗੁਰੂ ਕੀਆਂ ਸਾਖੀਆਂ ਪਦਮ ਸਾਹਿਬ ਨੇ ਐਡਿਟ ਕੀਤੀਆਂ ਤੁਹਾਡੇ ਪਟਿਆਲੇ ਦੇ। ਉਹ ਕਹਿੰਦੇ ਜਦੋਂ ਤਿੰਨ ਸਿੱਖ ਸ਼ਹੀਦ ਹੋ ਗਏ ਅਤੇ ਮਹਾਰਾਜ ਨੇ ਪਿੰਜਰੇ ਵਿੱਚੋਂ ਤਿੰਨ ਵਾਰੀ ਕਿਹਾ ਧੰਨ ਸਿੱਖੀ, ਧੰਨ ਸਿੱਖੀ, ਧੰਨ ਸਿੱਖੀ। 11 ਨਵੰਬਰ 1675 ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ, ਯਾਦ ਰੱਖਿਓ, ਜਹਾਂਗੀਰ ਦੇ ਪੋਤੇ ਨੇ ਚਾਂਦਨੀ ਚੌਂਕ ਵਿੱਚ ਸ਼ਹੀਦ ਕਰਵਾਇਆ ਹੈ, ਕਿਉਂਕਿ ਔਰੰਗਜ਼ੇਬ ਉਦੋਂ ਦਿੱਲੀ ਨਹੀਂ ਸੀ, ਅਬਦੁੱਲਾ ਸੀ, ਦਰੋਗਾ ਦਿੱਲੀ ਦਾ ਸੂਬੇਦਾਰ ਸੀ, ਪਰ ਸਭ ਤੋਂ ਜ਼ਿਆਦਾ ਰੋਲ ਜਿਹੜਾ ਉਹ ਕਾਜ਼ੀ ਦਾ ਸੀ ਜੀ, ਕਾਜ਼ੀ ਅਬਦੁੱਲ ਵਾਹ ਵੋਹਰਾ। ਤੀਸਰਾ ਸੀ ਤੁਹਾਡੇ ਸਮਾਣੇ ਦੇ ਨੇੜੇ ਜਲਾਲੂਦੀਨ ਜਲਾਦ, ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬਾਹਰ ਲਿਆਂਦਾ। ਹਜ਼ੂਰ ਨੂੰ ਇਹ ਪੁੱਛਿਆ ਗਿਆ ਅੰਤਮ ਇੱਛਾ, ਸਤਿਗੁਰਾਂ ਨੇ ਕਿਹਾ ਇੱਕ ਜਪਜੀ ਸਾਹਿਬ ਦਾ ਪਾਠ ਕਰਨਾ ਹੈ। ਉਹ ਬਰੋਟਾ ਸੀ, ਲਫਜ਼ ਬਰੋਟਾ ਜੀ ਉਹਦੇ ਲਈ ਪੁਰਾਣੀ ਲਿਖਤਾਂ 'ਚ ਬੋਰਡ ਦਾ, ਉੱਥੇ ਥਾਂ ਬਣਾਈ ਗਈ। ਗੁਰੂ ਤੇਗ ਬਹਾਦਰ ਸਾਹਿਬ ਉਸ ਚਬੂਤਰੇ 'ਚ ਥੜੇ 'ਤੇ ਬੈਠ ਗਏ। ਉਸ ਭੀੜ ਵਿੱਚ ਇੱਕ ਸਿੱਖ ਤੁਰਿਆ ਜਾ ਰਿਹਾ ਹੈ, ਜਿਹੜਾ ਇੰਨਾ ਕੁ ਆਪਣੇ ਆਪ ਨੂੰ ਦਬਾ ਰਿਹਾ ਹੈ, ਅੱਖਾਂ 'ਚੋਂ ਨੀਰ ਵੀ ਨਾ ਨਿਕਲੇ, ਮੈਂ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਨੂੰ ਰੁੱਲ ਨਹੀਂ ਦੇਣਾ। ਭਾਈ ਜੈਤਾ ਜੀ, ਗੁਰੂ ਤੇਗ ਬਹਾਦਰ ਸਾਹਿਬ ਨੇ ਜਪਜੀ ਸਾਹਿਬ ਸ਼ੁਰੂ ਕੀਤਾ। ਕਾਜ਼ੀ ਨੇ ਫਿਰ ਕਿਹਾ 11 ਨਵੰਬਰ 1675 ਨੂੰ ਦੁਪਹਿਰ ਢਲੀ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਪਜੀ ਪੜ੍ਹਿਆ, ਜਲਾਦ ਨੇ ਤਲਵਾਰ ਚਲਾਈ, ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਕਲਮ ਕਰ ਦਿੱਤਾ। ਪਿਆਰਿਓ, ਤੂਫਾਨ ਆਇਆ, ਭਾਈ ਜੈਤਾ ਹਜ਼ੂਰ ਦੇ ਸੀਸ ਨੂੰ ਲਪੇਟ ਕੇ ਲੈ ਤੁਰਿਆ। ਕੱਲ੍ਹ ਸਤਿਗੁਰਾਂ ਦਾ ਸੀਸ ਦਾ ਸੰਸਕਾਰ ਦਿਨ ਸੀ, ਕਹਿਣਾ ਬਹੁਤ ਸੌਖਾ ਹੈ, ਸਾਖੀ ਕਰਨੀ ਬਹੁਤ ਸੌਖੀ। ਤੁਸੀਂ ਦੇਖੋ, ਗੁਰੂ ਅਰਜੁਨ ਦੇਵ ਲਾਹੌਰ ਸ਼ਹੀਦ ਹੋਏ, ਪਰ ਪੁੱਤਰ ਕੋਲ ਜਿਸਮ ਨਹੀਂ ਆਇਆ, ਤਨ ਨਹੀਂ ਆਇਆ। ਇੱਥੇ ਭਾਈ ਜੈਤਾ ਜੀ ਸੀਸ ਲੈ ਕੇ ਤੁਰੇ, ਗੁਰਮੁਖੋ ਸਿੱਖ ਨੇ ਪੜਾਂ ਜਿਹੜੇ ਕੀਤੇ, 5 ਪੜਾਂ ਖਾਸ ਕਰਕੇ ਜਿਹੜੇ ਤਸਦੀਕ ਹੋ ਚੁੱਕੇ ਆ। ਪਹਿਲਾ ਪੜਾਂ ਉਹਨੇ ਬਾਗਪਟ ਕੀਤਾ ਸ਼ੇਖ ਵਾਹੂਦੀਨ ਦੇ ਤਕੀਏ 'ਚ, ਦੂਜਾ ਪੜਾਂ ਉਹਨੇ ਤਰਾਵੜੀ ਕੀਤਾ ਭਾਈ ਦੇਵਾ ਰਾਮ ਧੋਬੀ ਦੇ ਘਰ 'ਚ, ਤੀਜਾ ਪੜਾਂ ਉਹਨੇ ਟਾਂਗਰੀ ਨਦੀ ਪਾਰ ਕਰਕੇ ਅੰਬਾਲੇ ਕੈਂਥ ਮਾਜਰੀ ਮਹੱਲਾ ਹੈ ਉੱਥੇ ਰਮਦਾਸੀਆ ਸਿੱਖ ਭਾਈ ਰਾਮਦੇਵ ਦੇ ਘਰ ਕੀਤਾ। ਉਸ ਤੋਂ ਅਗਲਾ ਪੜਾਅ ਉਹਨੇ ਨਾਭਾ ਸਾਹਿਬ ਜਿਹੜਾ ਗੁਰਦੁਆਰਾ ਹੈ ਫਕੀਰ ਦਰਗਾਹੀ ਸ਼ਾਹ ਕੋਲ ਕੀਤਾ, ਅਤੇ ਸਾਰੇ ਦੇ ਸਾਰੇ ਬੰਦੇ ਗੁਰੂ ਤੇਗ ਬਹਾਦਰ ਦੇ ਦਰਸ਼ਨਾਂ ਦੀ ਤਾਂਘ ਵਿੱਚ ਬੈਠੇ ਹੋਏ ਸਨ। ਮੈਂ ਕਈ ਵਾਰੀ ਸੋਚਣਾ, ਸਿਰਫ ਇੱਕੋ ਦੁਨੀਆਂ ਦੇ ਉੱਤੇ ਉਦਾਹਰਨ ਹੈ ਕਿ ਪੈਗੰਬਰ ਦਾ ਸੀਸ ਵੀ ਯਾਤਰਾ ਕਰਦਾ ਪਿਆ ਹੈ।
ਫਿਰ ਕੀਰਤਪੁਰ ਬਿਬਾਨਗੜ੍ਹ, ਉੱਥੋਂ ਸੀਸ ਗੁਰੂ ਗੋਬਿੰਦ ਸਿੰਘ ਜੀ ਲੈ ਕੇ ਗਏ। ਕੱਲ੍ਹ ਅਸੀਂ ਦਿਨ ਮਨਾਇਆ, ਹਜ਼ੂਰ ਨੇ ਆਪਣੇ ਪਿਤਾ ਦੇ ਸੀਸ ਦਾ ਸੰਸਕਾਰ ਕੀਤਾ। ਭਾਈ ਜੈਤੇ ਨੂੰ ਪੁੱਛਿਆ ਸੀ ਕਿੰਨੇ ਕੁ ਸਿੱਖ, ਕਹਿਣਗੇ ਹੋਣਗੇ ਬਹੁਤ, ਕਿਹੜਾ ਸਾਹਮਣੇ ਆਇਆ? ਸੱਚੀ ਮੁੱਚੀ ਜੀ ਕੋਈ ਵਿਰਲਾ ਹੀ ਮਰਦ ਨਿੱਤਰਦਾ ਹੁੰਦਾ ਹੈ, ਭੀੜਾਂ ਬਹੁਤ ਹੁੰਦੀਆਂ ਨੇ, ਭੀੜ ਕਦੀ ਧਰਮ ਨਹੀਂ ਹੁੰਦੀ, ਖਿਮਾ ਕਰਦੇ ਆ ਜੇ, ਭੀੜ ਵੋਟ ਹੋ ਸਕਦੀ ਹੈ, ਸੱਚੀ ਭੀੜ ਬਹੁ ਗਿਣਤੀ ਹੋ ਸਕਦੀ ਹੈ, ਧਰਮੀ ਇੱਕ ਹੀ ਹੁੰਦਾ ਹੈ। ਹਾਂ ਉਸ ਵਕਤ ਲੱਗਦਾ ਹਾਰ ਗਿਆ, ਪਰ ਜਿੱਥੇ ਧਰਮੀ ਦਾ ਖੂਨ ਡਿੱਲਦਾ ਨਾ, ਯਾਦ ਰੱਖਿਓ ਸਦਾ ਵਾਸਤੇ ਜਿੱਤ ਜਾਂਦਾ ਹੈ। ਮੈਂ ਉਦਨ ਸੀਸਗੰਜ ਦੇਖਿਆ, ਜਦੋਂ ਮੈਂ ਹਿਸਟਰੀ ਪੜ੍ਹਨਾ, ਸਰਮੱਦ ਵੀ ਉਸੇ ਸਾਲ ਕਤਲ ਕੀਤਾ, ਜਿਸ ਸਾਲ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਉਸੇ ਸਾਲ ਸਰਮੱਦ ਕਹਿ, ਸਰਮੱਦ ਦਾ ਮਕਬਰਾ ਜਾਮਾ ਮਸਜਿਦ ਦੇ ਸਾਹਮਣੇ ਹੈ, ਗੁਰੂ ਤੇਗ ਬਹਾਦਰ ਚਾਂਦਨੀ ਚੌਂਕ ਜਿਹਨੇ। ਔਰੰਗਜ਼ੇਬ ਦਾ ਨਾਮ ਕੋਈ ਨਹੀਂ ਜੇ ਲੈਂਦਾ, ਗੁਰੂ ਤੇਗ ਬਹਾਦਰ ਦੇ ਦਰ 'ਤੇ ਦਿਨ ਰਾਤ ਬਾਣੀ ਦਾ ਪ੍ਰਵਾਹ ਚੱਲਦਾ ਹੈ। ਮਹਾਰਾਜ ਨੇ ਕਿਹਾ ਇਹੋ ਜਿਹਾ ਖਾਲਸਾ ਸਿਰਜਾਂਗਾ ਕਿ ਕਰੋੜਾਂ ਵਿੱਚੋਂ ਦਿਸੇਗਾ। ਗੁਰੂ ਗੋਬਿੰਦ ਸਿੰਘ ਜੀ ਦਾ ਸਮਾਂ ਆ ਗਿਆ, 9 ਸਾਲ ਦੀ ਉਮਰ, ਹਜ਼ੂਰ ਆਨੰਦਪੁਰ ਕੋਈ ਸਮਾਂ ਰਹਿ ਕੇ ਪਾਉਂਟਾ ਸਾਹਿਬ ਗਏ। ਪਾਉਂਟਾ ਸਾਹਿਬ ਦੀ ਧਰਤੀ 'ਤੇ ਜਿਹੜਾ ਜਾਪ ਸਾਹਿਬ ਆਪ ਜੀ ਰੋਜ਼ ਪੜ੍ਹਦੇ ਹੋ, ਇਹ ਹਜ਼ੂਰ ਨੇ ਉੱਥੇ ਉਚਾਰਨ ਕੀਤਾ। ਸਵਈਏ ਇਸੇ ਪਾਉਂਟਾ ਸਾਹਿਬ ਦੀ ਧਰਤੀ ਦੇ ਨੇੜੇ ਭੰਗਾਣੀ ਦਾ ਮੈਦਾਨ ਹੈ, ਗੁਰੂ ਗੋਬਿੰਦ ਸਿੰਘ ਜੀ ਨੇ ਤਕਰੀਬਨ 22-23 ਸਾਲ ਦੀ ਉਮਰ 'ਚ ਪਹਿਲੀ ਜੰਗ ਲੜੀ, ਉਸ ਤੋਂ ਜਿੱਤ ਪ੍ਰਾਪਤ ਕਰਕੇ ਜਦੋਂ ਆਏ, ਸਾਡਾ ਇਤਿਹਾਸ ਕਹਿੰਦਾ ਉਸ ਦਿਨ ਵੱਡੇ ਪੁੱਤਰ ਬਾਬਾ ਅਜੀਤ ਸਿੰਘ ਦਾ ਜਨਮ ਹੋਇਆ ਹੈ। ਜਿਹੜਾ ਦਿਨ ਤੁਸੀਂ ਮਨਾ ਰਹੇ ਹੋ, ਮੈਂ ਥੋੜ੍ਹਾ ਜਿਹਾ ਪਿਛੋਕੜ ਚੱਲਿਆ ਵਾਂ ਕਿ ਇਹ ਇੱਕ ਦਿਨ ਦਾ ਘਟਨਾਕ੍ਰਮ ਨਹੀਂ, ਇਹ ਮੁੱਦਤਾਂ ਤੋਂ ਟੱਕਰ ਚੱਲਦੀ ਬਾਬੇ ਕੇ ਅਤੇ ਬਾਬਰਕਿਆਂ ਦੀ। ਸਤਿਗੁਰੂ ਗੁਰੂ ਗੋਬਿੰਦ ਸਿੰਘ 29 ਸਾਲ ਦੇ ਕਰੀਬ, ਮੈਂ ਲਫ਼ਜ਼ ਵਰਤਿਆ 30 ਕਹਿ ਲਓ, ਆਨੰਦਪੁਰ ਸਾਹਿਬ ਵਾਲੇ 31 ਕਹਿੰਦੇ ਆ, 3 ਦਹਾਕੇ ਤੋਂ ਵੱਧ ਸਮਾਂ ਆਨੰਦਪੁਰ ਸਾਹਿਬ ਰਹੇ ਆ। ਇੱਥੇ ਜਿਹੜਾ ਗੁਰਦੁਆਰਾ ਭੋਰਾ ਸਾਹਿਬ ਹੈ, ਇੱਥੇ ਗੁਰੂ ਗੋਬਿੰਦ ਸਿੰਘ ਦੇ ਘਰ 3 ਬੇਟਿਆਂ ਨੇ ਹੋਰ ਜਨਮ ਲਿਆ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ। ਗੁਰਮੁਖੋ ਕਦੀ ਸੋਚਿਓ ਇਹਨਾਂ ਨਾਵਾਂ ਦੇ ਕਿੰਨੇ ਗਹਿਰੇ ਅਰਥ ਨੇ। ਮੈਂ ਫਤਿਹਗੜ੍ਹ ਸਾਹਿਬ ਇੱਕ ਵਾਰੀ ਕਿਹਾ, ਜੇ ਇਕੱਲੇ ਲਫ਼ਜ਼ ਵਰਤੋਂ ਅਜੀਤ, ਜੁਝਾਰ, ਜ਼ੋਰਾਵਰ ਅਤੇ ਫਤਿਹ, ਇਸ ਦੇ ਸ਼ਬਦ ਨੇ ਬਾਬਾ ਅਜੀਤ ਸਿੰਘ ਜੀ, ਇਹਦੇ ਲਫ਼ਜ਼ੀ ਅਰਥ ਬੜੇ ਕਮਾਲ ਦੇ ਨੇ। ਅਜੀਤ ਜਿਹਨੂੰ ਕੋਈ ਜਿੱਤ ਨਾ ਸਕੇ, ਅਤੇ ਜੁਝਾਰ ਦਾ ਅਰਥ ਹੈ ਜਿਹੜਾ ਤਾਕਤ ਰੱਖ ਕੇ ਜੂਝੇ, ਜੁਝਾਰੂ ਹੋਵੇ, ਇਹ ਅਗਲਾ ਲਫ਼ਜ਼ ਹੈ। ਜ਼ੋਰਾਵਰ, ਇਹ 2 ਲਫ਼ਜ਼ ਨੇ, ਜ਼ੋਰ ਆਵਰ, ਜੇ ਸੰਧੀ ਛੇਦ ਕਰੀਏ, ਜ਼ੋਰ ਦਾ ਅਰਥ ਹੈ ਤਾਕਤ ਅਤੇ ਆਵਰ ਦਾ ਅਰਥ ਹੈ ਵਾਲਾ, ਤਾਕਤ ਵਾਲਾ, ਜੁਝਾਰੂ ਤਾਕਤ ਵਾਲਾ। ਅਤੇ 4th ਲਫ਼ਜ਼ ਹਜ਼ੂਰ ਨੇ ਆਪਣੇ ਪੁੱਤਰਾਂ ਪੁੱਤਰ ਲਈ ਚੁਣਿਆ, ਫਤਿਹ, ਬਾਬਾ ਫਤਿਹ ਸਿੰਘ ਜੀ। ਕਦੀ ਧਿਆਨ ਨਾਲ ਸੁਣਿਓ, ਜ਼ੋਰਾਵਰ ਹੀ ਜੁਝਾਰੂ ਹੋ ਸਕਦਾ ਹੈ, ਜੁਝਾਰੂ ਹੀ ਜਿੱਤ ਸਕਦਾ ਹੈ, ਅਤੇ ਜਿਹੜਾ ਜਿੱਤਣ 'ਤੇ ਆ ਜਾਵੇ ਉਹਦੀ ਹਰ ਮੈਦਾਨ ਵਿੱਚ ਫਤਿਹ ਹੁੰਦੀ ਹੈ। ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ, ਆਨੰਦਪੁਰ ਸਾਹਿਬ ਦੀ ਧਰਤੀ 'ਤੇ ਬੜਾ ਵੱਡਾ ਇਨਕਲਾਬ ਆਇਆ। ਚਲੋ ਮੈਂ ਲਫ਼ਜ਼ ਬੜਾ ਹੋਰ ਤਰ੍ਹਾਂ ਦਾ ਵਰਤ ਲਿਆ, ਉੱਥੇ ਅੰਮ੍ਰਿਤ ਸੰਚਾਰ ਹੋਇਆ, ਉੱਥੇ ਹੋਲੇ ਮਹੱਲੇ ਨਿਕਲੇ, ਉੱਥੇ ਕਵੀਆਂ ਦੇ ਇਕੱਠ ਹੋਏ। ਪਿਆਰਿਓ ਆਨੰਦਪੁਰ ਸਾਹਿਬ ਦੀ ਬੜੀ ਵੱਡੀ ਦੇਣ ਜੇ, ਆਨੰਦਪੁਰ ਸਾਹਿਬ ਉਸ ਵਕਤ ਤਿਲਕ ਜੰਜੂ ਦੀ ਬਾਂਹ ਪਕੜੇਗੀ ਜਦੋਂ ਕੋਈ ਵੀ ਬਾਂਹ ਨਹੀਂ ਸੀ ਪਕੜਦਾ। ਆਹ ਜਿਹੜੇ ਦਿਨ ਤੁਸੀਂ ਅੱਜ ਮਨਾਉਂਦੇ ਪਏ ਹੋ, ਕੀ ਕਸੂਰ ਗੁਰੂ ਗੋਬਿੰਦ ਸਿੰਘ ਜੀ ਦਾ? 14 ਜੰਗਾਂ ਲੜੀਆਂ ਹਜ਼ੂਰ ਨੇ ਜੀ,
14 ਹੀ ਬਣਦੀਆਂ, ਰਾਜਪੂਤਾਨੇ 'ਚ ਇੱਕ ਟੱਕਰ ਹੁੰਦੀ ਜਿੱਥੇ ਭਾਈ ਮਾਨ ਸਿੰਘ ਸ਼ਹੀਦ ਹੁੰਦੇ ਨੇ। 14 ਜੰਗਾਂ 'ਚ ਮੈਨੂੰ ਦੱਸੋ ਕਿਤੇ ਗੁਰੂ ਗੋਬਿੰਦ ਸਿੰਘ ਨੇ ਪਹਿਲ ਕੀਤੀ, ਡਿਫੈਂਸ 'ਚ ਲੜੀਆਂ। ਹਾਂ, ਇੱਕ ਜੰਗ ਦੀ ਸ਼ੁਰੂਆਤ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਜਿਹੜੀ ਅੱਜ ਤੱਕ ਨਹੀਂ ਮੁੱਕਦੀ ਪਈ। ਇਹਨੂੰ ਧਿਆਨ ਨਾਲ ਸੁਣਿਓ, ਹਰ ਡਿਫੈਂਸ ਹੀ ਹੈ ਨਾ, ਚੜ੍ਹ ਕੇ ਆਉਂਦੇ ਨੇ, ਰਾਜੇ ਕਦੀ ਸ਼ਰਨ 'ਚ ਆ ਜਾਂਦੇ ਨੇ, ਕਦੀ ਘੇਰੇ ਪੈਂਦੇ ਆ। 14 ਜੰਗਾਂ ਮੁਕਤਸਰ ਤੱਕ ਲੜੀਆਂ ਨੇ, ਇੱਕ ਜੰਗ ਗੁਰੂ ਗੋਬਿੰਦ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ 5 ਤੀਰ ਦੇ ਕੇ ਸ਼ੁਰੂ ਕੀਤੀ। ਯਾਦ ਰੱਖਿਓ, ਸਦੀਆਂ ਲੰਘ ਗਈਆਂ ਨੇ, ਅੱਜ ਤੱਕ ਉਹ ਜੰਗ ਖਤਮ ਨਹੀਂ ਹੋਈ। ਇਹ ਬੜੇ ਰਮਜ ਭਰੇ ਸ਼ਬਦ ਨੇ। ਅਤੇ ਕਈ ਵਾਰ ਆਪਾਂ ਸੋਚਾਂਗੇ, ਜੀ ਮਹਾਰਾਜ ਚਮਕੌਰ ਦੀ ਗੜੀ 'ਚ ਤੀਰ ਕਿਉਂ ਨਾ? ਉਂਝ ਸੱਚ ਹੈ ਵੇ, ਜ਼ਫਰਨਾਮੇ 'ਚ ਇੱਕ ਬੋਲ ਹੈ ਕਿ ਬਸੇ ਬਾਰ ਬਰੀਦ ਤੀਰੋ ਤੂਫੰਗ। ਔਰੰਗਜ਼ੇਬ, ਇੰਨੀ ਤੀਰਾਂ ਦੀ ਅਤੇ ਗੋਲੀਆਂ ਦੀ ਵਰਖਾ ਹੋਈ। ਜਮੀ ਗਸ਼ਤਾਮ ਚੂ ਗੁਲਾ ਲਾਲਾ ਰੰਗ, ਜ਼ਮੀਨ ਚਮਕੌਰ ਸਾਹਿਬ ਦੀ ਇਸ ਤਰ੍ਹਾਂ ਲਾਲ ਹੋ ਗਈ ਜਿਵੇਂ ਪੋਸਤ ਦੇ ਫੁੱਲ ਲਾਲ ਹੁੰਦੇ ਆ। ਸਾਰ 'ਚ ਮੇਰੇ ਖੂਨ ਖੂਨ ਸੀ। ਕੀ ਕਸੂਰ ਜੀ ਮੈਨੂੰ? ਮੈਂ ਜਦੋਂ ਸੁਣਾਉਂਦਾ ਦੁੱਖ ਲੱਗਦਾ। ਰਾਜਾ ਭੀਮ ਚੰਦ ਦਾ ਪੁੱਤਰ ਅਜਮੇਰ ਚੰਦ ਘੇਰੇ ਵਿੱਚ ਸੀ। ਮਹਾਰਾਜ ਜਦੋਂ ਘੇਰਾ ਪਾਇਆ, ਸੂਬਾ ਸਰਹੰਦ, ਸੂਬਾ ਲਾਹੌਰ, ਜੰਮੂ ਤੋਂ ਜਲੰਧਰ ਦਾ ਜਿਹੜਾ ਸੂਬਾ, ਉਹ ਸਾਰੇ ਇਕੱਠੇ ਹੋ ਕੇ ਆ ਗਏ। ਮਈ ਦੇ ਮਹੀਨੇ 'ਚ ਘੇਰਾ ਪਿਆ, ਦਸੰਬਰ ਤੱਕ ਚੱਲਿਆ, ਦੇਸੀ ਮਹੀਨਾ ਜੇਠ ਤੋਂ ਸ਼ੁਰੂ ਕੀਤਾ ਅਤੇ 6 ਪੋਹ ਤੱਕ ਚੱਲਿਆ। ਉਸ ਸਮੇਂ ਕਿੱਡੀ ਤ੍ਰਾਸਦੀ ਕੀ ਹੋਈ, ਸੱਚਮੁੱਚ ਅੰਨ ਪਾਣੀ ਮੁੱਕ ਗਿਆ। ਉਂਝ ਵੈਸੇ ਇਸ ਜੰਗ ਨੂੰ ਜੇ ਉਸ ਵਕਤ ਦੀ ਹਿਸਟਰੀ ਵਿੱਚੋਂ ਪੜ੍ਹਨਾ ਤਾਂ ਕਵੀ ਸੈਨਾਪਤ ਦਾ ਸ਼੍ਰੀ ਗੁਰੂ ਸ਼ੋਭਾ ਹੈ। ਉਹ ਤਾਂ ਇੱਥੋਂ ਤੱਕ ਲਿਖਦਾ ਕਿ ਇੰਨੀ ਪਾਣੀ ਦੀ ਕਿੱਲਤ ਆ ਗਈ, 4 ਸਿੱਖ ਪਾਣੀ ਲੈਣ ਜਾਂਦੇ ਸਨ, 2 ਮਾਰੇ ਜਾਂਦੇ ਸਨ, 2 ਪਾਣੀ ਲੈ ਕੇ ਆਉਂਦੇ ਸਨ। ਭੁੱਖ ਕਾਲ ਪੈ ਗਿਆ ਸਮਝੋ। ਇੱਥੋਂ ਤੱਕ ਕਿ ਬਿਮਾਰੀ ਨਾਲ ਸਕਿਨ ਢਲ ਕੇ ਡਿੱਗਣ ਲੱਗ ਪਈ। ਗੁਰਦੇਵ ਦਾ ਪ੍ਰਸਾਦੀ ਖਾਥੀ ਭੁੱਖ ਨਾਲ ਤੜਫ ਤੜਫ ਕੇ ਮਰਿਆ। ਕਈਆਂ ਦੇ ਸਿਦਕ ਡੋਲਣ ਲੱਗ ਪਏ, ਇਹਨੂੰ ਇਨਕਾਰ ਨਹੀਂ ਕਰਨਾ ਚਾਹੀਦਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੂੰ ਫਿਰ ਪਹਾੜੀਆਂ ਨੇ ਕਸਮ ਚੁੱਕ ਕੇ ਕਿਹਾ, ਤੁਸੀਂ ਆਨੰਦਪੁਰ ਸਾਹਿਬ ਛੱਡ ਦਿਓ। ਅਤੇ ਮੈਂ ਇੱਕ ਬੇਨਤੀ ਤੁਹਾਨੂੰ ਕਰਨੀ ਚਾਹੁੰਦਾ, ਕਿਉਂ ਆਨੰਦਪੁਰ ਛੱਡ ਦਿੱਤਾ? ਮਹਾਰਾਜ ਨੇ ਖਰੀਦੀ ਹੈ ਜ਼ਮੀਨ ਗੁਰੂ ਤੇਗ ਬਹਾਦਰ ਸਾਹਿਬ ਨੇ, ਆਪਾਂ ਦਿਨ ਮਨਾਇਆ, ਇਹ ਕਿਸੇ ਦਾਨ ਨਹੀਂ ਕੀਤੀ। ਇੱਕ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਦੂਜੀ ਆਨੰਦਪੁਰ ਦੀ ਧਰਤੀ ਗੁਰਦੇਵ ਨੇ ਖਰੀਦ ਕੇ ਵਸਾਈ ਹੈ, ਕਿਸੇ ਦੀ ਦਾਨ ਕੀਤੀ ਹੋਈ ਨਹੀਂ। ਕਿਉਂ ਛੱਡ ਦਿੱਤਾ ਆਨੰਦਪੁਰ ਸਾਹਿਬ? ਭੁੱਖ ਕਰਕੇ ਨਹੀਂ, ਦੁੱਖ ਕਰਕੇ ਨਹੀਂ। ਇਸ ਨੁਕਤੇ ਨੂੰ ਧਿਆਨ ਨਾਲ ਸੁਣਿਓ ਗੁਰਮੁਖੋ। ਗੁਰੂ ਗੋਬਿੰਦ ਸਿੰਘ ਜੀ ਸਾਹਮਣੇ ਪਹਾੜੀਆਂ ਨੇ ਕਿਹਾ ਤੁਸੀਂ ਛੱਡ ਦਿਓ, ਹਜ਼ੂਰ ਨੇ ਕਿਹਾ ਨਹੀਂ। 2 ਵਾਰੀ ਹੋਇਆ, ਇੱਕ ਵਾਰੀ ਜਥਾ ਪਹਿਲਾਂ ਭੇਜਿਆ, ਜਿਹੜੇ ਸਾਰੇ ਟੁੱਟੇ ਛਿੱਤਰ ਪਿੰਜਰ, ਇਹਨਾਂ ਹਮਲਾ ਕਰ ਦਿੱਤਾ। ਗੁਰਦੇਵ ਨੇ ਕਿਹਾ ਦੇਖੋ ਇਹਨਾਂ ਦੀ ਕਰਤੂਤ। ਇਹ ਕੱਲੀ ਸਾਖੀ ਨਹੀਂ, ਮੈਂ ਜ਼ਫਰਨਾਮੇ ਦੇ ਕੋਈ ਸ਼ੇਰ ਤੁਹਾਡੇ ਨਾਲ ਸਾਂਝੇ ਕਰਾਂਗਾ। ਯਾਦ ਰੱਖਿਓ, ਗੁਰੂ ਧਰਮ ਦਾ ਕੋਈ ਵਾਸਤਾ ਪਾਵੇ ਆਪਣੇ ਆਪ ਨੂੰ ਕੁਰਬਾਨ ਕਰ ਦਿੰਦਾ। ਇਹ ਬੜਾ ਨੁਕਤਾ ਗਹਿਰਾ ਜੇ। ਤਿਲਕ ਜੰਝੂ ਲਾਉਂਦੇ ਨੇ ਗੁਰਦੇਵ, ਗਾਇਤਰੀ ਮੰਤਰ ਪੜਿਆ ਜਾਂਦਾ, ਇੱਥੇ ਤਾਂ ਸ਼ਬਦ ਗੁਰੂ ਦੀ ਪ੍ਰਧਾਨਤਾ ਹੈ। ਜਿੱਦਣ ਕੋਈ ਤਿਲਕ ਅਤੇ ਜੰਝੂ ਦਾ ਧਰਮ ਦਾ ਵਾਸਤਾ ਪਾਉਂਦਾ, ਉਦਣ ਗੁਰੂ ਗੋਬਿੰਦ ਸਿੰਘ ਦੇ ਪਿਤਾ ਗੁਰੂ ਤੇਗ ਬਹਾਦਰ ਆਨੰਦਪੁਰ ਛੱਡ ਕੇ ਦਿੱਲੀ ਪਹੁੰਚ ਜਾਂਦੇ ਆ। ਅਤੇ ਜਿੱਦਣ ਕੁਰਾਨ ਦੀ ਸੌਂਕ ਚੁੱਕ ਕੇ ਕੋਈ ਵਾਸਤਾ ਪਾਉਂਦਾ, ਗੁਰੂ ਗੋਬਿੰਦ ਸਿੰਘ ਕਿਲ੍ਹਾ ਛੱਡ ਜਾਂਦੇ ਆ। ਧਰਮ ਦੀ ਸੌਂਕ, ਥੋੜ੍ਹੇ ਸ਼ੇਰ ਸੁਣਿਓ। ਇਹ ਮੈਨੂੰ ਜ਼ਫਰਨਾਮੇ ਦਾ ਪਾਠ ਕਰਦਿਆਂ ਬੜੀ ਗੱਲ ਕਲੀਅਰ ਹੋਈ ਮੇਰੇ ਮਨ 'ਚ ਵੀ ਆਉਣਾ, ਵੀ ਅਸੀਂ ਕਹਿ ਦਿਆਂਗੇ ਮਹਾਰਾਜ ਨੇ ਕਿਲ੍ਹਾ ਛੱਡ ਦਿਆ, ਡਰ ਗਏ ਨਹੀਂ।
ਜਿਸ ਦਿਨ ਕਿਲ੍ਹਾ ਛੱਡਿਆ, ਜਿਹੜੀ ਕੱਲ੍ਹ ਰਾਤ ਅੱਜ ਸਵੇਰ ਹੋ ਗਈ, ਜਿਹੜੀ ਰਾਤ ਨਿਕਲੀ, ਸੱਚ ਇਹ ਵੇ ਕਿ ਜ਼ਫਰਨਾਮੇ ਦੇ ਪਹਿਲੇ 12 ਸ਼ੇਰ ਜਿਹੜੇ ਨੇ ਉਹ ਸਿਰਫ ਅਕਾਲ ਪੁਰਖ ਦੀ ਸਿਫਤ ਵਿੱਚ ਨੇ। ਕਮਾਲ ਏ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼ ਰਾਜ਼ਕ, ਰਿਹਾ ਕੌਣ ਰਹੀਮ, ਅਮਾਂ ਬਖਸ਼ ਬਖਸ਼ੰਦਾ, ਉਹ ਦਸਤਗੀਰ, ਖਤਾ ਬਖਸ਼ ਰੋਜ਼ੀ ਦਿਓ ਦਿਲ ਪਜ਼ੀਰ, ਸ਼ਹਿਨ ਸ਼ਾਹ ਖੂਬੀ ਦਿਓ ਰਹਿਨਮੂ, ਕੇ ਬੇਗੁਨੂ ਬੇਚੂਨੂ ਚੂੰ ਬੇਨਮੂ, ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ੰਦਾ ਐਸ਼ ਅਰਸ਼। ਅਗਲੀ ਗੱਲ, 12 ਸ਼ੇਰਾਂ ਤੋਂ ਬਾਅਦ ਫਿਰ 13ਵੇਂ ਸ਼ੇਰ ਵਿੱਚ ਦਾਸਤਾਨ ਸ਼ੁਰੂ ਹੁੰਦੀ ਹੈ। ਉਹਦੀ ਸ਼ੁਰੂਆਤ ਇਹ ਵੇ, ਮਹਾਰਾਜ ਕਹਿੰਦੇ ਮਰਾ ਐਤਬਾਰੇ ਬਰੀ ਕਸਮ ਨੇਸਤ, ਲਫਜ਼ ਪਰਸ਼ੀਅਨ ਦੇ ਨੇ, ਆਪਾਂ ਸੌਖੇ ਅਰਥ ਕਰਾਂਗੇ। ਇਹ ਇਸ ਕਰਕੇ ਨਹੀਂ ਆਪਾਂ ਵਿਦਵਤਾ ਦਾ ਜ਼ੋਰ ਦਿਖਾ ਰਹੇ ਹਾਂ, ਮਰਾ ਦਾ ਅਰਥ ਮੈਨੂੰ, ਮਰਾ ਐਤਬਾਰੇ ਬਰੀ ਕਸਮ ਨੇਸਤ ਕਿ ਏਸਤ ਗਵਾਹ ਅਸਤ ਯਜਦਾਂ ਯਕੇਸਤ। ਔਰੰਗਜ਼ੇਬ ਅਰਬੀ 'ਚ ਯਜਦਾਂ ਕਹਿੰਦੇ ਨੇ ਰੱਬ ਨੂੰ, ਤੂੰ ਰੱਬ ਨੂੰ ਗਵਾਹ ਬਣਾ ਕੇ ਸਹੁੰ ਚੁੱਕੀ, ਚੇਤੇ ਰੱਖੀ ਤੂੰ ਧਰਮੀ ਨਹੀਂ, ਮੈਂ ਰੱਬ ਦੀ ਸਹੁੰ 'ਤੇ ਭਰੋਸਾ ਕਰਕੇ ਕਿਲ੍ਹਾ ਛੱਡਿਆ, ਤੇ ਮੇਰੇ ਤੋਂ ਕਿਲ੍ਹਾ ਛਡਾ ਸਕਦਾ ਸਰ? ਮਰਾਂ ਐਤਬਾਰੇ ਬਰੀ ਕਸਮ ਨੇਸਤ ਕਿ ਏਸਤ ਗਵਾਹ ਅਸਤ ਯਜਦਾਂ ਯਕੇਸਤ, ਨਾ ਕਤਰਾਂ ਮਰਾ ਇਤਬਾਰੇ ਬਰੋਸਤ, ਕਤਰਾ ਦਾ ਅਰਥ ਥੋੜ੍ਹਾ, ਕਹਿੰਦੇ ਪਾਣੀ ਦਾ ਕਤਰਾ, ਇਹ ਲਫਜ਼ ਪਰਸ਼ੀਅਨ ਦਾ ਹੈ, ਕਹਿੰਦੇ ਨੇ ਕਤਰਾ ਦਰ 'ਤੇ ਥੋੜ੍ਹਾ ਜਿੰਨਾ ਵੀ, ਹੁਣ ਤੂੰ ਪਖੰਡ ਨਾ ਕਰ, ਰੱਬ ਦੇ ਨਾਂ 'ਤੇ ਕੁਰਾਨ ਦੇ ਨਾਂ 'ਤੇ ਸਹੁੰ ਚੁੱਕਣ ਵਾਲਿਆ, ਨਾ ਕਤਰਾ ਮਰਾਂ ਇਤਬਾਰੇ ਬਰੋਸਤ ਕਿ ਬਖਸ਼ੀ ਵਾ ਦੀਵਾਂ ਹਮਾ ਕਿਜ਼ਬ ਗੋਸ਼ਤ, ਤੇਰੇ ਸੈਨਾਪਤੀ ਅਤੇ ਤੇਰੇ ਅਹਿਲਕਾਰ ਸਾਰੇ ਝੂਠੇ ਦੇ ਝੂਠੇ ਆ। ਗੁਰਮੁਖੋ ਮੈਂ ਆਪ ਨੂੰ ਬੇਨਤੀ ਕਰਾਂ, 6 ਪੋਹ ਦੀ ਰਾਤ ਨੂੰ ਜਿਹੜੇ ਆਪਾਂ ਦਿਨ ਮਨਾਉਂਦੇ ਪਏ ਹਾਂ, ਮਹਾਰਾਜ ਜੀ ਨੇ ਫੈਸਲਾ ਕਰ ਲਿਆ ਵੀ ਅਨੰਦਪੁਰ ਸਾਹਿਬ ਛੱਡ ਦੇਣਾ, 4 ਸਾਹਿਬਜ਼ਾਦੇ, 2 ਮਹਿਲ, ਮਾਤ ਗੁਜਰੀ ਜੀ, ਸਤਿਗੁਰੂ ਸੰਧਿਆ ਵੇਲੇ ਇੱਕ ਵਾਰੀ ਪੂਰੇ ਅਨੰਦਪੁਰ ਸਾਹਿਬ ਦੇ ਵਿੱਚ ਹਜ਼ੂਰ ਨੇ ਮੁਬਾਰਕ ਚਰਨ ਪਾਏ। ਸਿੱਖ ਸਾਰੇ ਇਕੱਠੇ ਕਿਲ੍ਹਿਆਂ 'ਚੋਂ ਆਨੰਦਗੜ੍ਹ ਕਰ ਲੈ ਗਏ ਸਨ। ਸਤਿਗੁਰੂ ਜੀ ਨੇ ਪਿਤਾ ਵਾਲੇ ਅਸਥਾਨ 'ਤੇ ਸੀਸਗੰਜ ਨਮਸਕਾਰ ਕੀਤੀ, ਭਾਈ ਗੁਰਬਖਸ਼ ਜੀ ਨੂੰ ਸੇਵਾ ਦਿੱਤੀ ਕਿ ਇਸ ਥਾਂ ਦੀ ਸੇਵਾ ਤੁਸੀਂ ਕਰਨੀ ਹੈ। ਇਹਦੇ ਗੁਰੂ ਦਾ ਉਸਤਾਦ ਦਾ ਨਾਮ ਸੀ ਮਹਾਦੇਵ ਉਦਾਸੀ। ਉਹਨੇ ਕਿਹਾ ਮਹਾਰਾਜ ਸੇਵਾ ਤਾਂ ਕਰੇਗਾ, ਰੋਟੀ ਕਿਵੇਂ ਚੱਲੇਗੀ? ਹਜ਼ੂਰ ਨੇ ਕਿਹਾ ਸਮਾਂ ਆਏਗਾ, ਬਰਕਤਾਂ ਪਾਉਣਗੀਆਂ, ਇਹ ਉਜੜੇਗਾ ਨਹੀਂ ਅਨੰਦਪੁਰ ਸਾਹਿਬ। ਕਾਫਿਲਾ ਤੁਰਦਾ, ਵਿਚਕਾਰ ਹਜ਼ੂਰ ਦੇ ਛੋਟੇ ਸਾਹਿਬਜ਼ਾਦੇ ਮਹਿਲ ਨੇ, ਗੁਰਦੇਵ ਨੇ, ਅੱਗੇ ਕਾਫਲੇ ਦੇ ਵਿੱਚ ਸਿੰਘ ਤੁਰੇ ਜਾਂਦੇ ਆ, ਪਿੱਛੇ ਬਾਬਾ ਅਜੀਤ ਸਿੰਘ, ਭਾਈ ਉਦੈ ਸਿੰਘ, ਭਾਈ ਜੀਵਨ ਸਿੰਘ ਜੀ ਨੇ ਕਿ ਪਿੱਛੋਂ ਬੇਈਮਾਨ ਹਮਲਾ ਨਾ ਕਰਦੇ। ਪਿਆਰਿਓ, ਉਸ ਰਾਤ ਡਾਕਟਰ ਆਪਣੇ ਨਿਰੰਜਨ ਸਿੰਘ ਸਾਥੀ ਨੇ ਬੜੀ ਸੋਹਣੀ ਕਿਤਾਬ ਉਹਦੀ ਚਰਨ ਚਲੋ ਮਾਰ ਗੋਬਿੰਦ, ਉਹ 'ਚ ਕਹਿੰਦਾ ਜਦੋਂ ਕਿਲ੍ਹਾ ਛੱਡਿਆ, ਪਿੱਛੇ ਬਾਬਾ ਅਜੀਤ ਸਿੰਘ ਸਨ, ਇੱਕ ਵਾਰੀ ਕਿਲ੍ਹੇ ਵੱਲ ਅਨੰਦਪੁਰ ਵੱਲ ਝਾਤੀ ਮਾਰੀ, ਬੜੀ ਨੀਝ ਨਾਲ ਦੇਖਿਆ, ਭਾਈ ਚੌਪਾ ਸਿੰਘ ਜਿਹਨੇ ਰਹਿਤਨਾਮਾ ਲਿਖਿਆ ਉਹ ਨਾਲ ਸੀ, ਅਤੇ ਉਹ ਕਹਿੰਦੇ ਨੇ ਕਿ ਸਾਹਿਬਜ਼ਾਦਾ ਜੀ ਨੂੰ ਕਿ ਆਪ ਜੀ ਵਾਰ ਵਾਰ ਦੇਖ ਰਹੇ ਹੋ। ਕਹਿਣ ਲੱਗੇ ਭਾਈ ਜੀ, ਇੱਥੇ ਖੇਡੇ ਹਾਂ, ਇੱਥੇ ਵੱਡੇ ਹੋਏ ਹਾਂ, ਇਹ ਆਨੰਦਾ ਦੀ ਪੁਰੀ ਨੂੰ ਅਸੀਂ ਛੱਡ ਕੇ ਜਾ ਰਹੇ ਹਾਂ। ਕਹਿੰਦਾ ਜੀ ਆਪਾਂ ਵਾਪਸ ਆਵਾਂਗੇ? ਬਾਬਾ ਅਜੀਤ ਸਿੰਘ ਹੱਸ ਕੇ ਕਹਿੰਦੇ ਆ ਨਹੀਂ, ਵਾਪਸ ਨਹੀਂ, ਹੁਣ ਸਾਡੀ ਨਵੀਂ ਮੰਜ਼ਿਲ ਇੰਤਜ਼ਾਰ ਕਰ ਰਹੀ ਹੈ। ਸਤਿਗੁਰੂ ਸਾਰਾ ਦਿਨ ਚੱਲੇ, ਮੈਂ ਥੋੜ੍ਹਾ ਜਿਹਾ ਜੋ ਜਿਹੜਾ ਦਿਨ ਤੁਸੀਂ ਮਨਾ ਰਹੇ, ਮੈਨੂੰ ਪਤਾ ਹੈ ਕਿ ਹਿਸਟਰੀ ਉਹੀ ਰਹਿਣੀ ਹੈ, ਇਤਿਹਾਸ ਨਹੀਂ ਬਦਲਣਾ, ਅਦਾਇਗੀ ਵਾਲਿਆਂ ਦੇ ਤਰੀਕੇ ਬਦਲ ਜਾਣਗੇ, ਕੋਈ ਗਾਏਗਾ, ਕੋਈ ਵਾਰਤਕ ਕਹੇਗਾ ਕਵਿਤਾ 'ਚ। ਸਤਿਗੁਰੂ ਜਦੋਂ ਚੱਲੇ ਆ,
ਪਿੱਛੋਂ ਇਹਨਾਂ ਨੇ ਹਮਲਾ ਕਰ ਦਿੱਤਾ। ਭਾਈ ਉਦੈ ਸਿੰਘ, ਭਾਈ ਜੀਵਨ ਸਿੰਘ ਜੂਝ ਕੇ ਲੜੇ, ਸ਼ਹੀਦ ਹੋ ਗਏ। ਇੱਕ ਪਿੰਡ ਹੁੰਦਾ ਮਲਕਪੁਰ ਰੰਗੜਾ, ਅਨੰਦਪੁਰ ਸਾਹਿਬ ਤੋਂ ਆਈਏ ਨਾ, ਤੁਹਾਨੂੰ ਪਤਾ ਹੋਣਾ, ਇੱਥੇ 100 ਸਵਾਰ ਭਾਈ ਬਚਿੱਤਰ ਸਿੰਘ ਦੇ ਨਾਲ ਸਨ। ਇੱਥੇ ਉਹਨਾਂ ਨੇ ਮੁਕਾਬਲਾ ਕੀਤਾ ਜੀ। ਗੁਰੂ ਗੋਬਿੰਦ ਸਿੰਘ ਸਾਰਾ ਦਿਨ, ਮੇਰੀ ਬੇਨਤੀ, ਜਿਹੜਾ ਅੱਜ ਦਾ ਦਿਨ ਚੱਲਦਾ ਪਿਆ ਜੇ, ਅੱਜ ਦਾ ਦਿਨ ਸੱਤ ਪੋਹ ਸਾਰਾ ਦਿਨ ਚੱਲਦੇ ਰਹੇ, ਜੰਗ ਲੜਦੇ ਰਹੇ। ਸਤਿਗੁਰੂ ਨਿਹੰਗ ਖਾਂ ਕੋਲ ਆ ਗਏ, ਕੋਟਲੇ, ਜਿਹਨੂੰ ਆਪਾਂ ਕੋਟਲਾ ਨਿਹੰਕਾ ਕਹਿੰਦੇ ਹਾਂ। ਅਤੇ ਨਿਹੰਗ ਖਾਂ, ਇਹਦਾ ਪੁੱਤਰ ਰਾਏ ਕੱਲੇ ਦੇ ਘਰ ਵਿਆਹਿਆ ਸੀ। ਉਹਨੇ ਭਾਈ ਸਿੰਘ ਸਾਹਿਬ ਕਹਿ ਕੇ ਗਏ, ਗਨੀ ਖਾਂ ਅਤੇ ਨਵੀ ਖਾਂ ਇਹਦੀ ਭੂਆ ਦੇ ਪੁੱਤਰ ਸਨ, ਨਿਹੰਗ ਖਾਂ ਦੀ ਬੀਬੀ ਉਮਰੀ ਦੇ ਬੇਟੇ ਨੇ। ਇਹ ਪਰਿਵਾਰ ਸਾਰੇ ਜੁੜੇ ਹੋਏ ਸਨ ਗੁਰਦੇਵ ਦੇ ਨਾਲ। ਇੱਥੇ ਸਤਿਗੁਰੂ ਜਾਂਦੇ ਆ, ਨਿਹੰਗ ਖਾਂ ਆਪਣੇ ਘਰ ਲਿਜਾਂਦਾ। ਦਿਨ ਢਲ ਚੁੱਕਾ ਹੈ, ਕਮਰੇ 'ਚ ਬਿਠਾਉਂਦਾ ਹੈ, ਕੋਈ ਜਲ ਪਾਣੀ ਦੀ ਸੇਵਾ ਜ਼ਰੂਰ ਕੀਤੀ ਹੋਵੇਗੀ। ਇੰਨੀ ਦੇਰ ਨੂੰ ਹਜ਼ੂਰ ਕਹਿੰਦੇ ਨੇ ਨਿਹੰਗ ਖਾਂ ਨੂੰ, ਅਸੀਂ ਚਮਕੌਰ ਜਾਣਾ ਹੈ, ਇੱਥੇ ਨਹੀਂ ਰੁਕਣਾ। ਗੜੀ ਮਹਾਰਾਜ ਪਹਿਲਾਂ ਵੀ ਜਾ ਕੇ ਆਏ ਆ, ਸਤਿਗੁਰੂ ਪਹਿਲਾਂ ਵੀ ਚਮਕੌਰ ਗਏ ਆ। ਉਹਦਾ ਬੇਟਾ ਆਲਮ ਖਾਂ ਉਹ ਹਜ਼ੂਰ ਨੂੰ ਘਰੋਂ ਜਦੋਂ ਤੋਰਨ ਲੱਗਦਾ ਹੈ, ਇੰਨੀ ਦੇਰ ਨੂੰ ਸਾਹਿਬਜ਼ਾਦਾ ਅਜੀਤ ਸਿੰਘ, ਭਾਈ ਬਚਿੱਤਰ ਸਿੰਘ ਖੂਨ ਨਾਲ ਭਿੱਜਾ, ਜ਼ਖਮੀ ਜ਼ਖਮ ਨੇ, ਉਹਨਾਂ ਨੂੰ ਲੈ ਕੇ ਆ ਜਾਂਦੇ ਆ। ਜਿਸ ਮੰਜੇ 'ਤੇ ਹਜ਼ੂਰ ਬੈਠੇ, ਬਚਿੱਤਰ ਸਿੰਘ ਨੂੰ ਲਟਾਇਆ ਗਿਆ, ਜ਼ਖਮੀ ਇੰਨੇ ਸਨ ਅੱਗੇ ਲਿਜਾਇਆ ਨਹੀਂ ਜਾਣਾ, ਸਿਰ 'ਤੇ ਹੱਥ ਰੱਖ ਕੇ ਅਸੀਸ ਦਿੱਤੀ। ਆਹ ਸ਼ਾਮ ਜਿਹੜੀ ਅਸੀਸ ਦਿੱਤੀ, ਪੁੱਤਰ ਤੂੰ ਕਮਾਲ ਕਰ ਦਿੱਤੀ। ਤੁਰਦਿਆਂ ਨਿਹੰਗ ਖਾਂ ਦੀ ਬੇਟੀ ਮੁਮਤਾਜ ਸੀ ਉੱਥੇ, ਨਿਹੰਗ ਖਾਂ ਹੈ, ਕਹਿਣ ਲੱਗੇ ਅਸੀਂ ਚੱਲਣ ਲੱਗੇ ਹਾਂ, ਤੁਸੀਂ ਬਚਿੱਤਰ ਸਿੰਘ ਦੀ ਦਵਾਈ ਕਰਿਓ, ਸੰਭਾਲ ਕਰਿਓ। ਅਸੀਸ ਦੇ ਕੇ ਗੁਰੂ ਗੋਬਿੰਦ ਸਿੰਘ ਨਿਕਲ ਗਏ। ਉਸ ਸ਼ਾਮ ਇੱਕ ਘਟਨਾ ਵਾਪਰੀ, ਹਜ਼ੂਰ ਚੱਲ ਪਏ ਚਮਕੌਰ ਸਾਹਿਬ ਨੂੰ। ਉਨੀ ਦੇਰ ਨੂੰ ਜਿਹੜਾ ਰੋਪੜ ਦਾ ਦਰੋਗਾ ਹੈ ਕੋਤਵਾਲ, ਉਹ ਆ ਗਿਆ। ਉਹਦਾ ਨਾਮ ਮੈਂ ਪੜ੍ਹਿਆ, ਜ਼ਫਰ ਬੇਖ। ਉਹ ਆ ਕੇ ਕਹਿੰਦਾ, ਤੁਹਾਡੇ ਘਰ ਗੁਰੂ ਗੋਬਿੰਦ ਸਿੰਘ ਨਿਹੰਗ ਖਾਂ ਦੀ ਬਣੀ ਹੋਈ ਸੀ, ਸਰਕਾਰ ਵਿੱਚ ਵੀ ਥਾਂ। ਉਹਨੇ ਸਾਰੀ ਹਵੇਲੀ ਝੂੰਡ ਮਾਰੀ, ਕੁਛ ਨਹੀਂ ਮਿਲਿਆ। ਕਹਿੰਦਾ, ਬੂਹਾ ਖੋਲੋ, ਆਹ ਦਰਵਾਜ਼ਾ ਖੋਲੋ। ਵਾਹ ਵਾਹ, ਨਿਹੰਗ ਖਾਂ ਦੀ ਕਮਾਈ ਨੂੰ ਅੱਜ ਨਮਸਕਾਰ ਜੀ, ਅੱਜ ਉਹਦਾ ਦਿਨ ਹੈ। ਉਹ ਕਹਿੰਦਾ, ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ, ਇੱਥੇ ਮੇਰੇ ਧੀ ਅਤੇ ਜਵਾਈ ਸੁੱਤੇ ਹੋਏ ਆ। ਰਾਤ ਦਾ ਸਮਾਂ ਸੀ, ਮੁਮਤਾਜ ਅੰਦਰ ਭਾਈ ਬਚਿੱਤਰ ਸਿੰਘ ਦੀ ਸੇਵਾ ਕਰ ਰਹੀ ਸੀ। ਉਹਨੇ ਜਦੋਂ ਅੱਬਾ ਦਾ ਬੋਲ ਸੁਣਿਆ, ਮੇਰੀ ਧੀ ਅਤੇ ਜਵਾਈ ਹੈ, ਕਿਹਾ ਜਾਂਦਾ ਉਹਨੇ ਉਸੇ ਵਕਤ ਸਿਰ ਝੁਕਾ ਕੇ ਕਬੂਲ ਕਰ ਲਿਆ ਸੀ, ਬਚਿੱਤਰ ਸਿੰਘ ਮੇਰਾ ਖਾਮਦ ਹੈ। 131 ਸਾਲ ਜੀ ਕੇ ਗਈ ਮੁਮਤਾਜ ਜੀ, ਜੋ ਹਿਸਟਰੀ 'ਚ ਪੜ੍ਹਨੇ ਆ। ਉਹ ਸਿੱਖ ਰਾਜ ਤੱਕ ਜੀਂਦੀ ਰਹੀ ਹੈ ਜੀ। 1699 ਨੂੰ ਉਹਦਾ ਜਨਮ ਹੋਇਆ, ਇਹ ਮੈਂ ਬੇਨਤੀ, 1699 ਸਨ, 1820 ਨੂੰ ਉਹਨੇ ਚਲਾਉਣਾ ਕੀਤਾ, 31 ਸਾਲ। 131 ਸਾਲ ਭਾਈ ਬਚਿੱਤਰ ਸਿੰਘ ਨੌ ਪੋਹ ਨੂੰ ਸ਼ਹੀਦ ਹੋ ਜਾਂਦੇ ਆ। ਉਹ ਆਪਣੇ ਹੱਥੀਂ ਸੰਸਕਾਰ ਕਰਦੇ ਆ। ਬੀਬੀ ਮੁਮਤਾਜ ਇਹ ਬਸੀ ਪਠਾਣਾ ਮੰਗੀ ਹੋਈ ਸੀ। ਜਦੋਂ ਵਿਆਹ ਦੀ ਗੱਲ ਚੱਲੀ, ਉਹਨੇ ਇੱਕੋ ਗੱਲ ਕਹੀ, ਅੱਬਾ ਤੂੰ ਬੋਲਾਂ ਨਾਲ ਮੈਨੂੰ ਜਿਹਦੇ ਲੜ ਲਾ ਦਿੱਤਾ, ਮੈਂ ਸਾਰੀ ਜ਼ਿੰਦਗੀ ਉਹਦੇ ਸਹਾਰੇ 'ਤੇ ਜੀਵਾਂਗੀ। ਬੀਬੀ ਮੁਮਤਾਜ ਜਿੱਥੇ ਗੁਰੂ ਗੋਬਿੰਦ ਸਿੰਘ ਬੈਠੇ ਸਨ ਇੱਕ ਜਗ੍ਹਾ, ਉਹ ਅਤੇ ਜਿੱਥੇ ਭਾਈ ਬਚਿੱਤਰ ਸਿੰਘ ਦਾ ਸੰਸਕਾਰ ਕੀਤਾ, ਉਹ ਸਾਰੀ ਜ਼ਿੰਦਗੀ ਵਿੱਚ ਬਹੁਤ ਹੀ ਸਾ
ਇਹਨਾਂ ਦੋਵਾਂ ਥਾਵਾਂ 'ਤੇ ਬੈਠ ਕੇ ਕੇਵਲ ਬੰਦਗੀ ਕਰਦੀ ਰਹੀ। ਮੈਂ ਤਾਂ ਕਿਹਾ ਉਹਦਾ ਅੱਜ ਦਿਨ ਹੈ ਬੀਬੀ ਮਮਤਾਜ ਦਾ। ਇੱਥੋਂ ਸਤਿਗੁਰੂ ਅੱਜ ਰਾਤ ਚਮਕੌਰ ਦੀ ਗੜੀ ਪਹੁੰਚ ਚੱਲੇ ਆ। ਇੱਧਰ ਛੋਟੇ ਸਾਹਿਬਜ਼ਾਦੇ ਇੱਕ ਖੱਚਰ ਸੀ ਬਸ, ਮਾਤ ਗੁਜਰੀ ਜੀ ਅੱਜ ਦੀ ਰਾਤ ਕੁੰਮੇ ਮਾਸ਼ਕੀ ਦੀ ਚੌਂਪੜੀ ਚਲੇ ਗਏ, ਜਿੱਥੇ ਲਛਮੀ ਬ੍ਰਾਹਮਣੀ ਨੇ ਹਜ਼ੂਰ ਦੇ ਲਾਲਾ ਨੂੰ ਪ੍ਰਸ਼ਾਦ ਪਾਣੀ ਛਕਾਇਆ। ਚਮਕੌਰ ਸਾਹਿਬ ਗੁਰਦੇਵ ਪਹੁੰਚਦੇ ਆ, ਅੱਲਾ ਯਾਰ ਖਾਂ ਜੋਗੀ ਦੇ ਬੋਲ ਨੇ ਹਨੇਰਾ ਹੈ ਹਜ਼ੂਰ ਸੱਚੇ ਪਾਤਸ਼ਾਹ ਗੜੀ, ਦੋ ਭਰਾਵਾਂ ਦੀ ਗੜੀ ਕਹੀ ਜਾਂਦੀ ਹੈ ਨਾ, ਕਈ ਜਗਤ ਰਾਏ ਕਹਿੰਦੇ ਨੇ, ਪਰ ਜਿਹੜੀ ਮਨੌਤ ਹੈ ਚਮਕੌਰ ਦੀ ਰੂਪ ਚੰਦ ਕਹਿੰਦੇ। ਹਜ਼ੂਰ ਗੜੀ ਨੂੰ ਦੇਖਦੇ ਨੇ, ਅੱਲਾ ਯਾਰ ਖਾਂ ਜੋਗੀ ਲਿਖਦਾ, ਹਜ਼ੂਰ ਕਹਿੰਦੇ ਜਿਸ ਖਿੱਤੇ ਮੈਂ ਖਮ ਕਹਿਤੇ ਥੇ ਆਨਾ ਯੇ ਵਹੀ ਹੈ। ਮਹਾਰਾਜ ਕਹਿਣ ਲੱਗੇ ਕੱਲ ਲੁੱਟ ਕੇ ਜਿਸ ਜਗ੍ਹਾ ਸੇ ਜਾਣਾ ਯੇ ਵਹੀ ਹੈ, ਜਿਸ ਜਗ੍ਹਾ ਪੇ ਬੱਚੋ ਕੋ ਕਟਾਨਾ ਯੇ ਵਹੀ ਹੈ, ਮਿੱਟੀ ਕਹਿ ਦਿੱਤੀ ਹੈ ਠਿਕਾਣਾ ਯੇ ਵਹੀ ਹੈ। ਸੱਤ ਪੋਹ ਨੂੰ ਹਜ਼ੂਰ ਨੇ ਆਪਣਾ ਉੱਥੇ ਆਸਣ ਲਾਇਆ। ਜ਼ਫਰਨਾਮੇ ਮੁਤਾਬਕ 40 ਸਿੱਖ ਨੇ ਉਸ ਰਾਤ, ਦੋ ਸਿੱਖ ਭਾਈ ਮਦਨ ਸਿੰਘ ਅਤੇ ਭਾਈ ਕਾਠਾ ਸਿੰਘ, ਉਹਨਾਂ ਨੇ ਗੜੀ ਦਾ ਪਹਿਰਾ ਦਿੱਤਾ ਹੈ। ਅੱਠ ਅੱਠ ਸਿੰਘ ਬਾਹੀਆਂ ਉੱਤੇ ਲਾ ਦਿੱਤੇ ਗਏ। ਮੈਂ ਬੇਨਤੀ ਕਰਾਂ, ਅੱਠ ਪੋਹ ਦਾ ਦਿਨ ਚੜ੍ਹਿਆ ਜਿਹੜਾ ਕੱਲ੍ਹ ਚੜ੍ਹਨਾ ਹੈ। ਇੱਧਰੋਂ ਦਿੱਲੀ ਤੋਂ ਸ਼ਾਹੀ ਫੌਜ ਪਹੁੰਚ ਗਈ, ਉਹਨਾਂ ਨੂੰ ਮਹਾਰਾਜ ਨੇ ਬਿਰੰਗ ਸ਼ਾਹ ਪੋਸ਼ ਗਿਆ ਹੈ ਜ਼ਫਰਨਾਮੇ 'ਚ, ਕਹਿੰਦੇ ਕਾਲੀਆਂ ਵਰਦੀਆਂ ਵਾਲੇ ਸਵੇਰੇ ਚਾਰ ਚਵੇਰੇ ਚਮਕੌਰ ਦੇ। ਇੱਧਰ ਰਾਤ ਬਤੀਤ ਹੋ ਗਈ, ਅੱਲਾ ਯਾਰ ਖਾਂ ਜੋਗੀ ਨੇ ਬੜੇ ਇੰਨਾ ਇਮੋਸ਼ਨਲ ਮਾਹੌਲ ਸਿਰਜਿਆ ਉਹਦੀ ਕਵਿਤਾ ਨੇ। ਉਹ ਕਹਿੰਦਾ ਹਜ਼ੂਰ ਇੱਕ ਇੱਕ ਸਿੱਖ ਘੁਲ ਗਏ, ਉਹ ਤਾਂ ਮਹਾਰਾਜ ਜੀ ਦੇ ਬਾਰੇ ਇੱਕ ਸ਼ਬਦ ਕਹਿੰਦਾ ਹੈ ਕਿ ਜਬ ਡੇਢ ਘੜੀ ਰਾਤ ਗੁਜ਼ਰੀ ਜ਼ਿਕਰੇ ਖੁਦਾ ਮੇਂ, ਖੈਮੇ ਸੇ ਨਿਕਲ ਆਏ ਸਰਕਾਰ ਹਵਾ ਮੇਂ, ਕਦਮੋਂ ਸੇ ਟਹਿਲਤੇ ਥੇ ਮਗਰ ਦਿਲ ਥਾ ਦੁਆ ਮੇਂ, ਬੋਲੇ ਐ ਖੁਦਾਵੰਦ ਖੁਸ਼ ਹੂੰ ਤੇਰੀ ਰਜ਼ਾ ਮੇਂ, ਕਰਤਾਰ ਸੇ ਕਹਤੇ ਥੇ ਗੋਇਆ ਰੂਬਰੂ ਹੋਕਰ, ਕੱਲ ਜਾਊਂਗਾ ਮੈਂ ਚਮਕੌਰ ਸੇ ਸੁਰਖਰੂ ਹੋਕਰ। ਅੱਗੇ ਸ਼ਬਦ ਬੱਚਿਆਂ ਵੱਲ ਦੇਖ ਕੇ ਕਹਿੰਦੇ ਆ, ਥੇ ਚਾਰ ਦੋਨੋਂ ਸਾਹਿਬਜ਼ਾਦੇ ਸੁੱਤੇ ਨੇ, ਥੇ ਚਾਰ ਹੋ ਅਬ ਦੋਹੀ ਸਾਰ ਯੇ ਵੀ ਨਾ ਹੋਗੇ, ਹਮ ਸਬਰ ਕਰੇਂਗੇ ਅਗਰ ਯੇ ਵੀ ਨਾ ਹੋਗੇ। ਮਹਾਰਾਜ ਨੇ ਰਾਤ ਬਤੀਤ ਕੀਤੀ, ਸਵੇਰੇ ਦਿਨ ਚੜ੍ਹਿਆ। ਇੱਧਰੋਂ ਸ਼ਾਹੀ ਫੌਜ ਘੇਰਾ ਪਾਈ ਬੈਠੀ ਹੈ। ਉਂਝ ਮਹਾਰਾਜ ਨੇ ਜ਼ਫਰਨਾਮੇ 'ਚ ਕਿਹਾ ਕਿ ਪੇਮਾ ਸ਼ਿਕਨ ਬੇਦਰੰਗ ਆਮਦੰਦ, ਮੈਂ ਤੇ ਗੋ ਤੀਰੋ ਤੁਫੰਗ ਆਮਦੰਦ ਬਾ ਤਦਬੀਰੇ। ਮਹਾਰਾਜ ਕਹਿੰਦੇ ਫਿਰ ਮੈਂ ਆਇਆ ਉੱਥੇ ਇੱਕ ਸ਼ੇਰ ਇਹ ਵੀ, ਜਦੋਂ ਝੂਠ ਸਹੁੰ ਚੁੱਕ ਕੇ ਮੁੱਕਰ ਗਏ ਫਿਰ ਚੁੰਕਾਰ ਅਜ ਹਮਾ ਹੀਲ ਤੇ ਦਰ ਗੁਜਸ਼ਤ ਹਲਾਲ ਅਸਤ ਬੁਰਦ ਨੇ ਬਾ ਸ਼ਮਸ਼ੀਰ ਪਾਠ ਭੇਜਦੇ ਸ਼ਮਸ਼ੀਰ ਦਸਤ। ਸਵੇਰੇ ਦਿਨ ਚੜ੍ਹਿਆ, ਮਲੇਰ ਕੋਟਲੀਆ ਦਾ ਭਰਾ ਨਾਰ ਖਾਂ, ਖਵਾਜ਼ਾ ਖਿਜ਼ਰ ਬੇਗ, ਖਵਾਜ਼ਾ ਮਰਦੂਦ ਜਿਹਨੂੰ ਕਿਹਾ ਗੁਰਦੇਵ ਨੇ, ਨਾਰ ਖਾਂ ਨੇ ਕਿਹਾ ਇੰਨੇ ਮਹੀਨਿਆਂ ਦਾ ਘੇਰਾ ਗੁਰੂ ਗੋਬਿੰਦ ਸਿੰਘ ਪਕੜਿਆ ਨਹੀਂ ਗਏ, ਲਿਆਓ ਮੈਂ ਜਾਣਾ ਵਾ ਜਿਉਂਦੇ ਨੂੰ ਪਕੜਨਾ। ਹਜ਼ੂਰ ਨੇ ਦੇਖਿਆ ਨਾਰ ਖਾਂ ਅੱਠ ਪੋਹ ਨੂੰ ਤੁਰਿਆ ਆ ਰਿਹਾ ਸਵੇਰੇ, ਅਤੇ ਮਹਾਰਾਜ ਨੇ ਸਵੇਰੇ ਕਹਿ ਦਿੱਤਾ ਸੀ ਖਾਲਸਾ ਜੀ ਅੱਜ ਦੁਨੀਆ ਦੀ ਅਦੁੱਤੀ ਜੰਗ ਹੋਣੀ ਹੈ, ਅੱਜ ਦੋ ਰਸਤੇ ਜੇ। ਸੀਤਲ ਸਾਹਿਬ ਨੇ ਬੜੇ ਸੋਹਣੇ ਸ਼ਬਦ ਲਿਖੇ ਆ, ਕਹਿਣ ਲੱਗੇ ਜੇ ਤਾਂ ਅੱਜ ਜੂਝ ਕੇ ਸ਼ਹੀਦ ਹੋ ਜਾਓਗੇ ਇਸ ਕੌਮ ਨੂੰ ਕੋਈ ਖਤਮ ਨਹੀਂ ਕਰ ਸਕੇਗਾ, ਜੇ ਅੱਜ ਕਮਜ਼ੋਰੀ ਦਿਖਾ ਦਿੱਤੀ ਤਾਂ ਸਦਾ ਲਈ ਖਤਮ ਹੋ ਜਾਣਗੇ। ਉਹਨਾਂ ਸਾਹਿਬਜ਼ਾਦਿਆਂ ਨੇ ਅਤੇ ਗੁਰੂ ਕੇ ਲਾਲਾ ਨੇ ਸਿੱਖਾਂ ਨੇ ਕਿਹਾ ਮਹਾਰਾਜ ਇਸ ਕੱਚੀ ਚਮਕੌਰ ਦੀ ਗੜੀ ਮੂਹਰੇ
ਕਿਲਾ ਦਿੱਲੀ ਦਾ ਅਸੀਂ ਚੁਕਾ ਦਿਆਂਗੇ, ਝੋਰਾ ਕਰੀ ਨਾ ਕਿਲੇ ਆਨੰਦਪੁਰ ਦਾ, ਕੁੱਲੀ ਕੁੱਲੀ ਨੂੰ ਕਿਲਾ ਬਣਾ ਦਿਆ। ਮਹਾਰਾਜ ਜੀ ਨੇ ਸਵੇਰੇ ਨਾਰਖਾਂ ਤੁਰਿਆ ਆ ਰਿਹਾ, ਉਹ ਆਇਆ ਸੀ ਲੁੱਕ ਕੇ ਵਾਰ ਕਰ ਲਈ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾ ਤੀਰ ਆਪਣੇ ਪੱਥੇ ਚੋਂ ਕੱਢਿਆ। ਕਹਿੰਦੇ ਜਿਵੇਂ ਉੱਡਣਾ ਸੱਪ ਹੁੰਦਾ ਸ਼ੂਕ ਦਾ ਹੋਇਆ ਤੀਰ, ਇਤਿਹਾਸ ਕਹਿੰਦਾ ਕੁਝ ਮੱਥਾ ਕਹਿੰਦੇ ਨੇ, ਇੰਨਾ ਜ਼ੋਰ ਤੀਰ ਵੱਜਾ ਨਾਰਖਾਂ ਨੂੰ, ਉਹ ਤੀਰ ਇਸ ਤਰ੍ਹਾਂ ਨਾਰਖਾਂ ਨੂੰ ਧਰਤੀ 'ਤੇ ਗੱਡ ਦਿੱਤਾ ਜਿਵੇਂ ਟੈਂਟ ਦਾ ਕੋਈ ਕਿੱਲਾ ਲਾ ਕੇ ਟੈਂਟ ਨੂੰ ਬੰਨਦਾ, ਗੱਡ ਦਿੱਤਾ ਉਹਨੂੰ। ਮਹਾਰਾਜ ਜੀ ਨੇ ਫਿਰ ਸ਼ਬਦ ਕਿਹਾ, ਝੂਦੀ ਦਮ ਕੇ ਨਾਹਰ ਬਿਆਮਦ ਬਜੰਗ, ਜ਼ਫਰਨਾਮੇ 'ਚ ਮੈਂ ਦੇਖਿਆ ਕਿ ਨਾਹਰ ਖਾਂ ਆ ਰਿਹਾ, ਝੂਦੀ ਦਮ ਕੇ ਨਾਹਰ ਬਿਆਮਦ ਬਜੰਗ, ਚਸ਼ੀ ਦੇ ਯੱਕੇ ਤੀਰ ਮਨ ਬੇਦਰੰਗ, ਔਰੰਗਜ਼ੇਬ ਮੇਰੇ ਪਹਿਲੇ ਤੀਰ ਦਾ ਸਵਾਦ ਤੇਰੇ ਜਰਨੈਲ ਨਾਹਰ ਖਾਂ ਨੇ ਚੱਖਿਆ। ਉਂਝ ਬੰਦਾ ਬਾਦਸ਼ਾਹ ਨੂੰ ਚਿੱਠੀ ਲਿਖਦਿਆ ਕਹਿੰਦਾ ਤੇਰਾ ਜਰਨੈਲ ਮੈਂ ਮਾਰਿਆ, ਟਾਲ ਮਟੋਲਾ ਕਰਦਾ। ਮਹਾਰਾਜ ਜੀ ਨੇ ਕਿਹਾ ਨਹੀਂ, ਤੇਰੇ ਨਾਹਰ ਖਾਂ ਜਰਨੈਲ ਨੂੰ ਮੈਂ ਮਾਰਿਆ। ਕਹਿਣ ਲੱਗੇ ਔਰੰਗਜ਼ੇਬ ਇੱਕੋ ਅਫਸੋਸ ਰਹਿ ਗਿਆ ਚਮਕੌਰ ਦੀ ਜੰਗ ਵਿੱਚ, ਕਿਤੇ ਨਹੀਂ ਕਿਹਾ ਮੇਰੇ ਪੁੱਤਰ ਗਏ ਤਾਂ। ਕਹਿਣ ਲੱਗੇ ਖਵਾਜਾ ਖਿਜ਼ਰ ਵੇਗ, ਜਿਹਨੂੰ ਖਵਾਜਾ ਮਹਿਮੂਦ ਕਹਿੰਦੇ ਨੇ, ਗੁਰਦੇਵ ਨੇ ਕਿਹਾ ਮਰਦੂਦ, ਮਰਦੂਰ ਦਾ ਅਰਥ ਹੈ ਨਮਰਦ। ਕਹਿਣ ਲੱਗੇ ਇਹ ਬਹੁਤ ਬੋਲਦਾ ਸੀ, ਜਦੋਂ ਨਾਹਰ ਖਾਂ ਮਰਿਆ ਇਹ ਗਰਦਨ ਝੁਕਾ ਕੇ ਕਿਲ ਗੜੀ ਦੀ ਦੀਵਾਰ ਥੱਲੇ ਹੋ ਗਿਆ, ਜੇ ਮੇਰੇ ਨਿਸ਼ਾਨੇ 'ਚ ਆਉਂਦਾ ਮੈਂ ਇਹਨੂੰ ਤੀਰ ਨਾਲ ਫੁੰਡ ਕੇ ਰੱਖ ਦੇਣਾ ਸੀ। ਕਿਆ ਖਵਾਜਾ ਮਰਦੂਦ ਸਾਇਆ ਇਹ ਦੀਵਾਰ, ਨਿਆਮਤ ਬਾ ਮਦਾਂ ਬਾ ਮਰਦਾਂ ਨੇ ਵਾਰ, ਦਰੇਗਾ ਅਗਰ ਰੂਵੇ ਆਦੀਦ ਮੈਂ ਬਾ ਯੱਕ ਤੀਰ ਲਾ ਚਾਰ ਬਖਸ਼ੀਦ ਮੈਂ, ਇੱਕ ਤੀਰ ਮੈਨੂੰ ਹੀ ਬਖਸ਼ ਦਿੰਦਾ। ਮੈਂ ਬੇਨਤੀ ਕਰਾਂ ਦੁਪਹਿਰ ਤੱਕ ਸਤਾਰਾ ਸਿੰਘ ਸ਼ਹੀਦ ਹੋਏ ਸਨ ਜੀ, ਦੁਪਹਿਰ ਢਲਣ ਤੋਂ ਪਹਿਲਾਂ। ਜਦੋਂ ਭਾਈ ਦਇਆ ਸਿੰਘ ਨੇ ਕਿਹਾ ਮਹਾਰਾਜ ਤੁਸੀਂ ਤੇ ਸਾਹਿਬਜ਼ਾਦੇ ਕਿਸੇ ਮਹਿਫੂਜ਼ ਜਗ੍ਹਾ 'ਤੇ ਚਲੇ ਜਾਓ, ਸਾਡਾ ਇਤਿਹਾਸ ਦੇ ਜਿਹੜੇ ਬੋਲ ਨੇ ਮਹਾਰਾਜ ਬਚ ਕੇ ਨਿਕਲਣਾ ਮੁਸ਼ਕਲ। ਕਹਿੰਦੇ ਨੇ ਇੰਨੀ ਦੇਰ ਨੂੰ ਬਾਬਾ ਅਜੀਤ ਸਿੰਘ ਸਾਹਮਣੇ ਆਏ, ਗੁਰਦੇਵ ਨੇ ਭਾਈ ਦਇਆ ਸਿੰਘ ਜੀ ਦੇ ਮੋਢੇ 'ਤੇ ਹੱਥ ਰੱਖ ਕੇ ਕਿਹਾ ਭਾਈ ਜੀ ਮੈਂ ਕਦੀ ਪੁੱਤਰਾਂ ਅਤੇ ਸਿੱਖਾਂ ਵਿੱਚ ਫਰਕ ਨਹੀਂ ਜਾਣਿਆ, ਕੀ ਤੁਸੀਂ ਮੇਰੇ ਪੁੱਤਰ ਨਹੀਂ? ਯਾਦ ਰੱਖਿਓ ਇਹ ਲਫ਼ਜ਼ ਕੌਮ ਨੂੰ ਜਿੰਦਾ ਕਰ ਗਿਆ, ਕੀ ਤੁਸੀਂ ਮੇਰੇ ਪੁੱਤਰ ਨਹੀਂ? ਇਹ ਸ਼ਬਦ ਕਹੇ ਉਨੀ ਦੇਰ ਨੂੰ ਬਾਬਾ ਅਜੀਤ ਸਿੰਘ ਆ ਗਏ, ਪਿਤਾ ਜੀ ਰਣ ਤੱਤੇ ਵੀ ਜੂਝਣ ਦੀ ਇਜਾਜ਼ਤ ਦਿਓ। ਮਹਾਰਾਜ ਜੀ ਨੇ ਕਿਹਾ ਹਮ ਨਹੀਂ ਕਹਾ ਥਾ ਬਾਪ ਕੋ ਜਾਂ ਦੀਜੈ ਧਰਮ ਪਰ, ਹੁਣ ਸਿੰਘ ਸਾਹਿਬ ਬੋਲ ਕੇ ਗਏ, ਅਬ ਕਹਿਤੇ ਹਮ ਆਪ ਕੋ ਜਾਂ ਦੀਜੈ ਧਰਮ ਪਰ। ਬਾਬਾ ਅਜੀਤ ਸਿੰਘ ਤੁਰੇ, ਭਾਈ ਮੋਹਕਮ ਸਿੰਘ ਨਾਲ ਤੁਰੇ। ਪਿਆਰਿਓ ਹਜ਼ੂਰ ਨੇ ਆਪ ਗੜੀ ਖੋਲ੍ਹੀ, ਕਥਾ ਕਰਨੀ ਸੌਖੀ ਹੈ ਕਹਿਣਾ ਸੌਖਾ। ਪਿਆਰਿਓ ਇੱਥੇ ਤਾਂ ਉਹ ਪੈਗੰਬਰ ਵੇਖਿਆ ਜਿਹੜੇ ਪੁੱਤਰਾਂ ਤੋਂ ਬਾਅਦ ਸ਼ਦਾਈ ਹੋ ਗਏ ਸਨ, ਸੁਸਾਈਡ ਕਰਕੇ। ਮਹਾਰਾਜ ਜੀ ਨੇ ਆਪ ਦਰਵਾਜ਼ਾ ਖੋਲ੍ਹਿਆ, ਬਾਬਾ ਅਜੀਤ ਸਿੰਘ ਰਣ ਤੱਤੇ ਵਿੱਚ ਉਤਰੇ। ਸੱਚ ਇਵੇਂ ਕਿ ਜਿਵੇਂ ਬੱਬਰ ਸ਼ੇਰ ਝੂਲਦਾ ਜੰਗਲ ਦੇ ਵਿੱਚ, ਇਸੇ ਤਰ੍ਹਾਂ ਕਲਗੀ ਝੂਲਦੀ ਪਈ ਸੀ। ਇਤਿਹਾਸ ਕਹਿੰਦਾ ਜਿੱਧਰੋਂ ਨਿਕਲੇ ਚੀਰ ਕੇ ਚਲੇ ਗਏ, ਅਖੀਰ 'ਤੇ ਬਾਬਾ ਅਜੀਤ ਸਿੰਘ ਦੇ ਸੀਨੇ ਤੀਰ ਨਾਲ ਪਰੋਤੇ ਗਏ। ਵੈਸੇ 300 ਤੋਂ ਵੱਧ ਜ਼ਖਮ ਲੱਗੇ ਬਾਬਾ ਜੀ ਦੇ ਤਨ 'ਤੇ, ਇੱਕ ਦੋ ਨਹੀਂ। ਮੈਂ ਫਿਰ ਬੇਨਤੀ ਕੀਤੀ ਤੁਹਾਨੂੰ, ਤੁਸੀਂ ਬਹੁਤ ਚੰਗਾ ਕਰਦੇ ਹੋ, ਭਾਵੇਂ ਇੱਥੇ ਮਨਾ ਰਹੇ ਹੋ, ਮੈਂ ਇਸ ਕਰਕੇ ਨਹੀਂ ਕਿ ਮੈਨੂੰ ਸਿਖਾ ਕੇ ਕਿਹਾ ਵੀ ਤੁਸੀਂ ਆਇਆ ਕਰੋ, ਮੈਂ ਤੁਹਾਨੂੰ ਫਿਰ ਹੋਕਾ ਦੇ ਕੇ ਕਹਾਂਗਾ ਇਹ 2 ਦਿਨ ਜਿਹੜੇ ਤੁਸੀਂ ਮਨਾਉਂਦੇ ਹੋ ਆਪਣੇ ਬੱਚਿਆਂ ਸਮੇਤ ਇੱਥੇ ਆਇਆ ਕਰੋ, ਕਿਉਂਕਿ ਲੰਘਦਿਆਂ ਨੂੰ ਪਤਾ ਲੱਗੇ ਇੱਥੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਹਜ਼ੂਰ ਨੇ ਦੇਖਿਆ ਜਦੋਂ ਪੁੱਤਰ ਸ਼ਹੀਦ ਹੋ ਗਿਆ,
ਧਰਤੀ 'ਤੇ ਡਿੱਗੇ। ਇਹਦਾ ਮਤਲਬ ਬਾਬਾ ਜੁਝਾਰ ਸਿੰਘ ਦੇਖ ਰਹੇ ਨੇ ਗੜੀ ਤੋਂ, ਜਦੋਂ ਜ਼ਮੀਨ ਤੋਂ ਡਿੱਗੇ ਤੇ ਗੁਰਦੇਵ ਨੇ ਆਵਾਜ਼ ਦੇ ਕੇ ਕਿਹਾ, ਸ਼ਾਬਾਸ਼ ਪਿਸਰ, ਖੂਬ ਦਲੇਰੀ ਸੇ ਲੜੇ ਹੋ, ਹਾਂ ਕਿਉਂ ਨਾ ਹੋ ਗੋਬਿੰਦ ਕੇ ਫਰਜ਼ੰਦ ਬੜੇ ਹੋ। ਮੇਰੇ ਪੁੱਤਰ, ਤੂੰ ਮੇਰਾ ਵੱਡਾ ਪੁੱਤਰ ਹੈ। ਇੰਨੀ ਦੇਰ ਇੱਧਰ ਸੂਰਜ ਢਲਣ ਲੱਗਾ ਜਿਵੇਂ ਹੁਣ ਢਲਦਾ ਪਿਆ, ਇੰਨੀ ਦੇਰ ਨੂੰ ਬਾਬਾ ਜੁਝਾਰ ਸਿੰਘ ਜੀ ਆ ਗਏ। ਪਿਤਾ ਜੀ, ਬਾਈ ਸੇ ਵਿਛੜ ਕਰ ਹਮੇ ਜੀਣਾ ਨਹੀਂ ਆਤਾ, ਖਾਣਾ ਨਹੀਂ ਪੀਣਾ ਨਹੀਂ ਸੋਨਾ ਨਹੀਂ ਭਾਤਾ, ਮਹਾਰਾਜ ਜੀ ਨੇ ਤਿਆਰ ਕੀਤਾ। ਇੱਥੇ ਬੜੇ ਪਿਆਰੇ ਬੋਲ ਨੇ ਅੱਲਾ ਯਾਰ ਖਾਂ ਦੇ। ਮਹਾਰਾਜ ਨੇ ਕਿਹਾ, ਹਮ ਦੇਤੇ ਹਾਂ ਖੰਜ਼ਰ ਇਸੇ ਸ਼ਮਸ਼ੀਰ ਸਮਝਣਾ, ਨੇਜ਼ੋਂ ਕੀ ਜਗ੍ਹਾ ਦਾਦਾ ਕਾ ਤੁਮ ਤੀਰ ਸਮਝਣਾ, ਜਿਤਨੇ ਮਰੇ ਇਸੇ ਉਹਨੇ ਬੇਪੀਰ ਸਮਝਣਾ, ਜ਼ਖਮ ਆਏ ਤੋ ਰੋਣਾ ਨਹੀਂ ਦਲਗੀਰ ਸਮਝਣਾ, ਜਬ ਤੀਰ ਕਲੇਜੇ ਮੇ ਲਗੇ ਸੀ ਨਹੀਂ ਕਰਨਾ, ਉਫ ਮੂੰਹ ਸੇ ਮੇਰੀ ਜਾਂ ਕਭੀ ਨਹੀਂ ਉਚਰਨਾ। ਮਹਾਰਾਜ ਨੇ ਕਿਹਾ ਸੀ ਨਹੀਂ। ਅਗਲੀ ਗੱਲ ਇਹ ਵਾਪਰਿਆ ਵੀ ਇਸ ਤਰ੍ਹਾਂ, ਕਹਿੰਦੇ ਪੁੱਤਰ ਤੂੰ ਚੱਲਿਆ ਹੈ, ਇਹ ਗੱਲ ਚੇਤੇ ਰੱਖੀ, ਜਦੋਂ ਤੇਰੇ ਸੀਨੇ 'ਚ ਬਰਸ਼ੀ ਵੱਜੇ ਇੱਕ ਵਾਰੀ ਮੁੱਖ ਮੇਰੇ ਵੱਲ ਕਰੀ, ਮੈਂ ਵੱਡੇ ਨੂੰ ਦੇਖਿਆ, ਮੈਂ ਤੈਨੂੰ ਵੀ ਸ਼ਹੀਦ ਹੁੰਦਾ ਦੇਖਣਾ ਚਾਹੁੰਦਾ। ਜਦੋਂ ਇਹ ਦਾਸਤਾਨ ਮੈਂ ਸੁਣਾਉਂਦਾ ਨਾ, ਤੇ ਫਿਰ ਤਰਲਾ ਮਾਰਨੇ, ਸਿੱਖੋ ਕੇਸ ਰੱਖ ਲਓ ਏ, ਸਿੱਖੋ ਅੰਮ੍ਰਿਤ ਛਕ ਲਓ ਏ, ਨਸ਼ੇ ਤੋਂ ਬਚ ਜਾਓ ਏ। ਮੇਰਾ ਖਿਆਲ ਜੇ ਇਹ ਸੁਣ ਕੇ ਵੀ ਬੰਦੇ ਦਾ ਅੰਦਰ ਨਹੀਂ ਬਦਲਦਾ, ਇਦੋਂ ਵੱਡੀ ਬਦਕਿਸਮਤੀ ਕੋਈ ਨਹੀਂ। ਇਹ ਸੱਚਾਈ ਹੈ ਨਾ। ਪ੍ਰਿੰਸੀਪਲ ਸਤਬੀਰ ਸਿੰਘ ਨੇ ਗੱਲ ਲਿਖੀ, ਇਹ ਉਹ ਪਾਕਿਸਤਾਨ ਗਏ, ਪੀਰ ਬੁੱਧੂ ਸ਼ਾਹ ਦੀ ਅੰਸ਼ ਵਿੱਚੋਂ ਸੱਜਣ ਮਿਲਿਆ ਕੋਈ, ਉਹ ਲਵਾ ਨਹੀਂ ਕਟਾਉਂਦੇ ਨਾ। ਉਹਨਾਂ ਨੇ ਕਿਤੇ ਮਜ਼ਾਕੀਆ ਤੌਰ 'ਤੇ ਲਾਹੌਰ ਪੁੱਛ ਲਿਆ, ਜੀ ਤੁਸੀਂ ਇਹ ਲਵਾ ਕਿਉਂ ਨਹੀਂ, ਲਵਾ ਨਹੀਂ ਕਟਾਉਂਦੇ? ਉਹਨੇ ਗੰਭੀਰ ਹੋ ਕੇ ਉੱਤਰ ਦਿੱਤਾ, ਕਹਿਣ ਲੱਗੇ, ਪ੍ਰਿੰਸੀਪਲ ਜੀ, ਤੁਹਾਨੂੰ ਤਾਂ ਉਸ ਤਰ੍ਹਾਂ ਹੀ ਬਖਸ਼ਿਸ਼ ਮਿਲ ਗਈ, ਅਸੀਂ ਪੁੱਤ ਮਰਵਾ ਕੇ ਲੈ ਕੇ ਆਏ ਸਾਂ, ਗੁਰੂ ਗੋਬਿੰਦ ਸਿੰਘ ਦੇ ਕੇਸ ਲੈ ਕੇ ਆਏ ਸਾਂ ਅਸੀਂ। ਜਿੱਥੇ ਤੁਸੀਂ ਏਡਾ ਵੱਡਾ ਉਪਰਾਲਾ ਕਰਦੇ ਹੋ, ਅੰਮ੍ਰਿਤ ਸੰਚਾਰ ਜ਼ਰੂਰ, ਚਾਰ ਸਰੀਰ ਨਿਕਲਣ, ਪੰਜ ਨਿਕਲਣ, ਗਿਣਤੀ 'ਚ ਨਾ ਪਿਓ, ਇੱਕ ਕਿਤੇ ਜੀਵਨ ਵਾਲਾ ਪੈਦਾ ਹੋ ਗਿਆ, ਸਾਰੀ ਕੌਮ ਨੂੰ ਪਲਟ ਦਿਊਗਾ। ਹਜ਼ੂਰ ਨੇ ਕਿਹਾ, ਪੁੱਤ ਮੇਰੇ ਵੱਲ ਮੁੱਖ ਜ਼ਰੂਰ ਕਰੀ। ਉੱਥੇ ਸ਼ਬਦ ਨੇ, ਖਾਹਿਸ਼ ਹੈ ਕਿ ਤੁਮੇ ਤੇਗ ਚਲਾਤੇ ਹੋਵੇ ਦੇਖੇ, ਹਮ ਆਂਖ ਸੇ ਤੁਮੇ ਬਰਸ਼ੀ ਖਾਤੇ ਹੋਏ ਦੇਖੇ। ਸੂਰਜ ਢਲਿਆ, ਬਾਬਾ ਜੁਝਾਰ ਸਿੰਘ ਜੀ ਉਤਰੇ, ਪਿਆਰਿਓ ਸੱਚੀ ਬਿਜਲੀ ਦੀ ਤਰ੍ਹਾਂ ਚੀਰ ਕੇ ਚਲੇ ਗਏ। ਮਹਾਰਾਜ, ਉੱਤੋਂ ਤੀਰਾਂ ਦੀ ਛਾਂ ਥੱਲੇ ਜਿੱਥੇ ਪੁੱਤਰ ਭੀੜ ਵਿੱਚ ਫਸਦਾ, ਤੀਰ ਚਲਾਉਂਦੇ ਨੇ। ਅਖੀਰ ਸੱਚਮੁੱਚ ਤੀਰ ਬਾਬਾ ਜੀ ਦੇ ਮੁੱਕੇ, ਸ਼ਸਤਰ ਟੁੱਟੇ, ਅਖੀਰ 'ਤੇ ਬਰਸ਼ੀ ਮਾਰੀ। ਸੱਚ ਹੈ ਕਿ ਜਦੋਂ ਬਰਸ਼ੀ ਖਿੱਚੀ, ਬਾਬਾ ਜੁਝਾਰ ਸਿੰਘ ਦੀਆਂ ਆਂਦਰਾਂ ਬਾਹਰ ਆ ਗਈਆਂ, ਧਰਤੀ 'ਤੇ ਡਿੱਗੇ। ਹਜ਼ੂਰ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਬਾਪੂ ਸੀਤਲ ਸਾਹਿਬ ਨੇ ਇੱਥੇ ਬੜੀ ਸੋਹਣੀ ਗੱਲ ਲਿਖੀ ਹੈ, ਉਹ ਕਹਿੰਦੇ, ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ, ਪੰਜਾਬੀ ਦੀਆਂ ਸਤਰਾਂ ਨੇ, ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ, ਅੱਖਾਂ ਸਾਵੇਂ ਹੋ ਗਿਆ ਉਹ ਬੇਰਾ ਬੇਰਾ, ਟੁਕੜੇ ਟੁਕੜੇ, ਅੱਖਾਂ ਸਾਵੇਂ ਹੋ ਗਿਆ ਉਹ ਬੇਰਾ ਬੇਰਾ, ਉਂਗਲ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ, ਜੋੜੀ ਜੋੜੀ ਹੋ ਗਿਆ ਪਰਿਵਾਰ ਬਥੇਰਾ, ਹੱਥ ਬੰਨ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ। ਫਿਰ ਸੁਣਿਓ, ਹੱਥ ਬੰਨ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ, ਤੇਰਾ ਤੁਝਕੋ ਸੌਂਪ ਤੇ ਕਿਆ ਲਾਗੇ ਮੇਰਾ, ਹੁਕਮ ਰਜ਼ਾਈ ਚੱਲਣਾ ਜੋ ਕਰੇ ਚੰਗੇਰਾ, ਅੱਗੇ ਹੋਵਾਂ ਤੇਥੋਂ ਸੁਰਖਰੂ ਪ੍ਰਣ ਪਾਲ ਉਚੇਰਾ, ਪੰਥ ਵਸੇ ਮੈਂ ਉਜੜਾਂ ਮਨ ਚਾਓ ਕਨੇਰਾ।
ਇਹ ਸ਼ਬਦ ਅਸਲ 'ਚ ਸੀਤਲ ਸਾਹਿਬ ਦੇ ਨੇ ਜੀ, ਕਿਉਂਕਿ ਅਸੀਂ ਕਈ ਵਾਰ ਜੋ ਕੋਟ ਕਰਦੇ ਹਾਂ ਨਾ, ਅਤੇ ਮੈਂ ਕਹਿੰਦਾ ਹੁੰਦਾ ਉਸ ਰਾਈਟਰ ਦਾ ਜ਼ਿਕਰ ਜ਼ਰੂਰ ਕਰੋ। ਇਹ ਉਹਨਾਂ ਦੇ ਬੋਲ ਨੇ ਕਿ ਪੰਥ ਵਸੇ ਮੈਂ ਉਜੜਾਂ ਮਨ ਚੌਕ ਹਨੇਰਾ, ਹੋਵਾਂ ਤੇਥੋਂ ਸੁਰਖਰੂ ਪ੍ਰਣ ਪਾਲ ਉਚੇਰਾ। ਅੱਗੇ ਸੀਤਲ ਸਾਹਿਬ ਕਹਿੰਦੇ ਵਾਹ ਵਾਹ ਗੋਬਿੰਦ ਸਿੰਘ ਵਾਹ ਤੇਰਾ ਜੇਰਾ। ਛੋਟੇ ਬਾਬਾ ਜੁਝਾਰ ਸਿੰਘ ਸ਼ਹੀਦ ਹੋ ਗਏ ਜੀ ਗੁਰਮੁਖੋ। ਮਹਾਰਾਜ ਸ਼ਾਮ ਢਲ ਗਈ, ਜੰਗ ਸਮਾਪਤ ਹੋ ਗਈ। ਮੈਂ ਸੋਚਣਾ ਉਹ ਸੰਧਿਆ ਕਿਵੇਂ ਹੋਵੇਗੀ। ਸਿੱਖ ਕੋਲ ਨੇ, ਭਾਈ ਦਇਆ ਸਿੰਘ ਜੀ ਕੋਲ ਨੇ, ਭਾਈ ਧਰਮ ਸਿੰਘ ਕੋਲ ਨੇ, ਭਾਈ ਮੋਹਕਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਸਾਹਿਬ ਸਿੰਘ ਸ਼ਹੀਦ ਹੋ ਚੁੱਕੇ ਆ, ਭਾਈ ਮਦਨ ਸਿੰਘ ਕਾਟਾ ਸਿੰਘ ਸ਼ਹੀਦ ਹੋ ਚੁੱਕੇ ਆ, ਲਾਸ਼ਾਂ ਬਾਹਰ ਪਈਆਂ ਨੇ। ਪਿਆਰਿਓ ਕਹਿਣਾ ਸੌਖਾ, ਪੁੱਤ ਦੀ ਲਾਸ਼, ਸਿੱਖਾਂ ਦੀਆਂ ਲਾਸ਼ਾਂ ਬਾਹਰ ਪਈਆਂ ਹੋਣ, ਬੰਦਾ ਕਿਵੇਂ ਬਰਦਾਸ਼ਤ ਕਰ ਸਕਦਾ ਜੀ। ਇੱਥੇ ਹਸਪਤਾਲ 'ਚ ਬੰਦਾ ਘਰ ਦਾ ਜੀ ਜਿਉਂਦਾ ਹੋਵੇ ਅਤੇ ਡਾਕਟਰ ਕਹਿ ਨਾ ਘਬਰਾਓ, ਸਾਰੇ ਜੀ ਹਸਪਤਾਲ ਅੱਗੇ ਬੈਠੇ ਹੁੰਦੇ ਆ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਤੇਰਾ ਕੋਈ ਸਾਨੀ ਨਹੀਂ। ਪੁੱਤਰ ਬਾਹਰ ਨੇ ਟੁਕੜੇ ਹੋਏ ਪਏ, ਸਿੱਖ ਟੁਕੜੇ। ਇੱਥੇ ਫਿਰ ਹਜ਼ੂਰ ਨੇ ਕਿਹਾ ਸਵੇਰੇ ਅਸੀਂ ਜੂਝਾਂਗੇ। ਕਰਤਾਰ ਸਿੰਘ ਬਲੱਗਣ ਕਹਿੰਦੇ ਆ, ਭਾਈ ਦਇਆ ਸਿੰਘ ਨੇ ਕਿਹਾ ਨਾ, ਤੁਸੀਂ ਚਲੇ ਗਏ ਅਸੀਂ ਖਤਮ ਹੋ ਜਾਣਾ, ਤੁਸੀਂ ਜਿਉਂਦੇ ਰਹੇ ਸਾਡੇ ਵਰਗੇ ਲੱਖਾਂ ਪੈਦਾ ਹੋ ਜਾਣਗੇ। ਫਿਰ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦਾ ਗੁਰਮਤਾ ਪੰਜਾਂ ਨੂੰ ਗੁਰਿਆਈ ਦਿੱਤੀ ਜੀ ਉੱਥੇ ਚਮਕੌਰ ਸਾਹਿਬ। ਮਹਾਰਾਜ ਤਾੜੀ ਮਾਰ ਕੇ ਨਿਕਲੇ। ਸਾਡਾ ਇਤਿਹਾਸ ਕਹਿੰਦਾ, ਚਲੋ ਇਤਿਹਾਸ ਮੈਂ ਵੀ ਸੁਣਾਇਆ ਪਹਿਲੇ ਸਾਕੇ 'ਚ, ਪੁੱਤਰਾਂ ਦੀ ਲਾਸ਼ ਕੋਲ ਬੜੇ ਸੋਹਣੇ ਬੋਲ ਨੇ ਨਨਕਾਣਵੀ ਸਾਹਿਬ, ਸਾਡੇ ਰਾਈਟਰ ਸਨ ਜੀ ਪਾਂਧੀ ਨਨਕਾਣਵੀ। ਮਹਾਰਾਜ ਤੁਰਦਿਆਂ ਕਹਿੰਦੇ ਆ, ਰੱਖੀ ਸਾਂਭ ਕੇ ਕੜੀਏ ਚਮਕੌਰ ਦੀਏ, ਇੱਥੇ ਲਾਡਲੇ ਮੇਰੇ ਸ਼ਹੀਦ ਸੁੱਤੇ। ਰੱਖੀ ਸਾਂਭ ਕੇ ਗੜੀਏ ਚਮਕੌਰ ਦੀਏ, ਇੱਥੇ ਲਾਡਲੇ ਮੇਰੇ ਸ਼ਹੀਦ ਸੁੱਤੇ। ਮੋਏ ਹੋਏ ਵੀ ਜੋ ਮੁਸਕਰਾਉਂਦੇ ਨੇ, ਇੱਥੇ ਮੇਰੇ ਨੇ ਉਹ ਮੁਰੀਦ ਸੁੱਤੇ। ਆਉਣ ਵਾਲਾ ਇਤਿਹਾਸ ਨਾ ਕਹਿ ਮੈਨੂੰ, ਮੈਂ ਸਿੱਖ ਸ਼ਹੀਦ ਕਰਾ ਚੱਲਿਆ, ਮੈਨੂੰ ਭੌਂਦੀ ਦਿਲਦਾਰੀ ਇਹ ਖਾਲਸੇ ਦੀ ਕੋਲ ਅਜੀਤ ਜੁਝਾਰ ਬਿਠਾ ਚੱਲਿਆ। ਮਹਾਰਾਜ ਇੱਥੋਂ ਨਿਕਲ ਕੇ ਮਾਛੀਵਾੜੇ ਨੂੰ ਤੁਰਦੇ ਆ, ਉੱਧਰ ਥੋੜ੍ਹਾ ਜਿਹਾ ਆ ਜਾਓ ਸੱਤ ਪੋਹ ਨੂੰ। ਅੱਜ ਦੀ ਰਾਤ ਮਾਂ ਜੀ ਨੇ ਕੁੰਮੇ ਮਾਸ਼ਕੀ ਕੋਲ ਰਹਿਣਾ। ਮੇਰਾ ਖਿਆਲ ਸਾਹਿਬਜ਼ਾਦਿਆਂ ਦੀ ਪਹਿਲੀ ਰਾਤ ਸੀ ਜ਼ਮੀਨ 'ਤੇ ਸੌਣ ਦੀ, ਇਸ ਤੋਂ ਪਹਿਲਾਂ ਕਦੀ ਨਹੀਂ ਸੁੱਤੇ। ਭਾਈ ਚੌਪਾ ਸਿੰਘ ਤਾਂ ਆਪਣੇ ਘੋੜਾ ਬਣ ਕੇ ਝੂਟੇ ਦਿੰਦੇ ਸਨ, ਅੱਜ ਪਹਿਲੀ ਰਾਤ ਜ਼ਮੀਨ 'ਤੇ ਸੁੱਤੇ। ਲੇਅਰ ਦੀ ਰੋਟੀ ਅਤੇ ਮਸਰੀ ਦੀ ਦਾਲ ਕਿਹਾ ਜਾਂਦਾ, ਲਛਮੀ ਬ੍ਰਾਹਮਣੀ ਨੇ ਖਵਾਈ। ਅਤੇ ਨਾਲ ਉਹਨੇ ਕਿਹਾ ਮੈਂ ਸਵੇਰੇ ਆਵਾਂਗੀ। ਕਰੀਮ ਬਖਸ਼ ਕਨਵਰਟਡ ਮੁਸਲਮਾਨ ਸੀ, ਉਹ ਲਛਮੀ ਬ੍ਰਾਹਮਣੀ ਦੇ ਘਰ ਗਿਆ, ਕਹਿੰਦਾ ਮੇਰੇ ਘਰ ਕੁਛ ਨਹੀਂ। ਉਹਨੇ ਭੇਜਿਆ ਸਵੇਰੇ ਅੱਠ ਪੋਹ ਜਿਹੜਾ ਦਿਨ ਚੜ੍ਹਨਾ, ਉਹ ਮਿਲਣ ਆਈ। ਮਾਤਾ ਨੇ ਅਸੀਸਾਂ ਦਿੱਤੀਆਂ, ਪੰਜ ਸੋਨੇ ਦੀਆਂ ਚੂੜੀਆਂ ਦਿੱਤੀਆਂ, ਇੱਕ ਆਰਸੀ ਦਿੱਤੀ ਜੀ। ਆਰਸੀ ਹੁੰਦੀ ਸੀ ਜਿਵੇਂ ਪੁਰਾਣੇ ਸਮੇਂ ਨਾ, ਇਹ ਬੀਬੀਆਂ ਜਿਹੜੀਆਂ ਅੰਗੂਠੀ ਪਾਉਂਦੀਆਂ ਸਨ, ਉਹਦੇ ਉੱਤੇ ਸ਼ੀਸ਼ਾ ਜੜਿਆ ਹੁੰਦਾ ਸੀ, ਅਤੇ ਉਹਦੇ ਸ਼ੀਸ਼ੇ ਦੇ ਚਾਰ ਚੁਫੇਰੇ ਹੀਰੇ ਦੀਆਂ ਕਣੀਆਂ ਜੜੀਆਂ ਸਨ। ਮੱਝ ਨੇ ਇਹ ਦਿੱਤਾ। ਪੰਜ ਸਾਹਿਬ ਦਾ ਵੈਸੇ ਜ਼ਿਕਰ ਹੈ, ਪੰਜ ਮੋਹਰਾਂ ਕਰੀਮ ਬਖਸ਼ ਨੂੰ ਦਿੱਤੀਆਂ ਕੁੰਮੇ ਮਾਸ਼ਕੀ ਨੂੰ। ਇੱਥੇ ਫਿਰ ਗੰਗੂ ਮਿਲਦਾ ਹੈ, ਉਹ ਕਹਿੰਦਾ ਮੈਂ ਮਿਲਾ ਦੇਣਾ। ਹਾਲਾਂਕਿ ਪੁਰਾਣੇ ਸਰੋਤ ਦਰਬਾਰੀ ਅਤੇ ਧੁੰਮਾ ਸ਼ਬਦ ਕਹਿੰਦੇ ਆ ਮਸੰਦ, ਪਰ ਜੋ ਸਾਡੀ ਰਵਾਇਤ ਹੈ ਉਹ ਸਿੱਧੇ ਰਸਤੇ ਨਹੀਂ ਲੈ ਗਿਆ, ਆਪਣੇ ਪਿੰਡ ਲੈ ਗਿਆ। ਹਾਲਾਂਕਿ ਰਸਤੇ ਵਿੱਚ ਬਾਹਰ ਵੀ ਪੜਾਂ ਇੱਕ ਆਉਂਦਾ ਸਾਹਿਬਜ਼ਾਦਿਆਂ ਦਾ, ਪਰ ਉਹ ਆਪਣੇ ਘਰ ਲੈ ਗਿਆ।
ਉੱਥੇ ਉਹਨੇ ਰਾਤ ਬੇਈਮਾਨ ਨੇ ਚੋਰੀ ਦਾ ਜਿਹੜਾ ਕੰਮ ਕੀਤਾ। ਸਵੇਰੇ ਮਾਤਾ ਜੀ ਨੇ ਕਿਹਾ ਅੱਠ ਪੋ ਸਵੇਰੇ ਜਾਨੀ ਖਾਂ ਅਤੇ ਮਾਨੀ ਖਾਂ ਆ ਗਏ, ਮੋਰਿੰਡੇ ਲੈ ਗਏ। ਮੋਰਿੰਡੇ ਕੋਤਵਾਲੀ ਹੈ ਜੀ, ਜਿੱਥੇ ਸਾਹਿਬਜ਼ਾਦਿਆਂ ਨੂੰ ਰੱਖਿਆ ਗਿਆ। ਇੱਧਰ ਵਜ਼ੀਰ ਖਾਂ ਕਲਪ ਚੁੱਕਾ ਸੀ ਵੀ ਇੰਨੇ ਮਹੀਨਿਆਂ ਬਾਅਦ ਵੀ ਗੁਰੂ ਗੋਬਿੰਦ ਸਿੰਘ ਨਹੀਂ ਮਿਲੇ। ਇੱਥੋਂ ਫਿਰ ਮੋਰਿੰਡਿਓ ਕਿਹਾ ਜਾਂਦਾ ਹੈ, ਪੁਰਾਣਾ ਇੱਕ ਸਰੋਤ ਹੈ ਜੀ। ਸਾਹਿਬਜ਼ਾਦਿਆਂ ਦੇ ਪੈਰਾਂ 'ਚ ਬੇੜੀਆਂ ਪਾਈਆਂ ਗਈਆਂ ਖੁਸ਼ ਕਰਨ ਲਈ, ਸੂਬੇਦਾਰ ਨੂੰ ਹੱਥਾਂ 'ਚ ਕੜੀਆਂ ਲਾਈਆਂ ਗਈਆਂ। ਸਾਹਿਬਜ਼ਾਦੇ ਸਰਹੰਦ ਲਿਆਉਂਦੇ ਗਏ, ਗੁਰਮੁਖੋ ਠੰਡਾ ਬੁਰਜ ਜਿਹੜਾ ਜੇਠ ਵਿੱਚ ਵੀ ਠੰਡਾ ਰਹਿੰਦਾ ਸੀ, ਇੱਥੇ ਸਾਹਿਬਜ਼ਾਦਿਆਂ ਨੂੰ ਕੈਦ ਕੀਤਾ ਗਿਆ। ਕੋਈ ਆਪਣਾ ਨਹੀਂ, ਸੱਚ ਸਿਰਫ ਇੱਕ ਮੋਤੀ ਰਾਮ ਹੈ ਜਿਹੜਾ ਜੇਲ੍ਹ 'ਚ ਰੋਟੀ ਪਕਾਉਂਦਾ ਸੀ। ਅਸਲ 'ਚ ਹਕੂਮਤ ਦਾ ਨੌਕਰ ਸੀ, ਇਹਨੇ ਦੁੱਧ ਪਿਆਇਆ। ਮੈਂ ਆਪ ਨੂੰ ਬੇਨਤੀ ਕੀ ਕਰਾਂ, ਉਦੋਂ ਕਚਹਿਰੀ ਵੀ ਕਿਲੇ ਵਿੱਚ ਸੀ ਜੀ, ਬੁਰਜ ਵੀ ਵਿੱਚੇ ਸੀ, ਕਚਹਿਰੀ ਵੀ। ਕਚਹਿਰੀ 3 ਦਿਨਾਂ ਦਾ ਲੱਗਣ ਦਾ ਜ਼ਿਕਰ ਇਤਿਹਾਸ ਕਰਦਾ। ਸਾਹਿਬਜ਼ਾਦੇ ਅਡੋਲ ਰਹੇ। ਉਂਝ ਵੈਸੇ ਮੈਂ ਜਿੰਨੇ ਕੁ ਸਰੋਤ ਪੜ੍ਹੇ ਆ ਪੁਰਾਣੇ, ਡਾਕਟਰ ਗੰਡਾ ਸਿੰਘ ਨੇ ਇੱਕ ਤਸੀਏ ਦਾ ਜ਼ਿਕਰ ਕੀਤਾ, ਕਹਿੰਦੇ ਜਦੋਂ ਨਹੀਂ ਨਾ ਮੰਨਦੇ ਕਚਹਿਰੀ 'ਚ ਨਹੀਂ ਮੰਨਦੇ ਤਾਂ ਮਤਲਬ ਇਹਨੂੰ ਛੱਡ ਕੇ ਆ ਗਏ। ਕਿਹਾ ਜਾਂਦਾ ਸਾਹਿਬਜ਼ਾਦਿਆਂ ਦੀਆਂ ਉਂਗਲਾਂ ਥੱਲੇ 7 ਸਾਲ 9 ਸਾਲ ਦੇ ਲਾਲ ਨੇ ਜੀ, ਇਹ ਆਹ ਉਂਗਲਾਂ ਦੀ ਜਿਹੜੀ ਵਿੱਚ ਵਾਲੇ ਪਾਸੇ ਨੇ ਪਲੀਤੇ ਲਾ ਕੇ ਸਕੇ ਨਸਾੜੀ ਗਈ ਸੀ। ਮੈਂ ਐਵੀਡੈਂਸ ਤੋਂ ਬਿਨਾਂ ਨਹੀਂ ਬੋਲ ਰਿਹਾ। ਉਸ ਤੋਂ ਬਾਅਦ ਜਦੋਂ ਬਹੁਤ ਸੀ ਚੱਲਦੀ ਸੀ, ਤੂਤ ਦੀ ਛਮਕ ਲੈ ਕੇ ਸਾਹਿਬਜ਼ਾਦਿਆਂ ਨੂੰ ਕੁੱਟਿਆ ਗਿਆ ਸੀ। ਖਮਚੀ ਸਾਥ ਲੱਗੇ ਸੋ ਦੁੱਖ ਦੇਵਨੰ, ਕਹਿੰਦਾ ਇਹ ਬਾਲਕ ਸੇ ਫੁੱਲ ਧੂਪ ਨਾ ਖੇਵਨੋ ਕਮਲਿਓ, ਇਹ ਤਾਂ ਫੁੱਲ ਨੇ ਜਿੰਨਾ ਕਦੀ ਧੁੱਪ ਵੀ ਨਹੀਂ ਸਹੀ। ਗਲੇਲੇ ਮਾਰੇ ਗਏ, ਛਮਕਾਂ ਮਾਰੀਆਂ ਗਈਆਂ, ਸ਼ੇਰ ਮੁਹੰਮਦ ਖਾਂ ਹਾ ਦਾ ਨਾਰਾ ਮਾਰ ਕੇ ਨਿਕਲਿਆ। ਪਿਆਰਿਓ ਅਖੀਰ 'ਤੇ ਫਤਵਾ ਦੇ ਦਿੱਤਾ ਗਿਆ ਕਿ ਜੇ ਨਹੀਂ ਮੰਨਦੇ ਕੱਲ੍ਹ ਨੂੰ ਇਹਨਾਂ ਨੂੰ ਨੀਹਾਂ 'ਚ ਚਿਣ ਦਿੱਤਾ ਜਾਏ। ਫਿਰ ਨੀਹਾਂ 'ਚ ਖੜੇ ਕਰਨਾ ਅਤੇ ਨੀਹਾਂ 'ਚ ਚਿਣਨਾ, ਇਹ ਧਿਆਨ ਰੱਖਿਓ, ਬੜਾ ਫਰਕ ਜੇ। ਚਿਣਨਾ ਬੜਾ ਵੱਖਰੇ ਅਰਥ ਰੱਖਦਾ। ਉਸ ਰਾਤ ਸੱਚਮੁੱਚ ਛਮਕਾਂ ਵੱਜੀਆਂ ਸਨ, ਪਿੰਡੇ 'ਤੇ ਨਿਸ਼ਾਨ ਸਨ। 80 ਸਾਲ ਦੇ ਕਰੀਬ ਮਾਤ ਗੁਜਰੀ ਦੀ ਆਰਬਲਾ ਹੈ। ਮੈਂ ਕਰੀਬ ਤਾਂ ਕਹਿ ਰਿਹਾ ਕਿਉਂਕਿ ਜਨਮ ਬਾਰੇ ਥੋੜ੍ਹਾ ਜਿਹਾ ਹੁੰਦਾ ਹੈ, ਪਰ 80 ਸਾਲ ਦੇ ਕਰੀਬ ਕਹਿ ਲਓ। ਜਦੋਂ ਸਾਹਿਬਜ਼ਾਦਿਆਂ ਦਾ ਪਿੰਡਾ ਦੇਖਿਆ ਹੋਣਾ ਹੈ ਪਿਆਰਿਓ, ਮੈਂ ਕਹਿੰਦਾ ਧਾਨੇ ਮਾਂ ਤੇਰੇ ਵਰਗਾ ਜਿਗਰਾ ਕਿਸ ਦਾ ਹੈ। 2.5 ਸਾਲ ਦੇ ਸਨ ਬਾਬਾ ਫਤਿਹ ਸਿੰਘ, ਜਿਸ ਦਿਨ ਮਾਤਾ ਜੀਤੋ ਜੀ ਚਲਾਣਾ ਕਰ ਗਏ ਸਨ। ਇਹ ਦੋਨੋਂ ਸਾਹਿਬਜ਼ਾਦੇ ਮਾਂ ਨਾਲ ਦਾਦੀ ਨਾਲ ਹੀ ਸੁਣਦੇ ਸਨ ਜੀ। ਇੱਥੋਂ ਤੱਕ ਕਿ ਜਿੱਦਣ ਮਾਤਾ ਜੀਤੋ ਦਾ ਸੰਸਕਾਰ ਕੀਤਾ, ਬਾਬਾ ਜੀ ਦੁੱਧ ਪੀਂਦੇ ਸਨ, ਕਿਉਂਕਿ ਤੁਹਾਨੂੰ ਪਤਾ ਹੋਣਾ ਪਿੰਡਾਂ ਵਿੱਚ ਬੱਚੇ 3-3 ਸਾਲ ਤੱਕ ਮਾਂ ਦਾ ਦੁੱਧ ਪੀਂਦੇ ਰਹੇ ਆ। ਉਸ ਰਾਤ ਨੂੰਹ ਦਾ ਸੰਸਕਾਰ ਕਰਕੇ ਜਦੋਂ ਪੋਤਾ ਆਪਣਾ ਸਵਾਇਆ ਅਤੇ ਇੱਕ ਦੁੱਧ ਗਰਮ ਕਰਕੇ ਭਾਂਡਾ, ਇੱਕ ਰੂੰ ਦੀ ਪੂਣੀ ਕੋਲ ਰੱਖੀ ਸੀ, ਜਦੋਂ ਮਾਂ ਨੂੰ ਲੱਭਦੇ ਸਨ ਪੂਣੀ ਭਿਉਂ ਕੇ ਦੁੱਧ ਨਾਲ ਬੱਚੇ ਦੇ ਮੂੰਹ 'ਚ ਪਾ ਦਿੰਦੀ ਸੀ ਦਾਦੀ। ਆਏ ਦੇਖਿਆ ਤਨ, ਮਾਂ ਨੇ ਕਿਹਾ ਪੁੱਤ ਅੱਜ ਕੀ ਬਣਿਆ? ਕਹਿੰਦੇ ਮਾਤਾ ਜੀ ਛਮਕਾਂ ਮਾਰੀਆਂ, ਹੱਥ ਦੇਖੇ। ਕਹਿਣ ਲੱਗੇ ਗੱਲ ਹੋਰ ਦੱਸੀਏ, ਕੱਲ੍ਹ ਨੂੰ ਸਾਨੂੰ ਨੀਹਾਂ 'ਚ ਚਿਣ ਦਿੱਤਾ ਜਾਣਾ ਹੈ, ਅੱਜ ਸਾਡੀ ਆਖਰੀ ਰਾਤ ਹੈ। ਉਹ ਆਖਰੀ ਰਾਤ ਕਥਾ ਦੀ ਕਹਾਣੀ ਸੌਖੀ ਹੋ ਪਿਆਰਿਓ,
ਬਹੁਤ ਮੁਸ਼ਕਲ ਹੈ। ਉਸ ਰਾਤ ਕੀ ਬੀਤਿਆ ਹੋਵੇ, ਸਿਰਫ ਇੱਕ ਮੋਤੀ ਰਾਮ ਦਾ ਹੀ ਦੁੱਧ ਹੈ ਨਾ। ਮਾਤ ਜੀ ਨੇ ਰਾਤ ਬਹੁਤ ਪਿਆਰ ਕੀਤਾ, ਸਾਰੀ ਰਾਤ ਅਸੀਸਾਂ ਦਿੰਦੇ ਰਹੇ। ਮੈਂ ਕਹਿੰਦਾ ਅਸਲ 'ਚ ਮਾਂ ਨੇ ਜਿੰਨੀ ਕਮਾਈ ਕੀਤੀ ਸੀ ਨਾ ਆਪਣੀ ਜ਼ਿੰਦਗੀ ਦੀ, ਠੰਡੇ ਬੁਰੇ ਸਾਰੀ ਲਾ ਦਿੱਤੀ। ਬਸ ਇੱਕੋ ਗੱਲ ਕਿ ਪੁੱਤ ਆਪਣੇ ਦਾਦੇ ਅਤੇ ਬਾਪ ਪਿਤਾ ਦਾ ਖਿਆਲ ਜ਼ਰੂਰ ਰੱਖਿਓ। ਸਾਹਿਬਜ਼ਾਦੇ ਸਵੇਰੇ ਦਿਨ ਚੜ੍ਹਿਆ, ਦੋਨਾਂ ਨੂੰ ਮਾਤਾ ਜੀ ਨੇ ਮੂੰਹ ਪਾਣੀ ਸੀ ਜੋ ਵੀ ਸੀ ਉੱਥੇ ਚਿਹਰੇ ਸਾਫ਼ ਕੀਤੇ। ਅੱਲਾ ਯਾਰ ਖਾਂ ਜੋਗੀ ਲਿਖਦਾ, ਮਾਂ ਜੀ ਨੇ ਕਿਹਾ ਜਾਣੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ, ਜਾਣੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ, ਕੇਸੋਂ ਕੋ ਕੰਘੀ ਕਰੂੰ ਜ਼ਰਾ ਮੂੰਹ ਦੁਲਹਾ ਤੋ ਲੂੰ, ਪਿਆਰੇ ਸੇ ਸਰੋਂ ਪੇ ਨੰਨੀ ਸੀ ਕਲਗੀ ਸਜਾ ਤੋ ਲੂੰ, ਬੇਟਾ ਮਰਨੇ ਸੇ ਪਹਿਲੇ ਤੁਮਕੋ ਦੁਲਹਾ ਬਣਾ ਤੋ ਲੂੰ। ਕੇਸ ਕੀਤੇ ਉਸ ਦਿਨ। ਵੈਸੇ ਇਤਿਹਾਸ ਕਹਿੰਦਾ ਨੀਲੀਆਂ ਝੱਗੀਆਂ ਪਾਈਆਂ, ਨੀਲੀ ਝੱਗੀਆਂ ਦਾ ਜ਼ਿਕਰ ਹੁੰਦਾ, ਨੀਲੇ ਨੀਲੇ ਚੋਲੇ ਪਾਏ, ਸੀਸ 'ਤੇ ਦਸਤਾਰਾਂ ਬੰਨੀਆਂ, ਮਾਂ ਨੂੰ ਮੱਥਾ ਟੇਕ ਕੇ ਤੁਰੇ। ਆਖਰੀ ਮੌਕਾ ਸੀ ਜੀ ਇਹ, ਜਦੋਂ ਨਮਸਕਾਰ ਕਰਕੇ ਤੁਰੇ। ਜਿਵੇਂ ਸਿੰਘ ਸਾਹਿਬ ਕਹਿ ਰਹੇ ਸਨ, ਸੱਚੀ ਮੁੱਚੀ ਮੈਂ ਇਹ ਨਹੀਂ ਕਿਹਾ ਰੋਣ ਦਾ ਵੇਲਾ ਹੈ, ਪਰ ਯਾਦ ਰੱਖਿਓ ਜਦੋਂ ਕੋਈ ਪਿਆਰ ਵਿੱਚ ਭਿੱਜ ਕੇ ਇੱਕ ਅੱਥਰੂ ਵੀ ਗੁਰੂ ਦੀ ਯਾਦ 'ਚ ਕੱਢਦਾ ਨਾ, ਇੱਕ ਅੱਥਰੂ ਕਰੋੜਾਂ ਜਨਮਾਂ ਦੀ ਮੈਲ ਧੋ ਦਿੰਦਾ ਹੈ। ਇਕਬਾਲ ਕਹਿੰਦਾ ਸ਼ਾਨੇ ਕਰੀਮੀ ਨੇ ਮੋਤੀ ਸਮਝ ਕਰ ਚੁਣ ਲੀਏ, ਕਤਰੇ ਜੋ ਥੇ ਮੇਰੇ ਅਰਕੇ ਇਨਫਾਲ ਕੇ। ਕਹਿੰਦਾ ਮੇਰੀਆਂ ਅੱਖਾਂ 'ਚੋਂ ਪਾਣੀ ਨਿਕਲਿਆ ਅਤੇ ਰੱਬ ਨੇ ਕਿਹਾ ਇਹਨੂੰ ਧਰਤੀ ਨਾ ਸੱਟਣ ਦਿਓ। ਇਹ ਮੋਤੀ ਨੇ ਕਦੀ ਕਦੀ ਕਿਸੇ ਦੀਆਂ ਅੱਖਾਂ 'ਚੋਂ ਨਿਕਲਦੇ ਆ। ਮਹਾਰਾਜ ਜੀ ਦੋਨਾਂ ਲਾਲਾਂ ਨੂੰ ਤੋਰਦੇ, ਮਾਤਾ ਜੀ ਆਖਰੀ ਮਿਲਣੀ ਸੀ ਜੀ, ਪੌੜੀਆਂ ਤੋਂ ਉੱਤਰਦੇ ਦਿਸਦੇ ਆ। ਉੱਧਰ ਸ਼ਾਸ਼ਲ ਬੇਗ ਅਤੇ ਵਾਸ਼ਲ ਬੇਗ ਗਏ ਆ। ਇਹਨਾਂ ਨੇ ਕਿਹਾ ਸਾਡਾ ਮੁਕੱਦਮਾ ਰਫਾ ਦਫਾ ਕਰੋ, ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਸ਼ਹੀਦ ਕਰਾਂਗੇ। ਉੱਥੇ ਫਿਰ ਅਖੀਰ ਵਾਲੀ ਪੁੱਛਿਆ, ਅਜੇ ਵੀ ਸਮਾਂ ਹੈ ਤੁਸੀਂ ਮੰਨ ਜਾਓ। ਅੱਜ ਜਦੋਂ ਧਰਮ ਕਨਵਰਟ ਕਰਦੇ ਆ ਨਾ ਆਪਾਂ, ਕਹਿੰਦੇ ਹਾਂ ਜੀ ਉਹ ਚੇਤੇ ਰੱਖਿਓ, ਮੈਂ ਫਿਰ ਮੈਂ ਸਿੱਖ ਹੋਣ ਦੇ ਨਾਤੇ ਨਹੀਂ। ਜਿਹੜਾ ਬੰਦਾ ਪੈਸੇ ਦੀ ਖਾਤਰ ਧਰਮ ਕਨਵਰਟ ਕਰ ਰਿਹਾ, ਚੇਂਜ ਕਰ ਰਿਹਾ, ਉਹ ਧਰਮੀ ਹੋ ਨਹੀਂ ਸਕਦਾ। ਖਿਮਾ ਕਰਿਓ, ਉਹ ਧਰਮੀ ਨਹੀਂ ਹੋ ਸਕਦਾ। ਇੱਥੇ ਤਾਂ ਸਿਰ ਦੇ ਕੇ ਉਹ 7 ਸਾਲ ਅਤੇ 9 ਸਾਲ ਦੀਆਂ ਉਮਰਾਂ ਕੀ ਨੇ, ਇੱਥੇ ਪੂਰਾ ਜ਼ੋਰ ਲਾ ਦਿੱਤਾ 3 ਦਿਨ। ਪਰ ਗੁਰੂ ਗੋਬਿੰਦ ਸਿੰਘ ਦੇ ਜਾਇਆਂ ਨੇ ਸਿਰ ਦੇ ਦਿੱਤਾ, ਪਰ ਸਿਰ ਨਹੀਂ ਦਿੱਤਾ, ਸਿਦਕ ਨਹੀਂ ਡੋਲਣ ਦਿੱਤਾ। ਸਾਹਿਬਜ਼ਾਦੇ ਜਾਂਦੇ ਆ, ਫਿਰ ਪੁੱਛਿਆ ਜਾਂਦਾ ਕਿ ਤੁਸੀਂ ਅਜੇ ਵੀ ਸੋਚ ਲਓ। ਨਾਲ ਵਜ਼ੀਰ ਖਾਂ ਕਹਿੰਦਾ ਇਹਨਾਂ ਨੂੰ ਦੱਸ ਦਿਓ ਅੱਜ ਮਿਟਾ ਦਿੱਤੇ ਜਾਓਗੇ। ਬਾਬਾ ਫਤਿਹ ਸਿੰਘ ਬੋਲ ਕੇ ਕਹਿੰਦੇ ਆ, ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ, ਡਰਤਾ ਨਹੀਂ ਅਕਾਲ ਕਿਸੀ ਸ਼ੈਨ ਸ਼ਾਹ ਕੀ ਸ਼ਾਨ ਸੇ, ਉਪਦੇਸ਼ ਆਪਣਾ ਸੁਣ ਲਓ ਜ਼ਰਾ ਦਿਲ ਕੇ ਕਾਨ ਸੇ, ਕਹਿ ਰਹੇ ਹਮ ਤੁਮਕੋ ਖੁਦਾ ਕੀ ਜ਼ੁਬਾਨ ਸੇ। ਅਸੀਂ ਨਹੀਂ ਮਿਟਣਾ, ਤੁਹਾਡੀ ਸ਼ੁਰੂਆਤ ਹੈ। ਦੋਨਾਂ ਸਾਹਿਬਜ਼ਾਦਿਆਂ ਨੂੰ ਜੀ ਖੜ੍ਹੇ ਕਰਕੇ ਨੀਹਾਂ 'ਚ ਨੀਹਾਂ ਖੜੀਆਂ ਕੀਤੀਆਂ ਗਈਆਂ। ਫਿਰ ਬੇਨਤੀ, ਜਿਵੇਂ ਆਪਾਂ ਅੱਜ ਕੰਧ ਬਣਾਉਂਦੇ ਹਾਂ, ਪਿੱਲਰ ਨਹੀਂ ਪਾਉਂਦੇ। ਪੁਰਾਣੇ ਸਮੇਂ ਤੁਹਾਨੂੰ ਪਤਾ ਹੋਣਾ ਲੱਕੜ ਵਿੱਚ ਦਿੰਦੇ ਹੁੰਦੇ ਸਨ, ਕੰਧਾਂ ਵਿੱਚ ਚਿਣੇ ਗਏ ਆ ਪਿਆਰੇ, ਉਹ ਕੰਧਾਂ 'ਚ ਖਲੋਤੇ ਨਹੀਂ, ਕੰਧ ਵਿੱਚ ਚਿਣੇ ਗਏ ਆ। ਉਸੇ ਤਰ੍ਹਾਂ ਜਿਵੇਂ ਬਾਹਾਂ ਸਨ, ਜਿਵੇਂ ਆ ਸਪੇਸ ਸੀ ਲੱਤਾਂ ਦੇ ਵਿੱਚ, ਇੱਟਾਂ ਤਰਾਸ਼ ਤਰਾਸ਼ ਕੇ ਦੋਨੋਂ ਸਾਹਿਬਜ਼ਾਦੇ ਨੀਹਾਂ 'ਚ ਜਦੋਂ ਚਿਣ ਦਿੱਤੇ ਗਏ, ਬੋਡੀ ਇੱਟਾਂ ਨਾਲ ਢੱਕੀ ਗਈ,
ਜਦੋਂ ਮੁੱਖ ਤੱਕ ਆਇਆ ਇਤਿਹਾਸ ਕਹਿੰਦਾ ਨੀਂਹ ਡਿੱਗੀ ਹੈ, ਉਹ ਕੰਧਾਂ ਡਿੱਗ ਪਈਆਂ, ਸਾਹਿਬਜ਼ਾਦੇ ਬੇਹੋਸ਼ ਸਨ, ਹੋਸ਼ 'ਚ ਲਿਆਂਦੇ ਗਏ। ਇਹ ਨਹੀਂ ਮੈਂ ਕਹਿੰਦਾ ਨੀਆਂ 'ਚ ਨਹੀਂ ਚਿਣੇ ਗਏ, ਬਿਲਕੁਲ ਚਿਣੇ ਗਏ, ਪਰ ਦੋਨਾਂ ਜਲਾਦਾਂ ਨੇ ਬਾਬਾ ਜ਼ੋਰਾਵਰ ਸਿੰਘ ਨੂੰ ਗੋਡਿਆਂ ਥੱਲੇ ਰੱਖ ਕੇ ਪੂਰੇ ਜ਼ੋਰ ਨਾਲ, ਉੱਥੇ ਖੰਡਾ ਲਫ਼ਜ਼ ਵਰਤੇ, ਪੂਰਾ ਚਲਾਇਆ। ਬਾਬਾ ਜ਼ੋਰਾਵਰ ਸਿੰਘ ਜੀ ਤਕਰੀਬਨ, ਜੋ ਮੈਂ ਪੁਰਾਣਾ ਸਰੋਤ ਪੜ੍ਹਿਆ, ਉੱਥੇ ਲਫ਼ਜ਼ ਬੇਗ ਵਰਤੇ ਹੈ, ਬੇਗ ਦਾ ਅਰਥ ਬੜੀ ਛੇਤੀ, ਉਹ ਛੇਤੀ ਅੱਧਾ ਮਿੰਟ ਵੀ ਹੋ ਸਕਦੀ ਹੈ। ਕਹਿੰਦੇ ਬਾਬਾ ਜ਼ੋਰਾਵਰ ਸਿੰਘ ਜੀ ਨੂੰ ਜਦੋਂ ਵਾਰ ਕੀਤਾ, ਬਸ ਬੜੀ ਛੇਤੀ ਪ੍ਰਾਣ ਨਿਕਲ ਗਏ। ਬਾਬਾ ਫਤਿਹ ਸਿੰਘ ਜੀ ਦੀ ਗਰਦਨ ਕੱਟੀ ਜੀ, ਅਤੇ ਇੰਨੀ ਕੁ ਕੱਟ ਦਿੱਤੀ, ਖੂਨ ਨਿਕਲਿਆ। ਉੱਥੇ ਵੇਖਿਆ ਜਾਂਦਾ 12.5 ਮਿੰਟ ਬਾਅਦ ਪ੍ਰਾਣ ਨਿਕਲੇ ਸਨ, ਖੂਨ ਵਗ ਰਿਹਾ ਸੀ, ਦੋਨੋਂ ਪੈਰ ਖੇਲਦੇ ਸਨ ਜੀ, ਪ੍ਰਾਣ ਨਿਕਲਣੇ ਕੋਈ ਛੋਟੀ ਗੱਲ ਹੈ, ਖੂਨ 4 ਚੁਫੇਰੇ ਸੀ। ਉੱਥੇ ਲਿਖਿਆ ਜ਼ੋਰਾਵਰ ਸਿੰਘ ਜੀ ਕੇ ਪ੍ਰਾਣ ਖੰਡੇ ਕੇ ਸਾਥ ਬੇਗ ਛੁੱਟ ਗਏ, ਫਤਿਹ ਸਿੰਘ ਜੀ ਆਦਿ ਘੜੀ ਚਰਨ ਮਾਰਤੇ ਪਏ। ਅੱਧੀ ਘੜੀ 12.5 ਮਿੰਟ ਦੀ ਹੁੰਦੀ, 25 ਮਿੰਟ ਦੀ ਘੜੀ ਹੁੰਦੀ ਜੇ ਅੱਜ ਦੇ ਸਮੇਂ 'ਚ, 12.5 ਮਿੰਟ ਪੈਰ ਹਿਲਦੇ ਰਹੇ, ਸਾਹਿਬਜ਼ਾਦੇ ਸ਼ਹੀਦ ਹੋ ਗਏ। ਦੋਨਾਂ ਦੀਆਂ ਲਾਸ਼ਾਂ ਚੁੱਕ ਕੇ, ਉੱਥੇ ਹੰਸਲਾ ਨਦੀ ਵਗਦੀ ਸੀ ਜੀ ਇੱਕ, ਉੱਥੇ ਸੱਟ ਦਿੱਤੀਆਂ, ਜਿੱਥੇ ਬਿਬਾਨਗੜ੍ਹ। ਮਾਤਾ ਗੁਜਰੀ ਜੀ ਬਾਰੇ ਬਹੁਤ ਕੁਝ ਲਿਖਿਆ ਇਤਿਹਾਸ ਨੇ, ਪਰ ਮਾਤਾ ਜੀ ਸ਼ਹੀਦ ਕੀਤੇ ਗਏ, ਲਾਸ਼ ਉੱਥੇ ਰੱਖ ਦਿੱਤੀ। ਟੋਡਰਮੱਲ ਦੀਵਾਨ ਬਾਹਰ ਗਿਆ ਸੀ, ਪਤਾ ਲੱਗਾ, ਉਹ ਜਦੋਂ ਦੌੜ ਕੇ ਆਇਆ ਉਦੋਂ ਸਭ ਕੁਝ ਵਾਪਰ ਚੁੱਕਾ ਸੀ। ਉਹਨੇ ਫਿਰ ਵਜ਼ੀਰ ਖਾਂ ਤੱਕ ਪਹੁੰਚ ਕੀਤੀ, ਜਿੱਥੇ ਜੋਤੀ ਸਰੂਪ ਹੈ ਭਾਈ ਪਰਮਜੀਤ 'ਤੇ ਸੇਵਾ ਕਰ ਰਿਹਾ, ਉਹ ਅੱਤੇ ਵਾਲੀ ਦਾ ਪਿੰਡ, ਅੱਤੇ ਵਾਲੀ ਦੀ ਜ਼ਮੀਨ ਕਹਿ, ਅੱਤੇ ਵਾਲੀ ਪਿੰਡ ਦਾ ਚੌਧਰੀ ਅੱਤਾ। ਉਹਨਾਂ ਵਜ਼ੀਰ ਖਾਂ ਕਹਿੰਦਾ ਜੇ ਸੰਸਕਾਰ ਕਰਨਾ, ਇਹ ਥਾਂ ਸਾਰੀ ਜਿੰਨੀ ਚਾਹੀਦੀ ਹੈ, ਮੋਹਰਾਂ ਟੇਢੀਆਂ ਰੱਖ ਕੇ ਖਰੀਦੀ ਗਈ, 2 ਕਰੋੜ ਰੁਪਈਏ ਬਣਦੇ ਹੋਣਗੇ ਜੀ ਉਸ ਵੇਲੇ, ਅੱਜ ਦੇ ਜੇ ਦੇਖੀ। ਉਹਨੇ ਕਿਹਾ ਵੀ ਜ਼ਮੀਨ ਖਰੀਦ ਲਈ। ਫਿਰ ਮਾਤਾ ਗੁਜਰੀ ਜੀ ਦਾ ਸੰਸਕਾਰ ਕਰਨ ਤੋਂ ਪਹਿਲਾਂ ਇਸ਼ਨਾਨ ਟੋਡਰਮੱਲ ਦੀ ਘਰਵਾਲੀ ਨੇ ਕਰਾਇਆ ਸੀ। ਕਿਹੜੇ ਘਰ ਲੈ ਕੇ ਗਏ ਜੀ, ਤੁਸੀਂ ਦੇਖੋ, ਇੰਨਾ ਇੰਨਾ ਧੱਕਾ ਸੀ ਉਸ ਵੇਲੇ। ਟੋਡਰ ਖਲ ਦੀ ਹਵੇਲੀ ਫਤਿਹਗੜ੍ਹ ਹੈ ਨਾ, ਉਹਨੂੰ ਇੰਨਾ ਅਧਿਕਾਰ ਨਹੀਂ ਦਿੱਤਾ ਗਿਆ ਆਪਣੇ ਬਾਗ 'ਚ ਸੰਸਕਾਰ ਕਰ ਸਕੇ। ਉਹਨਾਂ ਕਿਹਾ ਬਾਹਰ ਜ਼ਮੀਨ, ਮਾਤਾ ਜੀ ਦਾ ਇਸ਼ਨਾਨ ਉਹਨਾਂ ਕਰਾਇਆ, ਬੀਬੀਆਂ ਨੂੰ ਉਹਦੇ ਘਰੋਂ, ਸਾਹਿਬਜ਼ਾਦਿਆਂ ਦਾ ਸੰਸਕਾਰ ਇਸ਼ਨਾਨ ਟੋਡਰਮੱਲ ਅਤੇ ਭਾਈ ਮੋਤੀ ਰਾਮ ਨੇ ਕਰਾਇਆ। ਮੋਤੀ ਰਾਮ ਨੇ ਬਸਤਰ ਬਦਲੇ, ਇਸ਼ਨਾਨ ਕਰਾਇਆ, ਤਿੰਨਾਂ ਦਾ ਬਿਬਾਨ ਲੈ ਕੇ ਤੁਰ ਪਏ। ਕੋਈ ਜ਼ਿਆਦਾ ਸਿੱਖ ਨਹੀਂ ਸਨ। ਇੱਕ ਯੋਧ ਸਿੰਘ ਦਾ ਜ਼ਿਕਰ ਆਉਂਦਾ, ਤੁਹਾਡੇ ਨੇੜੇ ਇਹ ਅਲੋਰਖ ਪਿੰਡ ਹੈ ਨਾ, ਇੱਥੇ ਸਾਹਿਬਜ਼ਾਦਿਆਂ ਦੀ ਵਿਭੂਤੀ ਹੈ, ਹਾਂਜੀ, ਅਸ ਤਾਂ ਉੱਥੇ ਵੀ ਨੇ। ਕਾਕੜਾ ਪਿੰਡ ਸੀ ਤੁਹਾਡੇ ਟੋਡਰਮੱਲ ਦਾ, ਮੈਂ ਤਾਂ ਕਿਹਾ ਨਾ ਵੀ ਤੁਹਾਡੇ ਇਲਾਕੇ 'ਚ ਹੈ, ਇਸ ਇਲਾਕੇ ਦਾ ਰਹਿ, ਕਈ ਰੌਲਾ ਪਾਉਂਦੇ ਟੋਡਰਮੱਲ, ਉਹ ਅਕਬਰ ਦੇ ਵੇਲੇ ਵੱਖਰਾ ਸੀ ਜੀ। ਇਸ ਭਾਈ ਟੋਡਰਮੱਲ, ਇਹ ਭਾਈ ਜੋਧ ਸਿੰਘ ਲੈ ਕੇ ਤੁਰਿਆ ਸੀ, ਗੁਰੂ ਕੀਆਂ ਸਾਖੀਆਂ 'ਚ ਬੋਲ ਲਿਖਿਆ, ਦੀਵਾਨ ਟੋਡਰਮੱਲ ਚੰਦਨ ਦੀ ਚਿਖਾ ਚਿਣੀ, ਘਿਓ ਲੈ ਕੇ ਆਇਆ, ਸਮੱਗਰੀ ਲਿਆਂਦੀ। ਅਤੇ ਜਦੋਂ ਤੁਸੀਂ ਜੋਤੀ ਸਰੂਪ ਜਾਓਗੇ, ਅਸਲ 'ਚ ਜਿਸ ਤਰ੍ਹਾਂ ਪ੍ਰਕਾਸ਼ ਕੀਤਾ, ਇਸੇ ਤਰ੍ਹਾਂ ਹੀ ਮਾਤਾ ਜੀ ਨੂੰ ਵਿੱਚ ਲਟਾਇਆ, ਸਾਹਿਬਜ਼ਾਦੇ ਖੱਬੇ ਅਤੇ ਸੱਜੇ ਜਿਵੇਂ ਅਨੰਦਪੁਰ ਸਾਹਿਬ ਸੌਂਦੇ ਸਨ, ਇਸੇ ਤਰ੍ਹਾਂ ਚਿਖਾ ਚਿਣ ਕੇ ਲਾਂਬੂ ਟੋਡਰਮੱਲ ਨੇ ਲਾਇਆ ਸੀ। ਵੈਸੇ ਕੁਝ ਜੇਕਰ ਭਾਈ ਰਾਮਾ ਅਤੇ ਤਲੋਕੇ ਦਾ ਆਉਂਦਾ ਹੈ, ਕੋਈ ਸ਼ੱਕ ਨਹੀਂ, ਚਮਕੌਰ ਸਾਹਿਬ ਦੇ ਸ਼ਹੀਦਾਂ 'ਚ ਬੀਬੀ ਸ਼ਰਨ ਕੌਰ
35 ਸਿੱਖ ਇਕੱਠੇ ਕਰ ਸਕੀ ਸੀ, ਉਹਨੂੰ ਆਪ ਸਾੜ ਦਿੱਤਾ ਗਿਆ ਜਮਦੀ ਨੂੰ। ਫਿਰ ਇਹ ਰਾਮਾ ਅਤੇ ਤਲੋਕਾ, ਤੁਹਾਨੂੰ ਪਤਾ ਹਿਸਟਰੀ ਸਾਰੀ ਦਾ, ਇਹ ਉੱਥੇ ਗਏ, ਸੰਸਕਾਰ ਕੀਤਾ ਗਿਆ, ਸਾਹਿਬਜ਼ਾਦਿਆਂ ਦਾ ਸੰਸਕਾਰ ਹੋਇਆ, ਜਿੱਥੇ ਸਿੰਘ ਸਾਹਿਬ ਨੇ ਸਮਾਪਤੀ ਕੀਤੀ ਸੀ ਆਪਾਂ ਉੱਥੇ ਪਹੁੰਚਦੇ ਹਾਂ। ਹਜ਼ੂਰ ਰਾਏ ਇਕੱਲੇ ਕੋਲ ਚਲੇ ਗਏ, ਟਾਲਿਆਣੇ ਦਾ ਕੋਈ ਜ਼ਿਕਰ ਕਰਦਾ, ਲੰਮੇ ਜੱਟਪੁਰੇ ਦਾ ਸਿੰਘ ਸਾਹਿਬ ਨੇ ਕੀਤਾ। ਹਜ਼ੂਰ ਦੀ ਇੱਛਾ ਵੀ ਸੀ ਕਿ ਸਾਹਿਬਜ਼ਾਦਿਆਂ ਦੀ ਖਬਰ ਨੂਰਾ ਮਾਹੀ ਜਾਂਦਾ, ਜੋ ਕੁਝ ਵਾਪਰਿਆ ਉਹ ਆ ਕੇ ਦੱਸਦਾ, ਮੈਂ ਸਮਾਪਤੀ ਕਰਾਂਗੇ ਦੇ ਨਾਲ ਸਤਿਗੁਰੂ ਸੁਣੀ ਜਾਂਦੇ ਆ। ਸਾਰੇ ਹਿਰਦੇ ਬੈਰਾਗ, ਭਾਈ ਦਇਆ ਸਿੰਘ ਕੋਲ ਨੇ, ਭਾਈ ਧਰਮ ਸਿੰਘ ਕੋਲ ਨੇ, ਭਾਈ ਮਾਨ ਸਿੰਘ ਕੋਲ ਕਹਿ, ਰਾਏ ਇਕੱਲਾ ਕੋਲ ਕਹਿ। ਇਹ ਗੱਲ ਹੋਰ, ਰਾਏ ਇਕੱਲੇ ਦਾ ਦਮਾਦ ਆਲਮ ਖਾਂ, ਨਿਹੰਗ ਖਾਂ ਦਾ ਪੁੱਤਰ ਵੀ ਆ ਚੁੱਕਾ ਉਦਣ, ਉਹ ਵੀ ਪਹੁੰਚ ਚੁੱਕਾ ਭੱਠਾ ਸਾਹਿਬ ਜਿੱਥੇ ਸਥਾਨ। ਇੱਥੋਂ ਹਰ ਇੱਕ ਦੀਆਂ ਅੱਖਾਂ ਭਰੀਆਂ ਸਨ, ਗੁਰੂ ਗੋਬਿੰਦ ਸਿੰਘ ਸੁਣੀ ਜਾਂਦੇ ਆ। ਜਦੋਂ ਉਹਨੇ ਸਾਰੀ ਦਾਸਤਾਨ ਸਦਾ ਦਿੱਤੀ, ਕਾਈ ਦਾ ਬੂਟਾ ਪੱਟ ਕੇ ਕਹਿੰਦੇ ਨੇ ਅੱਜ ਜ਼ਾਲਮ ਰਾਜ ਦੀਆਂ ਜੜ੍ਹਾਂ ਪੱਟ ਦਿੱਤੀਆਂ। ਉੱਥੇ ਸਾਡੇ ਇੱਕ ਵਿਦਵਾਨ ਨੇ ਲਿਖਿਆ ਕਿ ਸਰਹੰਦ 'ਚੋਂ ਸੁਨੇਹਾ ਮਿਲਿਆ, ਲਾਲ ਟੁਰ ਗਏ, ਪ੍ਰਕਾਸ਼ ਸ਼ਿਮਲ ਵੀ ਹੋਏ ਸਨ ਜੀ, ਇੱਕ ਪੋਇਟ ਹੋਏ ਨੇ। ਇਹ ਉਹਨਾਂ ਦੀ ਨਜ਼ਮ ਹੈ ਕਿ ਸਰਹੰਦ 'ਚੋਂ ਸੁਨੇਹਾ ਮਿਲਿਆ, ਲਾਲ ਟੁਰ ਗਏ, ਦੋਵੇਂ ਸ਼ਹੀਦ ਹੋਏ, ਨੌ ਨਿਹਾਲ ਟੁਰ ਗਏ, ਸੂਬੇ ਨੇ ਕੰਧਾਂ ਦੇ ਵਿੱਚ ਨਪੀੜ ਦਿੱਤੇ, ਕੋਮਲ ਸਰੀਰ ਇੱਟਾਂ ਵਿੱਚ ਪੀੜ ਦਿੱਤੇ। ਸੁਣ ਕੇ ਉਹ ਗੱਲ ਸਾਰੀ ਮੁਸਕਰਾ ਕੇ ਉੱਠਿਆ। ਉਸ ਪਾਤਸ਼ਾਹ ਨੇ ਨਿਵਰੇ ਕੋਲ ਆ ਕੇ ਪੁੱਛਿਆ, ਗੁਰੂ ਗੋਬਿੰਦ ਸਿੰਘ, ਸਰਹੰਦ 'ਚੋਂ ਸੁਨੇਹਾ ਮਿਲਿਆ ਕਿ ਲਾਲ ਟੁਰ ਗਏ, ਦੋਵੇਂ ਸ਼ਹੀਦ ਹੋ ਗਏ, ਨੌ ਨਿਹਾਲ ਟੁਰ ਗਏ, ਸੂਬੇ ਨੇ ਕੰਧਾਂ ਵਿੱਚ ਨਪੀੜ ਦਿੱਤੇ, ਕੋਮਲ ਸਰੀਰ ਇੱਟਾਂ ਵਿੱਚ ਪੀੜ ਦਿੱਤੇ। ਸੁਣ ਕੇ ਉਹ ਗੱਲ ਸਾਰੀ ਮੁਸਕਰਾ ਕੇ ਉੱਠਿਆ। ਉਸ ਪਾਤਸ਼ਾਹ ਨੇ ਨੂਰੇ ਕੋਲ ਆ ਕੇ ਪੁੱਛਿਆ, ਤੂੰ ਰੂਪ ਰੂਸ ਹੈ ਉੱਥੇ, ਕੋਈ ਗੱਲ ਨਾ ਲੁਕਾਈ, ਤੂੰ ਸਾਫ ਸਾਫ ਦੱਸੀ, ਕੋਈ ਕਹਿਰ ਨਾ ਕਮਾਈ, ਕੋਈ ਖਿੰਜ ਤੇ ਨਾ ਕੇਰੀ, ਕੋਈ ਆਹ ਤੇ ਨਾ ਕੱਢੀ, ਮੇਰੇ ਲਾਲਾ ਨੇ ਕੋਈ ਉੱਚੀ ਸਾਹ ਤੇ ਨਾ ਕੱਢੀ। ਤੇਸੀ ਦੇ ਨਾਲ ਜਦੋਂ ਲੱਗੀ ਸੱਟ ਸੀ ਕਰਾਰੀ, ਮੇਰੇ ਫਤਿਹ ਨੇ ਕੋਈ ਉੱਚੀ ਚੀਖ ਤਾਂ ਨਾ ਮਾਰੀ, ਤੈਨੂੰ ਕਿਹ ਦੱਸਿਆ ਮੇਰੇ ਪੁੱਤਰ ਡੋਲੇ ਤਾਂ ਨਹੀਂ। ਤੇਸੀ ਦੇ ਨਾਲ ਲੱਗੀ ਜਦ ਸੱਟ ਸੀ ਕਰਾਰੀ, ਮੇਰੇ ਫਤਿਹ ਨੇ ਕੋਈ ਉੱਚੀ ਚੀਖ ਤੇ ਨਾ ਮਾਰੀ। ਇਹ ਵੀ ਕਹਿਣ ਦਾ ਅੰਦਾਜ਼ ਵੱਖਰਾ ਸੀ, ਲੋਕੋ ਜੋ ਉਸਨੇ ਵਜਾਇਆ ਉਹ ਸਾਜ ਵੱਖਰਾ ਸੀ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਜ਼ਫਰਨਾਮਾ ਲਿਖਿਆ, ਉਸ ਵਿੱਚ ਦੋ ਸ਼ੇਰ ਸਾਡੇ ਲਈ ਖਾਸ ਕਰਕੇ ਕਹਿਣ ਲੱਗੇ, ਚਾਹ ਸ਼ੁੱਧ ਕਿ ਚੂੰ ਬਚਗਾ ਕੁਛ ਤੈਂ ਚਾਰ, ਕਿ ਬਾਕੀ ਬੇਮਾ ਦਸਤ ਪੇਚੀ ਦੇ ਮਾਰ। ਚਾਰ ਪੁੱਤਰ ਕੋਹ ਕੇ ਮਾਰੇ, ਅਜੇ ਕੁੰਡਲੀਆ ਸੱਪ ਹੈ। ਚਾਹ ਸ਼ੁੱਧ ਸ਼ਬਦ ਸਤਿਗੁਰ ਵਰਦੇ ਨੇ ਕਿ ਕੀ ਹੋਇਆ, ਮੇਰੇ ਚਾਰ ਪੁੱਤਰ ਕੋਹ ਕੇ ਸ਼ਹੀਦ ਕਰ ਦਿੱਤੇ, ਅਜੇ ਖਾਲਸਾ ਜਿੰਦਾ ਹੈ। ਮੈਂ ਬੇਨਤੀ ਕਰਾਂਗਾ, ਇਹ ਸਾਕਾ ਸਿਰ ਮੈਂ ਡੇਢ ਘੰਟੇ ਤੁਸੀਂ ਸੁਣਦੇ ਵੀ ਹੋ, ਮੈਂ ਤੁਹਾਨੂੰ ਆਰੰਭ 'ਚ ਕਿਹਾ ਸੀ, ਭਾਵਨਾ ਰੱਖ ਕੇ ਤੁਰੇ ਨੂੰ ਰੋਜ਼ ਸੁਣੋ, ਇਹ ਕਦੀ ਫਿੱਕਾ ਨਹੀਂ ਪੈਂਦਾ ਹੁੰਦਾ। ਮੇਰੀ ਬੇਨਤੀ ਹੈ ਕਿ ਅੰਮ੍ਰਿਤਧਾਰੀ ਹੋਵੋ, ਇੱਕ ਮੈਂ ਬੇਨਤੀ ਕਰਨੀ, ਪੰਥ ਪ੍ਰਸਤ ਬਣੋ। ਇਹ ਲਵੇ ਸਾਡੇ ਪੁਰਾਣੇ ਬਜ਼ੁਰਗ ਵਰਦੇ ਸਨ ਅਕਾਲੀ, ਪੰਥ ਪ੍ਰਸਤ ਬਣੋ, ਮੇਰੀ ਹੱਥ ਜੋੜ ਕੇ ਬੇਨਤੀ। ਯਾਦ ਰੱਖਿਓ, ਇਕੱਲੇ ਇਕੱਲੇ ਹੋ ਜਾਓਗੇ, ਰੁਲ ਜਾਓਗੇ। ਮੈਂ ਕੱਲ੍ਹ ਵੀ ਉੱਥੇ ਬੇਨਤੀ ਕਰਕੇ ਆਇਆ, ਆਪਣੀ ਬਾਂਹ ਗੁਰੂ ਨੂੰ ਪਕੜਾ ਦਿਓ। ਗੁਰਮੁਖੋ, ਅੰਮ੍ਰਿਤਧਾਰੀ ਹੋਵੋ, ਨਿਤਨੇਮ ਨਿਤਨੇਮੀ ਹੋਵੋ,
ਜਦੋਂ ਤੁਸੀਂ ਚਾਹੇ ਤੁਸੀਂ ਲੀਡਰ ਹੋ, ਚਾਹੇ ਤੁਸੀਂ ਗ੍ਰੰਥੀ ਹੋ, ਤੁਸੀਂ ਸਿੰਘ ਸਾਹਿਬ ਹੋ, ਮੈਨੂੰ ਇਸ ਗੱਲ ਦਾ ਕਈ ਵਾਰੀ ਗੁੱਸਾ ਲੱਗਦਾ ਕਿ ਸੰਗਤ ਕਿੰਨਾ ਕੁਝ ਸਾਨੂੰ ਦਿੰਦੀ ਹੋਏ। ਐਤਕੀ ਪਰਮਜੀਤ ਸਿੰਘ ਮੈਂ ਕਥਾ ਕਰਨ ਲੱਗਾ ਜਦੋਂ, ਅਤੇ ਇੱਕ ਤੁਹਾਡੇ ਮੁਲਾਜ਼ਮ ਆਏ, ਉਹਨੇ ਜਿਹੜੀ ਗੱਲ ਕਹੀ ਨਾ ਸੱਚੀ ਮੁੱਚੀ ਮੇਰਾ ਅੰਦਰ ਹਿਲਾ ਦਿੱਤਾ। ਉਹ ਬੜੀ ਨਿਤਨਵੀਂ ਬੰਦਾ, ਕਹਿੰਦਾ ਭਾਈ ਸਾਹਿਬ ਜੀ, ਜਦੋਂ ਇੱਕ ਬੰਦਾ ਰਕਸ਼ਾ ਚਲਾ ਕੇ ਆਇਆ, ਉਹਦੇ ਹੱਥ 'ਚ 10 ਰੁਪਈਏ ਨੇ। ਇੱਕ ਬੰਦਾ ਆੜ੍ਹਤੀ ਕੋਲੋਂ ਕਰਜ਼ਾ ਚੁੱਕ ਕੇ ਲਿਆਇਆ, ਉਹਦੇ ਹੱਥ 'ਚ 10 ਰੁਪਈਏ ਨੇ। ਇੱਕ ਬੰਦਾ ਮਜ਼ਦੂਰੀ ਕਰਕੇ ਆਇਆ, ਉਹ ਦਰਸ਼ਨੀ ਡਿਊਟੀ ਕੋਲ ਖਲੋਂਦਾ ਅਤੇ 3 ਘੰਟੇ ਲੱਗਦੇ ਨੇ ਉਹਨੂੰ ਮੱਥਾ ਟੇਕਦਿਆਂ, ਉਹਦੇ ਹੱਥ 'ਚ 10 ਰੁਪਈਏ ਹੁੰਦੇ ਨੇ। ਗੁਰੂ ਰਾਮਦਾਸ, ਤੇਰੇ ਦਰ 'ਤੇ ਲਿਜਾਂਗਾ। ਕਹਿਣ ਲੱਗੇ ਉਸੇ 10 ਰੁਪਈਆਂ 'ਚੋਂ ਸਾਡੀਆਂ ਗੱਡੀਆਂ 'ਚ ਤੇਲ ਪੈਂਦਾ, ਉਹਨਾਂ ਰੁਪਈਆਂ 'ਚੋਂ ਸਾਨੂੰ ਤਨਖਾਹ ਮਿਲਦੀ ਹੈ, ਅਤੇ ਸੱਚ ਇਹ ਵੀ ਜੇ ਉਹਦੀ ਦੁਰਵਰਤੋਂ ਕਰਾਂਗੇ ਤਾਂ ਸਾਡਾ ਹਾਲ ਕੀ ਹੋਵੇਗਾ। ਮੈਂ ਇਹ ਇਕੱਲਾ ਆਪਣੇ ਸਾਰੇ, ਅਸੀਂ ਇੱਕ ਤਾਂ ਦਸਵੰਧ ਕੱਢਿਆ ਕਰੀਏ ਜੀ, ਦੂਸਰਾ ਮੇਰੀ ਬੇਨਤੀ ਹੈ ਗੁਰਸਿੱਖੋ, ਪੰਥ ਪ੍ਰਸਤ ਹੋਵੋ, ਬਹੁਤ ਕੁਝ ਕੀਤਾ ਜਾਣਾ ਤੁਹਾਡੇ ਨਾਲ, ਪਰ ਜੇ ਇੱਕ ਰਹੋਗੇ ਤਾਂ ਤੱਤੀ ਵਾਹ ਨਹੀਂ ਲੱਗਣੀ। ਅਤੇ ਗੁਰੂ ਨੂੰ ਸਮਰਪਿਤ ਹੋ ਕੇ, ਵਾਸ਼ਨਾ ਰੱਖ ਕੇ ਨਹੀਂ। ਸਤਿਗੁਰੂ ਕਿਰਪਾ ਕਰੇ, ਸਾਨੂੰ ਸਭ ਨੂੰ ਚੜ੍ਹਦੀ ਕਲਾ ਬਖਸ਼ੇ।